ਪੈਰਾਮਾਊਂਟ ਸਪੋਰਟਸ ਕਲੱਬ ਸਾਡੇ ਦਾਨੀ ਸੱਜਣ ਭਰਾਵਾਂ ਦੇ ਇਸ ਵੇਲੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਜਖੇਪਲ ਤੇ ਦੁਸਾਂਝ ਭਾਈ ਦੀਆਂ ਟੀਮਾਂ ਦੇ ਦਰਮਿਆਨ 60 ਕਿਲੋ ਭਾਰ ਦਾ ਸੈਮੀਫਾਈਨਲ ਮੈਚ। ਦੁਸਾਂਝ ਭਾਈ ਦੀ ਟੀਮ ਜਿਹੜੀ ਸੜਕ ਵਾਲੇ ਪਾਸੇ ਹੈ ਤੇ ਜਖੇਪਲ ਦੀ ਟੀਮ ਇਸ ਵੇਲੇ ਮੇਰੇ ਵੀਰੋ ਆ ਗਈ ਹੈ ਬਿਲਕੁਲ ਸਟੇਜ ਦੇ ਖੱਬੇ ਹੱਥ ਅਕੈਡਮੀ ਵਾਲੇ ਪਾਸੇ ਖੇਤਾਂ ਵਾਲੇ ਪਾਸੇ ਜਖੇਪਲ ਦੀ ਟੀਮ ਹੈ ਤੇ ਇਸ ਵੇਲੇ ਮੈਚ ਜਿਹੜਾ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ। 12:30 ਪੁਆਇੰਟ ਮੇ ਭੜੀ ਵਾਲਿਆ ਬਿਸਲ ਮਾਰ ਇਸ ਵੇਲੇ ਸਾਹਮਣੇ ਜਖੇਪਲ ਪਿੰਡ ਦੇ ਕੋਕ ਨੇ ਅਗਲੀ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਆ ਗਿਆ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਉਹ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ ਉਹ ਕੌਡੀ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਇਸ ਵੇਲੇ ਸਾਹਮਣੇ ਜਖੇਪਲ ਵਾਲੇ ਗੱਭਰੂ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ। ਗੱਭਰੂ ਮੇਰੇ ਵੀਰੇ ਦੁਸਾਂਝ ਭਾਈ ਵਾਲਾ ਵਾਧਾ ਹੋਇਆ ਅਗਲਾ ਮੈਚ ਲੋਪੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੀਆਂ ਟੀਮਾਂ ਖੇਡਣਗੀਆਂ। ਲਓ ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਪੁਆਇੰਟ ਇਸ ਵੇਲੇ ਮੇਰੇ ਵੀਰੇ ਦੁਸਾਂਝ ਭਾਈ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਸੀਂ ਬਲਵਿੰਦਰ ਫਿੱਟਾ ਕੋੜਾ ਲੰਬੀ ਭਾਰੀ ਦਾ ਨਾਲ ਠੇਪੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਹਾਂਜੀ ਰੇਸ਼ਮ ਕਲੀ ਵਾਲਾ ਸਾਡਾ ਵੀਰ ਢੇਰੀਆਂ ਦੇ ਉੱਪਰ ਕਲੀ ਪਾ ਦੇਵੇ ਰੇਸ਼ਮ ਕਲੀ ਵਾਲਾ ਸਾਡਾ ਵੀਰ ਲੋਪੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ। ਲਓ ਇਸ ਵੇਲੇ ਸਾਹਮਣੇ ਚਾਰ ਜਾਫੀ ਨੇ ਦੁਸਾਂਝ ਭਾਈ ਦੀ ਧਰਤੀ ਦੇ ਤੇ ਨਾਨਵਾਲ ਗੱਭਰੂ ਇਸ ਵੇਲੇ ਜਖੇਪਲ ਵਾਲਾ ਲੈ ਕੇ ਪੁਆਇੰਟ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਰੀਠਿਆਂ ਦੀ ਝੱਗ ਤੋਂ ਨਾ ਬਣੇ ਮਿਸ਼ਰੀ ਤੇ ਨਾ ਹੀ ਅੱਕ ਦੇ ਪੱਤਿਆਂ ਤੋਂ ਚਾਹ ਬਣਦੀ ਬੋੜ ਦੀ ਥਾਂ ਬੋੜਿਆਂ ਟਾਵਾਂ ਟਾਵਾਂ ਲੱਗੇ ਘੋੜੀ ਖਚਰੇ ਚ ਵਿਗੜੀ ਬਲਾ ਬਣਦੀ ਤੇ ਬੇਅੰਤ ਬਰਾੜਾ ਕੇਸ ਚੱਲ ਪਏ ਕਚਹਿਰੀ ਜਿਹੜਾ ਜਿੱਤੇ ਕੋਲੇ ਤੇ ਹਰੇ ਦੀ ਸਵਾਹ ਬਣਦੀ ਜਿਹੜਾ ਜਿੱਤੇ ਕੋਲੇ ਤੇ ਹਰੇ ਦੀ ਸਵਾਹ ਬਣਦੀ। ਇਸ ਵੇਲੇ ਪੁਆਇੰਟ ਕੁਮਾਲਾ ਵਾਲਾ ਪੁਆਇੰਟ ਕਿੱਧਰ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵੱਧ ਚੁੱਕਿਆ ਹੈ ਛਿੰਦੇ ਹੋਰ ਨਹੀਂ ਐਂਟਰ ਕਰਨੀਆਂ 70 ਦੀਆਂ ਓਕੇ ਆ ਹੁਣ ਜਿਹੜੀ 70 ਕਿਲੋ ਭਾਰ ਦੀ ਕੋਈ ਵੀ ਟੀਮ ਐਂਟਰ ਨਹੀਂ ਕੀਤੀ ਜਾਣੀ ਇਹ ਪਲੇਅਰ ਜਿਹੜੇ ਨੋਟ ਕਰ ਲੈਣ ਟੀਮਾਂ ਜਿਹੜੀਆਂ ਨੋਟ ਕਰ ਲੈਣ ਕਿਉਂਕਿ ਟੀਮਾਂ ਜਿਹੜੀਆਂ ਸਾਡੇ ਕੋਲ ਕਾਫੀ ਐਂਟਰ ਹੋ ਚੁੱਕੀਆਂ ਤੇ ਪੂਰੇ ਜਿਹੜੇ ਮੈਚ ਵੀ ਵਧੀਆ ਦੇਖਣ ਨੂੰ ਮਿਲਣੇ ਆ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜੇ ਆ
ਅਗਲਾ ਮੈਚ ਵੀ ਪੂਰਾ ਦੇਖਣ ਯੋਗ ਹੋਵੇਗਾ। ਲੋਧੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੀਆਂ ਟੀਮਾਂ ਦੇ ਦਰਮਿਆਨ ਤੇ ਕੱਲ ਨੂੰ ਗੱਲ ਕਰਾਂਗੇ ਰਸੂਲਪੁਰ ਦੇ ਹਰਵਿੰਦਰ ਸਿੰਘ ਕਾਲੂ ਦੀ ਇਹਨਾਂ ਖੇਡ ਦੇ ਮੈਦਾਨਾਂ ਵਿੱਚ ਤੇ ਪੂਰੇ ਪਿੰਡ ਦੇ ਪ੍ਰੇਮ ਦੀ ਗੱਲ ਕਰਨੀ ਹੈ। ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜਣੇ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦੀ ਗੱਲ ਕਰਾਂਗੇ। ਪੁਰਾਣੇਵਾਲ ਪਿੰਡ ਦੇ ਨਿੱਕੇ ਦੀ ਕਾਲਵਾ ਦੀ ਧਰਤੀ ਦਾ ਗੁਰਵਿੰਦਰ ਆਵੇਗਾ। ਗੱਲ ਕਰਾਂਗੇ ਕਹਿੰਦੇ ਪਿੱਛੋਂ ਪਿੰਡ ਦੇ ਸ਼ੀਰੇ ਦੀ ਘੋਨੀ ਰਾਣੀਵਾਲ ਵਰਗੇ ਦੁਨੀਆ ਭਰ ਦੇ ਮਹਾਨ ਪਲੇਅਰ ਪੁੱਜਣੇ ਆ। ਹੈਲੋ ਹਰਦੀਪ, ਇੱਥੇ 10ਵਾਂ ਮੈਚ ਕਰ ਲਾ ਵੀਰੇ, ਅੰਦਗੜ੍ਹ ਤੇ ਕੰਡਿਆਲ ਦਾ ਲਾਸਟ ਮੈਚ ਇੱਥੇ 8 ਹੀ ਆ ਮੇਰੇ ਕੋਲ ਲਿਖੇ ਹੋਏ। 9ਵਾਂ ਲੈ ਲਾ ਫਿਰ ਅੰਦਗੜ੍ਹ ਤੇ ਕੰਡਿਆਲ। ਠੀਕ ਹੈ ਜੀ, ਇੰਦਗੜ੍ਹ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ 9ਵਾਂ ਮੈਚ ਖੇਡਿਆ ਜਾਵੇਗਾ ਇੰਦਗੜ੍ਹ ਤੇ ਕੰਡਿਆਲ। ਇਹ ਵੀ ਟੀਮਾਂ ਜਿਹੜੀਆਂ ਤਿਆਰੀ ਰੱਖਣਗੀਆਂ। ਇਸ ਵੇਲੇ ਸਾਹਮਣੇ ਗੱਭਰੂ ਦੁਸਾਂਝ ਭਾਈ ਵਾਲੇ ਨੇ ਕਬੱਡੀ ਪਾ ਦਿੱਤੀ ਹੈ। ਤਿੰਨੋਂ ਸਟਾਪਰ ਨੇ ਮੇਰੇ ਵੀਰੇ ਜਖੇਪਲ ਦੀ ਧਰਤੀ ਦੇ, ਤੇ ਇਸ ਵੇਲੇ ਮੁੰਡਾ ਪੁਆਇੰਟ ਲੈ ਕੇ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਆਪਣੇ ਸਰੀਰ ਬਾਜੋ ਹਾਣੀਓ ਕਿਸੇ ਨੇ ਨਾ ਲੱਗੀਆਂ ਭਵਾਉਣੀਆਂ। ਤੇ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਇੰਦਗੜ੍ਹ ਤੇ ਕੰਡਿਆਲ ਹੀ ਸੀ ਨਾ? ਠੀਕ ਹੈ ਜੀ, ਲੋਧੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਲਈ, ਨਾਲ ਹੀ ਇਸ ਤੋਂ ਬਾਅਦ ਜਗਾਵਾਂ ਤੇ ਖੁਖਰਾਣਾ ਧੱਲੇਗੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ੍ਹ ਤੇ ਕੰਡਿਆਲ। ਇਸ ਵੇਲੇ ਸਾਹਮਣੇ ਨੌਜਵਾਨ ਜਾਫੀ ਗੁੱਟ ਫੜਦਾ, ਕਦੇ ਲੱਤੀ ਲੱਗਦਾ, ਹੋ ਗਈ ਬੱਲੇ ਬੱਲੇ, ਇੱਕ ਲੱਤ ਤਾਂ ਤੇ ਦੂਜੀ ਥੱਲੇ, ਪੁਆਇੰਟ ਸਟਾਪਰ ਦਾ ਪੁਆਇੰਟ ਜਾਫੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਵਾਧਾ ਹੋਇਆ ਕਿ ਜਦ ਵੀ ਸੋਚਾਂ ਦੇ ਵਿੱਚ ਪਈਏ, ਨਿੱਤ ਅਰਦਾਸਾਂ ਕਰਦੇ ਰਹੀਏ, ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ। ਇਸ ਵੇਲੇ ਸਾਹਮਣੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ, ਜਾਫੀ ਨੇ ਕੀਤੀ ਕੋਸ਼ਿਸ਼ ਤੇ ਮੇਰੇ ਵੀਰੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ, ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ, ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਵੱਡੀਆਂ ਤਾਕਤਾਂ, ਜ਼ੋਰ ਅਜਮਾਇਸ਼ਾਂ ਕੀਤੀਆਂ ਜਾ ਰਹੀਆਂ। ਇਸ ਵੇਲੇ ਸਾਹਮਣੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਕੁੱਕ ਜਖੇਪਲ ਵਾਲਾ, ਆਹ ਦੇਖਦਾ ਵੀ ਚਾਰ ਸਟਾਪਰ ਨੇ ਮੇਰੇ ਵੀਰੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ, ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਚੌਂ ਜਾਫੀਆਂ ਦੇ ਉੱਪਰ, ਵੇਖਦਾ ਵੀ ਮਾਰੀ ਅੱਪੜ ਦੇ ਅੰਦਰਲੇ ਪਾਸੇ ਥਾਪੀ ਤੇ ਦੂਜੇ ਪਾਸੇ ਜਾਫੀ, ਵਿੱਚ ਬਹਿ ਕੇ ਨਾਲ ਬਗਾਨੇ ਤੇ ਪਤਾ ਲੱਗਦਾ ਵਿੱਚ ਮੈਦਾਨੇ ਯਾਰ ਖੁਰਾਕਾਂ ਖਾਧੀਆਂ ਦੇ, ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਦਾਤੇ ਪਿੰਡ ਦੇ ਬੇਲੇ ਨੇ ਕੋਸ਼ਿਸ਼ ਕੀਤੀ ਹੈ ਤੇ ਸਫਲਤਾ ਇਸ ਵੇਲੇ ਧਾਵੀ ਦੇ ਕਦਮ ਚੁੰਮਦੀ ਹੈ। ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਸਾਹਮਣੇ ਚਾਰ ਜਾਫੀ, ਬਿਲਕੁਲ ਤਿੰਨ ਜਿਹੜੇ ਜਾਫੀ ਨੇ ਬਿਲਕੁਲ ਤਿਆਰ ਮੇਰੇ ਵੀਰੋ, ਤੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ। ਗੱਲ ਸਮੇਂ ਦੀ ਤੇ ਮੁੰਡਾ ਪੁਆਇੰਟ ਲੈ ਕੇ ਫੇਰ ਭੱਜਾ ਜਾਂਦਾ ਹੈ ਕਿ ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ, ਲੋਕੋ ਫੜਨੇ ਸੌਖੇ ਨਹੀਂ, ਆ ਧਾਵੀ ਲੱਖਾਂ ਦੁੱਲਾ ਤੇ ਕੁੜ ਕੀਤਾ, ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ। ਲਓ ਇਸ ਵੇਲੇ ਸਾਹਮਣੇ ਚਾਰ ਜਾਫੀ ਨੇ ਦੁਸਾਂਝ ਭਾਈ ਦੀ ਧਰਤੀ ਦੇ ਮੇਰੇ ਵੀਰੋ, ਕੱਲੀ ਕੱਲੀ ਕਬੱਡੀ ਜਾ ਰਹੀ ਪੂਰੀ ਦੁਨੀਆ ਭਰ ਦੇ ਵਿੱਚ, ਤੇ ਗੱਭਰੂ ਜਖੇਪਲ ਵਾਲਾ ਕਬੱਡੀ ਪਾ ਰਿਹਾ ਹੈ, 60 ਕਿਲੋ ਭਾਰ ਦਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਲੋਬੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੀਆਂ ਟੀਮਾਂ ਤਿਆਰੀ ਰੱਖਣਗੀਆਂ, ਚੁਗਾਮੇ ਪਿੰਡ ਨੇ ਖੁਖਰਾਣੇ ਨਾਲ ਖੇਡਣਾ ਹੈ। ਦੱਸੀ ਵੀ ਅਮਰ ਸਿੰਘ ਕਿਹੜੀ ਟੀਮ ਜੇਤੂ ਹੈ ਇਸ ਮੈਚ ਦੇ ਵਿੱਚ? ਜਖੇਪਲ ਜੇਤੂ ਹੈ, ਜਖੇਪਲ ਤੇ ਪੁਰਾਣੇਵਾਲ ਏ ਦਾ ਜਿਹੜਾ ਫਾਈਨਲ ਮੈਚ ਖੇਡਿਆ ਜਾਵੇਗਾ 60 ਕਿਲੋ ਭਾਰ ਦਾ। ਆਓ ਜੀ ਲੋਬੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੋਨੋਂ ਟੀਮਾਂ ਜਿਹੜੀਆਂ ਸੈਂਟਰਾਂ ਤੇ ਆ ਜਾਣ।
ਲੋਪੋ ਤੇ ਗਹਿਣੇ ਸ਼ਾਹ ਕਬੱਡੀ ਕਲੱਬ ਰਸੂਲਪੁਰ ਦੀਆਂ ਟੀਮਾਂ ਜਿਹੜੀਆਂ ਇਸ ਵੇਲੇ ਸੈਂਟਰ ਲੈਣ ਤੇ ਆ ਜਾਣ। ਉਸ ਤੋਂ ਬਾਅਦ ਚਗਾਵਾਂ ਤੇ ਖੁਖਰਾਣਾ ਥੱਲੇ ਕੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਆਰ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ੍ਹ ਤੇ ਕੰਡਿਆਲ ਇਹਨਾਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਖੇਡੇ ਜਾ ਰਹੇ ਆ ਕੱਲਾ ਜਿਹੜੀਆਂ ਖੇਡ ਕਬੱਡੀ ਦੀਆਂ ਹੋਣੀਆਂ ਕੱਲ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜਣੇ ਆ ਇੰਦਗੜ੍ਹ ਦੀ ਧਰਤੀ ਦੇ ਬਗੀਚੇ ਵਰਗੇ ਜੋਗੇ ਵਾਲੇ ਪਿੰਡ ਦਾ ਗਗਨ ਆਵੇਗਾ। ਮੇਰੇ ਵੀਰੇ ਮੱਖੀ ਕਲਾ ਪਿੰਡ ਦੇ ਮੱਖਣ ਸੰਧੂ ਦੀ ਗੱਲ ਕਰਾਂਗੇ। ਮੇਰੇ ਵੀਰੇ ਕਹਿੰਦੇ ਸ਼ੇਰਬਾਜ ਸਿੰਘ ਬਾਜਾ ਮੱਲਣ ਪਿੰਡ ਦਾ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜਣੇ ਆ ਘੱਲ ਕਲਾ ਪਿੰਡ ਦੇ ਅੰਬੂ ਵਰਗੇ। ਮੇਰੇ ਵੀਰੇ ਗੱਲ ਕਰਨੀ ਅਲਕੜੇ ਪਿੰਡ ਦੇ ਦਾਲੀ ਦੀ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜਣਗੇ ਖੋਸੇ ਕੋਟਲੇ ਪਿੰਡ ਦੇ ਨਿਰਭੈ ਦੀ ਗੱਲ ਕਰਾਂਗੇ। ਇਹਨਾਂ ਖੇਡ ਦੇ ਮੈਦਾਨਾਂ ਵਿੱਚ ਦੁਨੀਆ ਭਰ ਦੇ ਟਾਪ ਦੇ ਕਬੱਡੀ ਦੇ ਖਿਡਾਰੀ ਪੁੱਜਣਗੇ। ਭਾਗਾ ਪੁਰਾਣੇ ਵਾਲੀ ਆ ਸਟੇਜ ਤੇ ਲਾ ਕੇ ਆ ਕੇ ਆਪਣੇ ਜਿਹੜੇ ਪੈਸੇ ਲੈ ਲਵੇ। ਭਾਗਾ ਪੁਰਾਣੇ ਵਾਲੀ ਆ ਭਾਗਾ ਪੁਰਾਣੇ ਵਾਲੀ ਆਪਣੇ ਜਿਹੜੇ ਮਾਨ ਸਨਮਾਨ ਪ੍ਰਾਪਤ ਕਰ ਰਿਹਾ ਸਾਡਾ ਵੀਰ ਆਰ ਲੋਪੋ ਦੀ ਟੀਮ ਹੱਥ ਖੜਾ ਕਰੋ ਜੀ। ਲੋਪੋ ਲਹਿੰਦੇ ਵਾਲੇ ਪਾਸੇ ਟੀਮ ਜਿਹੜੀ ਲੋਪੋ ਪਿੰਡ ਦੀ ਹੈ ਆਰ ਦੂਜੇ ਪਾਸੇ ਟੀਮ ਜਿਹੜੀ ਰਸੂਲਪੁਰ ਦੀ ਹੈ। ਦੋਨੋਂ ਪਿੰਡ ਜਿਹੜੇ ਕੋਲੋ ਕੋਲੀ ਦੇ ਪਿੰਡ ਹੈ। ਲੋਪੋ ਪਿੰਡ ਗੱਗੀ ਦਾ ਪਿੰਡ ਹੈ। ਮੇਰੇ ਵੀਰੇ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੈਦਾ ਕੀਤੇ ਨੇ ਸੁੱਖੇ ਵਰਗੇ ਇਸ ਧਰਤੀ ਦੇ ਤੇ ਰਸੂਲਪੁਰ ਪਿੰਡ ਕਹਿੰਦੇ ਕਾਲੂ ਦਾ ਪਿੰਡ ਹੈ, ਪਿੰਦੇ ਦਾ ਪਿੰਡ ਹੈ, ਸ਼ੀਰੇ ਵਰਗੇ ਜੱਸੀ ਵਰਗੇ ਦੁਨੀਆ ਭਰ ਦੇ ਮਹਾਨ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਹੈ। ਜਿਹੜੇ ਪਿੰਡ ਦੇ ਰਾਜੇ ਵਰਗੇ ਉਸੇ ਪਿੰਡ ਦਾ ਆ ਗੱਭਰੂ ਕਬੱਡੀ ਭਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕਿ ਗੱਗੀ ਦੇ ਪਿੰਡਾਂ ਕੋਲ ਪਿੰਡ ਜੋਧਿਆ, ਜਾਫੀ ਕਾਹਦਾ ਉੱਡਣਾ ਪ੍ਰਿੰਟ ਜੋਧਿਆ, ਗੁੱਟ ਫੜ ਲਾਉਂਦਾ ਕੇਜੀ ਗੱਭਰੂ ਟਿਕਾਣੇ ਦਾ, ਤਾਪ ਦਾ ਖਿਡਾਰੀ ਕਹਿੰਦੇ ਸ਼ੀਰਾ ਮੱਲਿਆਣੇ ਦਾ, ਸਰਦਾਰਾਂ ਦਾ ਪਿੰਡ ਹੈ ਰਸੂਲਪੁਰ ਕਹਿੰਦੇ। ਜਿਹੜੇ ਪਿੰਡ ਦੇ ਕਾਲੂ ਦੀ ਦੁਨੀਆ ਮੁਰੀਦ ਹੈ ਤੇ ਲੰਗਿਆਣੀਆਂ ਜੋਧੇ ਨੇ ਬੜਾ ਸੋਹਣਾ ਲਿਖਿਆ ਕਿ ਮਸਤ ਮੌਲਾ ਆਖ ਕੇ ਜਮਾਨਾ ਹੈ ਪੁਕਾਰਦਾ, ਗੁੰਦਿਆ ਸਰੀਰ ਧਾਵੀ ਤੇਜ਼ ਰਫਤਾਰ ਦਾ, ਪਿੰਡ ਹੈ ਰਸੂਲਪੁਰ ਕਾਲੂ ਦੀ ਤਾਂ ਜੋਧਿਆ ਇਹ ਦੁਨੀਆ ਦੀਵਾਨੀ ਹੈ, ਕਾਲੂ ਦੀ ਤਾਂ ਜੋਧਿਆ ਇਹ ਦੁਨੀਆ ਦੀਵਾਨੀ ਹੈ। ਰਸੂਲਪੁਰ ਦੇ ਕਾਲੂ ਦੀ ਕਹਿੰਦੇ ਦੁਨੀਆ ਮੁਰੀਦ ਹੈ, ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਓਂ ਦੀ ਧਰਤੀ ਹੈ, ਪਿੰਡ ਕਹਿੰਦੇ ਸਰਦਾਰਾਂ ਦਾ, ਏਰੀਆ ਮਹਿਤੀਆਣਾ ਸਾਹਿਬ ਦਾ ਹੈ। ਸਾਹਮਣੇ ਉਸੇ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ ਹੈ। ਰਸੂਲਪੁਰ ਦੀ ਧਰਤੀ ਦੇ ਨੌਜਵਾਨ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਤੇ ਤਿੰਨ ਜਾਫੀਆਂ ਲੋਪੋ ਪਿੰਡ ਦੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਸਮੇਂ ਦੀ ਹੈ। ਮੁੰਡੇ ਨੇ ਕਲਾਬਾ ਭਰਿਆ, ਚਾੜੀਆਂ ਬਗਲਾਂ ਤੇ ਖਿੱਚੀ ਜਾਂਦਾ ਗੱਭਰੂ ਕਿ ਧੂੜਾਂ ਪੱਟੀ ਜਾਂਦੇ ਹੈ। ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਲੋਕ ਫੜਨੇ ਸੌਖੇ ਨੇ, ਧਾਵੀ ਲੱਖਾਂ ਦੁੱਲਾ ਤੇ ਕੁੜ ਜੀਤਾ, ਤਾੜੀਆਂ ਮਾਰ ਦੋ ਇੱਕ ਵਾਰੀ ਦਰਸ਼ ਵੀਰੋ, ਮਾਰ ਦੋ ਤਾੜੀਆਂ। ਪੁਆਇੰਟ ਜਾਫੀ ਦੇ ਹਿੱਸੇ ਜੁੜਦਾ ਹੋਇਆ ਅਗਲਾ ਮੈਚ ਚੁਗਾਵਾਂ ਤੇ ਖੁਖਰਾਣੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਚੁਗਾਵਾਂ ਤੇ ਖੁਖਰਾਣੇ ਪਿੰਡ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ। ਚੁਗਾਵਾਂ ਤੇ ਖੁਖਰਾਣੇ ਪਿੰਡ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ। ਇਸ ਤੋਂ ਬਾਅਦ ਮੇਰੀ ਬੇਨਤੀ ਹੈ ਥੱਲੇ ਕੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਨੂੰ, ਉਸ ਤੋਂ ਬਾਅਦ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ੍ਹ ਤੇ ਕੰਡਿਆਲ ਲਾ। ਪੁਆਇੰਟ ਇਸ ਵੇਲੇ ਰੇਟਰ ਦਾ ਟੱਚ ਜਿਹੜਾ ਡਬਲ ਹੋ ਚੁੱਕਾ। ਗੱਲ ਪਿੰਡ ਦਾ ਬਿੱਲਾ ਇਸ ਵੇਲੇ
ਵਿਸਲ ਮਾਰ ਚੁੱਕਿਆ ਵੀ ਪੁਆਇੰਟ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਤਾਬੀ ਦੇ ਲਈ ਭਾਅ ਜ਼ਰੂਰੀ ਜਾਫੀ ਦੇ ਹੱਥ ਪੱਕੇ ਵਧੀਆ ਹੈ ਜਾਫੀ ਜਿਹੜਾ ਉੜਦੀ ਰੇਟ ਤਾਈ ਨੱਪੇ ਵਧੀਆ ਹੈ ਜਾਫੀ ਜਿਹੜਾ ਉੜਦੀ ਰੇਟ ਤਾਈ ਨੱਪੇ ਲਾ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਧਿਆ ਹੋਇਆ ਹੈ ਰਸੂਲਪੁਰ ਪਿੰਡ ਵਾਲਾ ਤੇ ਤਿੰਨ ਜਾਫੀ ਨੇ ਲੋਪੋ ਵਾਲੇ ਨੌਜਵਾਨ ਗੱਭਰੂ ਨੇ ਕੀਤੀ ਕੋਸ਼ਿਸ਼ ਕਿ ਬੂਰੇ ਲੱਗ ਜਾ ਸਧੂਰੀ ਪੱਗ ਵਾਲਿਆ ਮੈਂ ਪਿੱਛੇ ਪਿੱਛੇ ਆਵਾਂ ਮੇਲ ਦੀ ਲਾ ਗੱਭਰੂ ਪੁਆਇੰਟ ਲੈ ਕੇ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਹੈਲੋ ਵੇਟ ਵਾਲੀ ਟਰਾਲੀ ਕੋਲੇ ਤਾਂ ਹਰਵੰਸ ਹੁਣੀ ਆ ਕੇ ਵੇਟ ਕਰਨ ਵੇਟ ਵਾਲੀ ਟਰਾਲੀ ਕੋਲੇ ਚੁਗਾਵਾਂ ਤੇ ਖੁਖਰਾਣੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਉਸ ਤੋਂ ਬਾਅਦ ਧੱਲੇਗੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਖੇਡਣਗੇ ਨਾਲ ਹੀ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ੍ਹ ਤੇ ਕੰਡਿਆਲ ਚੁਗਾਵੇਂ ਦੀ ਟੀਮ ਆ ਗਈ ਹੈ ਖੁਖਰਾਣੇ ਦੀ ਟੀਮ ਆਵੇ ਖੇਡ ਦੇ ਮੈਦਾਨ ਦੇ ਵਿੱਚ ਲਓ ਜਾਫੀ ਇਸ ਵੇਲੇ ਰਸੂਲਪੁਰੀਆ ਗੱਭਰੂ ਕਰਦਾ ਕੋਸ਼ਿਸ਼ ਗੱਲ ਸਮਝਦੀ ਹੈ ਔਰ ਕਰਮਾ ਚੱਕਰ ਵਾਲਾ ਵਿਸਲ ਮਾਰ ਚੁੱਕਿਆ ਹੈ ਵੀ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਫੇਰ ਰਸੂਲਪੁਰ ਦੀ ਧਰਤੀ ਦਾ ਨੌਜਵਾਨ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਹੈ ਔਰ ਦੇਖਾਂਗੇ ਵੀ ਤਿੰਨ ਸਟਾਪਰ ਨੇ ਲੋਪੋ ਪਿੰਡ ਦੇ ਕਾਲਾ ਆ ਕੇ ਫੋਟੋ ਕਰੇ ਕੇ ਵੇਟ ਵਾਲੀ ਟਰਾਲੀ ਕੋਲੇ ਕਾਲਾ ਫੋਟੋ ਕਰੇ ਆ ਕੇ ਵੇਟ ਵਾਲੀ ਟਰਾਲੀ ਕੋਲੇ ਆ ਕੇ ਔਰ ਸਾਡਾ ਵੀਰ ਜੋਰਾ ਕਪੂਰਾਂ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ ਵੱਡਾ ਧੰਨਵਾਦ ਹੈ ਮੇਰੇ ਵੀਰ ਉਸ ਵੇਲੇ ਸਟਾਪ ਜੇ ਮੇਰੇ ਵੀਰ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਚੁਗਾਵਾਂ ਪਿੰਡ ਦੀ ਟੀਮ ਆ ਗਈ ਹੈ ਖੁਖਰਾਣੇ ਵਾਲੇ ਗੱਭਰੂ ਆ ਜਾਣ ਨਾਲ ਹੀ ਧੱਲੇਗੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ੍ਹ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਖੇਡਣਗੀਆਂ ਆਪ ਆਪਣੇ ਮੈਚਾਂ ਦੇ ਮੁਤਾਬਕ ਪਲੇਅਰ ਜਿਹੜੇ ਗਰਾਊਂਡ 'ਚ ਪਹੁੰਚਣਗੇ ਲਓ ਇਸ ਵੇਲੇ ਸਾਹਮਣੇ ਗੱਭਰੂ ਲੋਪੋ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਲਓ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਹੈ ਕਿ ਕਿੰਨੇ ਬੱਸ ਕੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਉਹਨਾਂ ਮੁਲਕਾਂ ਦੇ ਵਿੱਚ ਸਾਡੀ ਟਾਹਰ ਹੈ ਨਵਾਬੀ ਕੁਝ ਮਾਲਵੇ ਦੇ ਵਿੱਚੋਂ ਕਈ ਗਏ ਮਾਝੇ ਵਿੱਚੋਂ ਭਾਵੇਂ ਜ਼ਿਆਦਾਤਰ ਲੋਕ ਉੱਥੇ ਗਏ ਨੇ ਦਵਾਬੀ ਤੇ ਲੰਘਿਆਣੀਆਂ ਬੇਅੰਤ ਗੱਲਾਂ ਸੱਚ ਦੱਸਦਾ ਰਹੇ ਰੰਗਲਾ ਪੰਜਾਬ ਚਾਰ ਜੁਗ ਦੱਸਦਾ ਹਰਦੀਪ ਔਗੜ ਬਾਈ ਚਾ ਹੋਰ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀਗੀ ਠੀਕ ਹੈ ਜੀ ਔਗੜਾਂ ਦੀ ਟੀਮ ਨੂੰ ਜਿਹੜੀ ਬਾਈ ਹੈ ਇਹ ਪਲੇਅਰ ਜਿਹੜੇ ਨੋਟ ਕਰ ਲੈਣ ਹੋਰ ਕਿਸੇ ਟੀਮ ਨੂੰ ਜਿਹੜੀ ਕੋਈ ਐਂਟਰੀ ਨਹੀਂ ਦਿੱਤੀ ਜਾਣੀ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀ ਇੱਧਰ ਸਾਡਾ ਵੀਰ ਬਦਨੀ ਵਾਲਾ ਗੁਰਮੇਲ ਸਿੰਘ ਪੁੱਜਿਆ ਵੱਡਾ ਧੰਨਵਾਦ ਲੱਤਾਂ ਤੋਂ ਹੈਂਡੀਕੈਪ ਹੈ ਸਾਡਾ ਵੀਰ ਔਰ ਇਹ ਜਿਹੜੀ ਕੱਚ ਦੀ ਬੋਤਲ ਦੇ ਉੱਪਰ ਆਪਣੇ ਸਰੀਰ ਦਾ ਬੈਲੈਂਸ ਫਿੱਟ ਕਰਕੇ ਦਿਖਾਵੇਗਾ ਆਪਣਾ ਜਿਹੜਾ ਕਰਤੱਵ ਕਰਕੇ ਦਿਖਾਵੇਗਾ ਤੁਸੀਂ ਇਹਨੂੰ ਵੀ ਮਾਣ ਪਿਆਰ ਬਖਸ਼ਣੇ ਹੈ ਔਰ ਸਾਡਾ ਵੀਰ ਬਦਨੀ ਵਾਲਾ ਗੁਰਮੇਲ ਸਿੰਘ ਪੁੱਜਿਆ ਹੋਇਆ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਲੋਪੋ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਔਰ ਦੇਖਦਾ ਵੀ ਜਾਫੀ ਰਸੂਲਪੁਰ ਦੀ ਧਰਤੀ ਦੇ ਨੌਜਵਾਨ ਗੱਭਰੂ ਨੇ ਗੁੱਟ ਫੜਿਆ ਔਰ ਦੇਖਾਂਗੇ ਵੀ ਕੈਂਚੀ ਵੱਜ ਚੁੱਕੀ ਹੈ ਤੇ ਚੱਕਰ ਪਿੰਡ ਦਾ ਕਰਮਾ ਆਪਣੇ ਸਮੇਂ ਦਾ ਸੁਪਰ ਸਟਾਰ ਹੈ ਕਬੱਡੀ ਦਾ ਵਿਸਲ ਮਾਰਦਾ ਵੀ ਪੁਆਇੰਟ ਜਿਹੜਾ ਸਟਾਪਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਔਰ ਦੇਖਦਾ ਵੀ ਜਾਫੀ ਨੌਜਵਾਨ ਗੱਭਰੂ ਲੋਪੋ ਵਾਲਾ ਕਰਦਾ ਕੋਸ਼ਿਸ਼ ਰਸੂਲਪੁਰੀ ਇਹ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਕਾਲੂ ਜੀ ਨੂੰ ਕਹਿੰਦੇ ਨੇ ਰਸੂਲਪੁਰ ਦਾ ਪਾਉਂਦਾ ਜਦੋਂ ਰੇਡ ਮੜਕਾ ਨਾ ਤੁਰਦਾ ਬਦਨੀ ਦਾ ਕੀਪਾ ਕਾਲੂ ਕੋਲੋ ਕੋਲ ਦੇ ਤੇ ਪਾਲੇ ਤੱਕ ਜਾਣ ਜਾਫੀਆਂ ਨੂੰ ਰੋਲ ਦੇ ਬਿਜਲੀ ਜਹੀ ਹੈ ਰਫਤਾਰ ਲੱਗੇ ਆਣੀ ਆ ਜੋਧੇ ਆਏ ਕੌਡੀ ਦੇ ਸਟਾਰ ਲੱਗੇ ਆਣੀ ਆ ਜੋਧੇ ਆਏ ਕੌਡੀ ਦੇ ਸਟਾਰ ਲੱਗੇ ਆਣੀ ਆ ਤੋਤਾ ਕਬੱਡੀ ਘਰਾਲੀ ਨਾਲੇ ਜੱਸੀ ਦੋਨੇ ਸਟੇਜ ਤੇ ਸੰਪਰਕ ਕਰਨ ਟਰਾਲੀ ਵਾਲੀ ਸਟੇਜ ਤੇ ਤੋਤਾ ਤੇ ਜੱਸੀ ਚਗਾਵੇਂ ਵਾਲੇ ਟਰਾਲੀ ਵਾਲੀ ਸਟੇਜ ਤੇ ਆ ਕੇ ਸੰਪਰਕ ਕਰਨ ਅਗਲਾ ਜਿਹੜਾ ਮੈਚ ਚਗਾਵਾਂ ਤੇ ਖੁਖਰਾਣੇ ਦੀਆਂ ਟੀਮਾਂ ਨੇ ਖੇਡਣਾ ਹੈ
ਇਸ ਤੋਂ ਬਾਅਦ ਥੱਲੇ ਕਿਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਪੁਰਾਣੇ ਵਾਲਾ ਇਹ ਤੇ ਜੈ ਸਿੰਘ ਵਾਲਾ ਆਰ ਇਸ ਵੇਲੇ ਸਮਾਂ ਬੀਤ ਚੁੱਕਿਆ ਤੇ ਤਾੜੀਆਂ ਆਪ ਮੁਹਾਰੇ ਵੱਜੀਆਂ ਆਰ ਦੇਖਦਾ ਵੀ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਰਸੂਲਪੁਰ ਪਿੰਡ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਿ ਇਸ ਵੇਲੇ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਡਾ ਵੀਰ ਨੈਣਾ ਕਪੂਰਾਂ ਵਾਲਾ ਮੇਰੇ ਵੀਰ ਆਪਣੇ ਸਮੇਂ ਦਾ ਵਧੀਆ ਕਬੱਡੀ ਦਾ ਖਿਡਾਰੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡਾ ਧੰਨਵਾਦ ਹੈ ਲਓ ਇਸ ਵੇਲੇ ਸਾਹਮਣੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਸਾਹਮਣੇ ਦੇਖਣਾ ਵੀ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਖੁਖਰਾਣਾ ਤੇ ਚਗਾਮੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਜਿਹੜਾ ਮੈਚ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ ਔਰ ਉਸ ਤੋਂ ਬਾਅਦ ਥੱਲੇ ਕਹਿੰਦੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ੍ਹ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਖੇਡਣਗੀਆਂ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਦੇਖਦਾ ਵੀ ਨੌਜਵਾਨ ਗੱਭਰੂ ਵਧਿਆ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ ਆਰ ਦੇਖਦਾ ਵੀ ਪੁਆਇੰਟ ਰੇਡਰ ਦਾ ਤੇ ਮੈਚ ਸਮਾਪਤ ਅੰਮ੍ਰਿਤ ਕਿਹੜੀ ਟੀਮ ਜਿੱਤ ਗਈ ਹੈ ਰਸੂਲਪੁਰ ਸ਼ਿੰਦੇ ਰਸੂਲਪੁਰ ਜੇਤੂ ਆ ਬਾਈ ਨੋਟ ਕਰ ਲਈ ਸਾਡੇ ਵੀਰ ਹਿੰਦੇ ਹੋਣੀ ਨੋਟ ਕਰ ਲਓ ਜੀ ਰਸੂਲਪੁਰ ਜੇਤੂ ਹੈ ਗਹਿਣੇ ਸ਼ਾਹ ਕਲੱਬ ਰਸੂਲਪੁਰ ਇਹ ਟੀਮ ਜਿਹੜੀ ਜੇਤੂ ਰਹੀ ਹੈ ਮੇਰੀ ਬੇਨਤੀ ਚਗਾਵਾਂ ਤੇ ਖੁਖਰਾਣੇ ਪਿੰਡ ਦੀਆਂ ਟੀਮਾਂ ਜਿਹੜੀਆਂ ਦੋਨੋਂ ਟੀਮਾਂ ਦੇ ਪਲੇਅਰ ਜਿਹੜੇ ਸੈਂਟਰ ਲਾਈਨ ਤੇ ਆ ਜਾਣ ਚਗਾਵਾਂ ਤੇ ਖੁਖਰਾਣਾ ਦੋਨੋਂ ਟੀਮਾਂ ਦੇ ਪਲੇਅਰ ਜਿਹੜੇ ਸੈਂਟਰ ਲਾਈਨ ਤੇ ਆਉਣ ਇਸ ਵੇਲੇ ਉਸ ਤੋਂ ਬਾਅਦ ਥੱਲੇ ਕਿਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਦੀਆਂ ਟੀਮਾਂ ਹੈਲੋ ਉਹ ਕਰਮਾ ਬਰਾੜ ਕਿੱਥੇ ਆਵਾਜ਼ ਸੁਣਦਾ ਟਰਾਲੀ ਵਾਲੀ ਸਟੇਜ ਤੇ ਆਵੇ ਕਰਮਾ ਇੱਧਰ ਸਾਡਾ ਵੀਰ ਬਦਨੀ ਵਾਲਾ ਗੁਰਬੇਲ ਸਿੰਘ ਜਿਹੜਾ ਆਪਣਾ ਕਰਤੱਬ ਕਰਕੇ ਦਿਖਾਵੇਗਾ ਬਦਨੀ ਵਾਲਾ ਤੂੰ ਕਰਤੱਬ ਕਰ ਲਾ ਵੈਸੇ ਕਰਤੱਬ ਜਿਹੜੇ ਬੰਦ ਹੈ ਹੁਣ ਕੋਈ ਵੀ ਵੀਰ ਜਿਹੜਾ ਸਾਡੇ ਕੋਲ ਕਰਤੱਬਾਂ ਵਾਲਾ ਨਾ ਆਵੇ ਇਹ ਬੇਨਤੀ ਹੈ ਖੁਖਰਾਣਾ ਤੇ ਚਗਾਵੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ ਹਾਂ ਤਾੜੀਆਂ ਮਾਰ ਦਿਓ ਜੀ ਇੱਕ ਵਾਰੀ ਬਦਨੀ ਵਾਲੇ ਗੁਰਮੇਲ ਸਿੰਘ ਦੇ ਲਈ ਇਸ ਵੀਰ ਦੇ ਘਰ ਦਾ ਗੁਜ਼ਾਰਾ ਇਹਨਾਂ ਖੇਡ ਮੇਲਿਆਂ ਤੋਂ ਹੀ ਚੱਲਦਾ ਲੱਤਾਂ ਤੋਂ ਹੈਂਡੀਕੈਪਟ ਆ ਵੀਰ ਗਰੀਬ ਪਰਿਵਾਰ ਦੇ ਵਿੱਚੋਂ ਨਾਭੇ ਦੀ ਇਹ ਬੰਦ ਬੋਤਲ ਇਹ ਨੀ ਤੈਨੂੰ ਪੀਣਗੇ ਨਸੀਬਾਂ ਵਾਲੇ ਗੀਤ ਵੀ ਬੜਾ ਮਕਬੂਲ ਹੋਇਆ ਸੀ ਲੋ ਬੋਤਲ ਦੇ ਉੱਪਰ ਆਪਣੇ ਸਰੀਰ ਦਾ ਬੈਲੈਂਸ ਫਿੱਟ ਕਰ ਦਿੱਤਾ ਹੈ ਤੇ ਪੰਜਾਬ ਲਾਈਵ ਵਾਲਿਆ ਨੌਜਵਾਨਾਂ ਕਰ ਲਈ ਕੈਚ ਇਸ ਵੇਲੇ ਪੂਰੀ ਦੁਨੀਆਂ 'ਚ ਜਾ ਰਿਹਾ ਬਦਨੀ ਵਾਲਾ ਗੁਰਮੇਲ ਸਿੰਘ ਜ਼ੋਰ ਨਾਲ ਤਾੜੀ ਮਾਰ ਦਿਓ ਇੱਕ ਵਾਰੀ ਇਸ ਵੀਰ ਲਈ ਵੱਡਾ ਧੰਨਵਾਦ ਹੈ ਇਹ ਵੀਰ ਜਿਹੜਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਿਖਾ ਰਿਹਾ ਹੈ 10 20 50 100 ਦਾ ਕੋਈ ਫਰਕ ਨਹੀਂ ਪੈਣ ਲੱਗਾ ਤੁਸੀਂ ਇਹਨੂੰ ਜ਼ਰੂਰ ਮਾਣ ਜਿਹੜੇ ਬਖਸ਼ਣੇ ਹੈ ਹੈਲੋ ਇਹ ਵੀਰ ਜਿਹੜਾ ਹੁਣ ਦਰਸ਼ਕਾਂ ਦੀ ਕਚਹਿਰੀ 'ਚ ਗੇੜਾ ਲਾਵੇਗਾ
ਮੈਣੇ ਦੀ ਟੀਮ ਦਾ ਕੋਈ ਵੀ ਪਲੇਅਰ ਆ ਕੇ ਸਟੇਜ ਤੇ ਮਿਲੇ, ਮੈਣੇ ਦੀ ਟੀਮ ਦਾ ਦਰਸ਼ਨ ਆ ਕੇ ਸਟੇਜ ਤੇ ਮਿਲੇ ਮੈਣੇ ਵਾਲਾ, ਇਸ ਵੇਲੇ ਸਾਹਮਣੇ ਦੇਖਦਾ ਵੀ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਹੈ, ਕਰਮੇ ਬਾਈ ਜਿਹੜੇ ਪਲੇਅਰ ਦੇ ਮੋਹਰ ਨਹੀਂ ਲੱਗੀ ਹੈਗੀ ਹੈ ਜੀ, ਫੋਟੋ ਦੇਖ ਲਓ ਯਾਰ, ਫੋਟੋ ਹੈਗੀ ਆ ਇਤਰਾਜ ਏਅਰ ਕਮੇਟੀ ਫੈਸਲਾ ਕਰੂਗੀ, ਆਪਾਂ ਨੇ ਭਰਾਵਾ ਸਾਡੇ ਕੋਲ ਕੁਛ ਨਹੀਂ ਗਾ। ਹਾਂਜੀ ਇਤਰਾਜ ਜਿਹੜਾ ਸਾਡੇ ਕੋਲ ਪਹੁੰਚ ਗਿਆ, ਤੁਸੀਂ ਮੈਚ ਕਰਾਓ, ਆਪਾਂ ਬਾਅਦ ਚ ਫੈਸਲਾ ਕਰਾਂਗੇ। ਤੁਸੀਂ ਮੈਚ ਖੇਡੋ, ਪ੍ਰਬੰਧਕ ਵੀਰ ਕਹਿੰਦੇ ਵੀ ਆਪਾਂ ਬਾਅਦ ਚ ਕੰਡੇ ਤੇ ਚਾੜ ਲਾਂਗੇ ਪਲੇਅਰ ਨੂੰ। ਲਓ ਇਸ ਵੇਲੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ, ਖੇਡ ਕਬੱਡੀ ਦਾ ਬੜਾ ਵਧੀਆ ਮੈਚ ਖੇਡਿਆ ਜਾਣਾ ਹੈ। ਟੀਮ ਜਿਹੜੀ ਚਗਾਮੇ ਦੀ, ਦਰਸ਼ਕ ਵੀਰ ਉਹ ਸੜਕ ਵਾਲੇ ਪਾਸੇ ਹੈ ਤੇ ਇਧਰਲੇ ਪਾਸੇ ਟੀਮ ਖੁਖਰਾਣੇ ਦੀ, ਦੋਨੋਂ ਟੀਮਾਂ ਪੂਰੀਆਂ ਟੌਪ ਦੀਆਂ ਟੀਮਾਂ ਹੈ ਤੇ ਮੈਚ ਪੂਰਾ ਵਧੀਆ ਖੇਡਿਆ ਜਾਣਾ ਹੈ। ਆਹ ਗੱਭਰੂ ਦਾ ਨਾਂ ਕਹਿੰਦੇ ਜਿੰਦਰ ਹੈ ਤੇ ਪਿੰਡ ਚੂੜ ਚੱਕ ਹੈ, ਕਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਰਦਾਰ ਲਕਸ਼ਮਣ ਸਿੰਘ ਗਿੱਲ ਦਾ ਪਿੰਡ ਹੈ ਚੂੜ ਚੱਕ। ਪਿੰਡ ਦਾ ਜਿੰਦਰ ਇਸ ਵੇਲੇ ਕਬੱਡੀ ਭਾ ਰਿਹਾ ਹੈ ਤੇ ਜਾਫੀ ਕੌਣ ਹੈ? ਸੱਦਾ ਸਿੰਘ ਵਾਲੇ ਦੀ ਧਰਤੀ ਦਾ ਬੂਟਾ ਨੌਜਵਾਨ ਗੱਭਰੂ ਇਸ ਵੇਲੇ ਫੜ ਕੇ ਗੁੱਟ ਕੈਂਚੀ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਗੱਲ ਜਿਹੜੀ ਸਮੇਂ ਦੀ ਹੈ, 30 ਸਕਿੰਟਾਂ ਚੋਂ ਕੁਝ ਪਲ ਬੀਤੇ ਹੈ ਤੇ ਕੁਝ ਬਾਕੀ ਹੈ, ਤਾੜੀਆਂ ਵੱਜਣਗੀਆਂ। ਦਰਸ਼ਕ ਵੀਰੋ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜਾਫੀ ਵੀ ਪੂਰਾ ਟੌਪ ਦਾ ਹੈ ਤੇ ਰੇਡਰ ਵੀ ਪੂਰਾ ਟੌਪ ਦਾ ਹੈ, ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ। ਖੁਖਰਾਣਾ ਪਿੰਡ ਹੈ ਤੇ ਬੱਬੂ ਨਾਂ ਹੈ ਨੌਜਵਾਨ ਗੱਭਰੂ, ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਨੇ ਚਗਾਮੇ ਪਾਉਣੇ, ਕੇਵਲ ਸਾਡਾ ਵੀਰ ਉਸਵੀਰ ਦਾ ਪਿੰਡ ਹੈ, ਮੇਰੇ ਵੀਰੋ ਲਾਲੀ ਦਾ ਪਿੰਡ ਹੈ ਤੇ ਸਾਹਮਣੇ ਚਾਰ ਜਾਫੀਆਂ ਦੇ ਉੱਤੇ ਪਾਈ ਹੋਈ ਕਬੱਡੀ ਹੈ। ਕਹਿੰਦੇ ਵੀ ਚਗਾਮੇ ਪਿੰਡ ਦੇ ਕੇਵਲ ਨੂੰ ਪਿਛਲੇ ਦਿਨ ਮੋਟਰਸਾਈਕਲ ਦੇ ਕੇ ਵੱਡੇ ਮਾਰ ਦਿੱਤੇ ਗਏ ਨੇ। ਲਓ ਉਸੇ ਪਿੰਡ ਦਾ ਨੌਜਵਾਨ ਜਾਫੀ ਇਸ ਵੇਲੇ ਪਰਵਾ ਕਰਦਾ ਕੋਸ਼ਿਸ਼ ਤੇ ਸਫਲਤਾ ਖੁਖਰਾਣੇ ਪਿੰਡ ਦੇ ਬੱਬੂ ਦੇ ਕਦਮ ਚੁੰਮਦੀ ਹੈ। ਅਗਲੀ ਕਬੱਡੀ ਜੱਸੀ ਨੌਜਵਾਨ ਗੱਭਰੂ ਚਗਾਮੇ ਪਿੰਡ ਦਾ ਵਾਧਾ ਹੋਇਆ, ਐਡਵਾਂਸ ਪਲੇਅਰ ਜਿਹੜੇ ਕਿਸਾਨ ਤੋਂ ਅੱਗੇ ਬਹਿ ਜਾਣ, ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਚੜ੍ਹਦੀ ਕਰਨੀ ਡੋਲੀ ਭਾਈ ਪਿੰਡ ਦੇ ਲੱਖੀ ਨੇ ਮੱਲੀ ਹੈ। ਇਸ ਵੇਲੇ ਸੱਦਾ ਸਿੰਘ ਵਾਲੇ ਦਾ ਬੂਟਾ ਸਿੰਘ ਨੌਜਵਾਨ ਗੱਭਰੂ ਕੋਸ਼ਿਸ਼ ਕਰਦਾ, ਗੁੱਟ ਫੜਿਆ, ਕੈਂਚੀ ਵੱਜੀ ਹੈ, ਫੇਰ ਛਡਾਈ ਹੈ ਕੈਂਚੀ, ਮੁੰਡੇ ਨੇ ਫੇਰ ਗੁੱਟ ਫੜਿਆ,
ਤੇ ਪੁਆਇੰਟ ਚੁਗਾਵੇਂ ਪਿੰਡ ਦੇ ਜੱਸੀ ਦਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਸਾਡਾ ਵੀਰ ਸ਼ੀਰਾ ਕੋਕਰੀ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ ਤੇ ਇਸ ਵੇਲੇ ਗੱਭਰੂ ਖੁਖਰਾਣੇ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਮੁੰਡਾ ਫਿਰੋਜ਼ਪੁਰੀ ਹੈ ਇੱਕ ਬੰਨੇ ਜ਼ਿਲ੍ਹੇ ਮੋਗੇ ਦੀ ਟੀਮ ਹੈ ਤੇ ਤੋਤਾ ਚੁਗਾਵੇਂ ਵਾਲਾ 70 ਕਿੱਲੇ ਭਾਰ ਦਾ ਟੌਪ ਦਾ ਜਾਫੀ ਹੈ ਮੇਰੇ ਵੀਰੋ ਖੁੱਚ ਪੱਟੀ ਹੈ ਔਖੀ ਹੁੰਦੀ ਹੈ ਕਬੱਡੀ ਵਿੱਚ ਖੁੱਚ ਪੱਟੜੀ ਤੇ ਲੋੜੀ ਔਖੀ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਖੇਚੋ ਨੌਜਵਾਨਾਂ ਵਾਹ ਵਾਹ ਓਏ ਨੌਜਵਾਨਾਂ ਸਵਾਦ ਆ ਗਿਆ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦੋ ਦਰਸ਼ਕ ਵੀਰੋ ਮੈਚ ਬੜਾ ਵਧੀਆ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ ਰਾਜਾ ਨਾ ਹੈ ਚੁਗਾਵਾਂ ਪਿੰਡ ਹੈ ਚੜ੍ਹਦੀ ਉਮਰ ਹੈ ਮੁੱਛ ਫੁੱਟ ਗੱਭਰੂ ਹੈ ਤੇ ਲਾਈ ਹੋਈ ਹੱਥਾਂ ਨੂੰ ਕਾਲੀ ਮਾਰੀ ਪੜ ਦੇ ਅੰਦਰਲੇ ਪਾਸੇ ਥਾਪੀ ਤੇ ਦੂਜੇ ਪਾਸੇ ਜਾਫੀ ਪੇਚੇ ਪੈ ਗਏ ਨਾਲ ਬਗਾਨੇ ਤੇ ਪਤਾ ਲੱਗਦਾ ਵਿੱਚ ਮੈਦਾਨੇ ਯਾਰ ਖੁਰਾਕਾਂ ਖਾਧੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਡੋਲੀ ਭਾਈ ਪਿੰਡ ਦਾ ਲੱਖੀ ਇਸ ਵੇਲੇ ਲਾ ਤਕੜਾ ਜੱਫਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾ ਰਿਹਾ ਹੈ ਡੋਲੀ ਭਾਈ ਪਿੰਡ ਦੇ ਕਹਿੰਦੇ ਵੀ ਦੁਨੀਆ ਦੇ ਟੌਪ ਦੇ ਪਲੇਅਰ ਪੈਦਾ ਕੀਤੇ ਹੈ ਤੇ ਸਾਡੇ ਵੀ ਪੰਜਾਬ ਲਾਈ ਵਾਲੇ ਨੀਟੇ ਉਹਨਾਂ ਦਾ ਪਿੰਡ ਹੈ ਗਗਨ ਉਹਨਾਂ ਦਾ ਪਿੰਡ ਹੈ ਉਸੇ ਪਿੰਡ ਦਾ ਆਹ ਨੌਜਵਾਨ ਜਾਫੀ ਇਸ ਵੇਲੇ ਜੱਫਾ ਲਾ ਰਿਹਾ ਹੈ ਤੇ ਅਗਲੀ ਕਬੱਡੀ ਖੁਖਰਾਣੇ ਵਾਲਾ ਗੱਭਰੂ ਪਾ ਰਿਹਾ ਹੈ ਜਿਹੜੇ ਪਿੰਡ ਦੇ ਬੱਲੇ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਇਸ ਵੇਲੇ 4 ਸਟਾਪਰ ਚੁਗਾਵੇਂ ਪਿੰਡ ਦੇ ਹੈ ਮੁੰਡੇ ਨੇ ਗੁੱਟ ਫੜਿਆ ਫੇਰ ਗੁੱਟ ਛਡਾਇਆ ਤੇ ਤਾੜੀਆਂ ਵੱਜਣਗੀਆਂ ਸ਼ਾਮ ਦੇ ਸੁਨਹਿਰੀ ਦੇ ਪਾਲਣੇ ਤੇ ਮੁੰਡਾ ਭੱਜਿਆ ਜਾਂਦਾ ਹੈ ਵਾਹ ਪੁਆਇੰਟ ਕਹਿੰਦੇ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਤੇ ਅਗਲੀ ਕਬੱਡੀ ਜਿੰਦਰ ਚੂੜਕ ਪਿੰਡ ਵਾਲਾ ਗੱਭਰੂ ਪਾਉਣ ਦੇ ਲਈ ਬਾਧਾ ਹੋਇਆ ਕਿ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾਂ ਜੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਕਦੇ ਕੱਲ ਨਾ ਬਣੇ ਬਈ ਦਾਪ ਵਿੱਚ ਸਿੱਖੇ ਬਿਨਾਂ ਗੱਲ ਨਾ ਬਣੇ ਬਈ ਦਾਪ ਵਿੱਚ ਸਿੱਖੇ ਬਿਨਾਂ ਗੱਲ ਨਾ ਬਣੇ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਬੂਟਾ ਇਸ ਵੇਲੇ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਬੱਬੂ ਖੁਖਰਾਣੇ ਪਿੰਡ ਵਾਲਾ ਨੌਜਵਾਨ ਪਾਉਣ ਦੇ ਲਈ ਵਾਧਾ ਹੋਇਆ ਅਗਲਾ ਮੈਚ ਧੱਲੇ ਕੇ ਤੇ ਬਾਬਾ ਜੋਗਿੰਦਰ ਸਿੰਘ ਲੱਭ ਰਸੂਲਪੁਰ ਦੀਆਂ ਟੀਮਾਂ ਖੇਡਣਗੀਆਂ ਉਸ ਤੋਂ ਬਾਅਦ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਣਾ ਹੈ ਤੋਤਾ ਚੁਗਾਵੇਂ ਦਾ ਬੱਬੂ ਖੁਖਰਾਣੇ ਦਾ ਤੇ ਮੁੰਡਾ ਭੱਜਾ ਆਉਂਦਾ ਹੈ ਲਓ ਸਾਹਮਣੇ ਇਸ ਵੇਲੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿ ਮੱਖਣ ਚਿੜਕ ਤੇ ਵੀਰੂ ਸੇਵੀ ਘੋਲੀਏ ਵਾਲਾ ਮੇਲਾ ਅੰਗਰੇਜ਼ ਅੜਾਚਾਂ ਤੇ ਜਗਤਾਰ ਧਨੌਲਾ ਲੁੱਟ ਲੈਂਦੇ ਸੀ ਮੇਲਾ ਸਵਰਨੇ ਵਾਂਗੂ ਗੁੱਟ ਤੋਂ ਫੜ ਕੇ ਔਖੇ ਰੇਡਰ ਥੰਬਣੇ ਤੇ ਗਾਜੀਆਂ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ ਹਰਜੀਤ ਵਰਾੜਾ ਤੇਰੇ ਘਾਟੇ ਹਲੇ ਸਤਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਤੇ ਕਈ ਜੱਫੇ ਲਾਉਂਦੇ ਨੇ ਇਸ ਵੇਲੇ ਸਾਹਮਣੇ ਗੱਭਰੂ ਖੁਖਰਾਣੇ ਵਾਲਾ ਅਗਲੀ ਕਬੱਡੀ ਪਾ ਰਿਹਾ ਤੇ ਚੱਕਰ ਪਿੰਡ ਦਾ ਕਰਮਾ ਆਪਣੇ ਸਮੇਂ ਦਾ ਦੁਨੀਆ ਭਰ ਦਾ ਸੁਪਰ ਸਟਾਰ ਹੈ ਕਬੱਡੀ ਦਾ ਇਹ ਸਵੀਰ ਨੇ ਵਿਸਲ ਮਾਰਨੀ ਹੈ ਮੇਰੇ ਵੀਰੋ ਗੱਲ ਸਮੇਂ ਦੀ ਕਰਾਂਗੇ ਜਾਫੀ ਆ ਵੀ ਪੂਰਾ ਟੌਪ ਦਾ ਹੈ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਕੋਸ਼ਿਸ਼ ਕਰਦਾ ਹੈ ਗੁੱਟ ਫੜਿਆ ਕੈਂਚੀ ਵੱਜਣ ਵਾਲੀ ਹੈ ਲੈ ਵੱਜਿਆ ਹੋਇਆ ਝਟਕਾ ਤੇ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੂੜ ਚੱਕ ਪਿੰਡ ਦਾ ਜਿੰਦਰ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਅੱਧੇ ਅੱਧੇ ਪੁਆਇੰਟ ਤੇ ਹੋਣੀਆਂ ਜਿੱਤ ਹਾਰ ਧੱਲੇ ਕੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਧੱਲੇ ਕੇ ਵਾਲੇ ਤੁਸੀਂ ਵੀ ਤਿਆਰੀ ਫੜ ਲਓ ਨੌਜਵਾਨੋ ਮੈਚ ਬੜਾ ਤਕੜਾ ਖੇਡਿਆ ਜਾਵੇਗਾ ਇਸ ਤੋਂ ਬਾਅਦ ਧੱਲੇ ਕੇ ਤੇ ਰਸੂਲਪੁਰ ਦਾ ਡਰੋਲੀ ਭਾਈ ਪਿੰਡ ਦਾ ਲੱਖੀ ਤੇ ਮੇਰੇ ਵੀਰੋ ਜਿੰਦਰ ਚੂੜਚੱਕ ਪਿੰਡ ਦਾ ਕਬੱਡੀ ਪਾਉਂਦਾ ਹੋਇਆ ਤੇ ਜਾਫੀ ਡਰੋਲੀ ਵਾਲਾ ਕਰਦਾ ਕੋਸ਼ਿਸ਼ ਡੱਕਣ ਦੀ ਕਿ ਚੰਗਿਆਂ ਵਿੱਚ ਪਲੇਅਰਾਂ ਦੇ ਯਾਰੋ ਨਾ ਗੱਭਰੂ ਦਾ ਆਉਂਦਾ ਏ ਤੇ ਡਰੋਲੀ ਡਰੋਲੀ ਹੋ ਜਾਂਦੀ ਜਦੋਂ ਨੀਨਾ ਕੌਡੀ ਪਾਉਂਦਾ ਏ ਡਰੋਲੀ ਡਰੋਲੀ ਹੋ ਜਾਂਦੀ ਜਦੋਂ ਨੀਨਾ ਕੌਡੀ ਪਾਉਂਦਾ ਏ ਤਾੜੀਆਂ ਮਾਰਦੇ ਇੱਕ ਵਾਰੀ ਠੋਕ ਕੇ ਮਾਰ ਦੋ ਤਾੜੀਆਂ ਲੱਗਦਾ ਜ਼ੋਰ
ਸਮਾਂ ਬੀਤ ਗਿਆ ਹੈ ਮੇਰੇ ਵੀਰੇ, ਪੁਆਇੰਟ ਜਾਫੀ ਦਾ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਲੱਖੀ ਡੋਲੀ ਭਾਈ ਪਿੰਡ ਵਾਲਾ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ। ਬੱਬੂ ਖੁਖਰਾਣੇ ਪਿੰਡ ਵਾਲਾ ਨੌਜਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਪਈ ਹੋਈ ਕਬੱਡੀ ਹੈ ਕਿ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਤਣਦਾ, ਦਾਰਾ ਸਿੰਘ ਘਰ ਚ ਹਰੇਕ ਬਣਦਾ, ਤੇ ਗਰਾਊਂਡ ਵਿੱਚ ਪੈਂਦਾ ਜਦੋਂ ਬਾਹ ਜੋਧਿਆ ਲੈਂਦੇ ਨੇ ਬਗਾਨੇ ਪੁੱਤ ਭਾ ਜੋਧਿਆ। ਚਾਹੀ ਦੀ ਫੁਲਾ ਜੀ ਹੱਡੀ ਲੰਘੇ ਆਣੀ ਆ, ਸੌਖੀ ਨੀ ਉਹ ਖੇਡਣੀ ਕਬੱਡੀ ਲੰਘੇ ਆਣੀ ਆ, ਸੌਖੀ ਨੀ ਉਹ ਖੇਡਣੀ ਕਬੱਡੀ ਲੰਘੇ ਆਣੀ ਆ। ਜੱਸੀ ਨੇ ਕਬੱਡੀ ਪਾ ਦਿੱਤੀ ਹੈ ਤੇ ਸਾਹਮਣੇ ਤਿੰਨ ਸਟੋਪਰ ਹੈ ਖੁਖਰਾਣੇ ਪਿੰਡ ਦੇ। ਬੂਟਾ ਸਰਦਾਰ ਸਿੰਘ ਵਾਲੇ ਪਿੰਡ ਦਾ ਗੁੱਟ ਫੜਿਆ, ਲੱਤੀ ਲੱਗਣ ਦੀ ਕੋਸ਼ਿਸ਼ ਕਰਦਾ ਹੈ ਤੇ ਮੁੰਡਾ ਹੱਥ ਨਹੀਂ ਧਰਾਉਂਦਾ। ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ, ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਫੇਰ ਨੌਜਵਾਨ ਗੱਭਰੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਚੁਗਾਮੇ ਦੀ ਧਰਤੀ ਦੇ ਹੈ ਤੇ ਗੱਭਰੂ ਖੁਖਰਾਣੇ ਪਿੰਡ ਵਾਲਾ ਕਬੱਡੀ ਪਾ ਰਿਹਾ। ਚੱਕਰ ਪਿੰਡ ਦੇ ਕਰਮੇ ਨੇ ਵਿਸਲ ਮਾਰ ਦੇਣੀ ਹੈ ਵੀ ਪੁਆਇੰਟ ਕਿਹਦੇ ਹਿੱਸੇ ਹੈ। ਮੁੰਡਾ ਭੱਜਾ ਆਉਂਦਾ ਹੈ ਕਿ ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲਿਆ, ਮੈਂ ਪਿੱਛੇ ਪਿੱਛੇ ਆਵਾਂ ਮੇਲ ਦੀ, ਵੇ ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲਿਆ, ਮੈਂ ਪਿੱਛੇ ਪਿੱਛੇ ਆਵਾਂ ਮੇਲ ਦੀ। ਲੈ ਗੱਭਰੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ। ਸਾਡਾ ਵੀਰ ਬਦਰੀ ਵਾਲਾ ਗੁਰਮੇਲ ਸਿੰਘ ਇਸ ਵੇਲੇ ਦਰਸ਼ਕਾਂ ਦੀ ਕਚਹਿਰੀ ਚੱਕਰ ਲਾ ਰਿਹਾ ਹੈ। ਤੁਸੀਂ ਇਹਨੂੰ ਵੀ ਮਾਣ ਪਿਆਰ ਬਖਸ਼ਣੇ ਹੈ। ਬੂਟਾ ਸਰਦਾਰ ਸਿੰਘ ਵਾਲੇ ਦੀ ਧਰਤੀ ਦਾ ਗੱਭਰੂ ਜੱਫਾ ਲਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਬੂਟਾ ਇਸ ਵੇਲੇ ਨਾਲ ਲਾ ਤਕੜਾ ਜੱਫਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾਉਂਦਾ ਹੋਇਆ। ਅਗਲੀ ਕਬੱਡੀ ਬੱਬੂ ਨੌਜਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ ਕਿ ਕਦੇ ਮਹਿਕ ਨਾ ਮੁੱਕਦੀ ਫੁੱਲਾਂ ਚੋਂ, ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ, ਕਦੇ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ, ਸਾਹ ਰੁਕਦੇ ਰੁਕਦੇ ਰੁਕ ਜਾਂਦੇ, ਜਦੋਂ ਯਾਦ ਤੇਰੀ ਸਾਨੂੰ ਆ ਜਾਂਦੀ ਤਾਂ ਕਦਮ ਰੁਕਦੇ ਰੁਕਦੇ ਰੁਕ ਜਾਂਦੇ, ਕਦੇ ਮਹਿਕ ਨਹੀਂ ਮੁੱਕਦੀ ਫੁੱਲਾਂ ਚੋਂ, ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ। ਬੱਬੂ ਖੁਖਰਾਣੇ ਪਿੰਡ ਵਾਲਾ ਇਸ ਵੇਲੇ ਨੌਜਵਾਨ ਗੱਭਰੂ ਲੈ ਕੇ ਪੁਆਇੰਟ ਭੱਜਾ ਆਉਂਦਾ ਹੈ ਖੇਡ ਦੇ ਮੈਦਾਨ ਦੇ ਵੱਲ ਨੂੰ ਕਿ ਕਾਲੂ ਜੀ ਨੂੰ ਕਹਿੰਦੇ ਨੇ ਰਸੂਲਪੁਰ ਦਾ। ਪਾਉਂਦਾ ਜਦੋਂ ਰੇਡ ਮੜਕਾ ਨਾ ਤੁਰਦਾ, ਬਦਲੀ ਦਾ ਕੀਪਾ ਕਾਲੂ ਕੋਲੋ ਕੋਲ ਦੇ ਤੇ ਪਾਲੇ ਤੱਕ ਜਾਣ ਜਾਫੀਆਂ ਨੂੰ ਰੋਲ ਦੇ। ਬਿਜਲੀ ਜਹੀ ਹੈ ਰਫਤਾਰ ਲੰਘੇ ਆਣੀ ਆ, ਜੋਧਿਆ ਕੌਡੀ ਦੇ ਸਟਾਰ ਲੰਘੇ ਆਣੀ ਆ, ਜੋਧਿਆ ਕੌਡੀ ਦੇ ਸਟਾਰ ਲੰਘੇ ਆਣੀ ਆ। ਕਬੱਡੀ ਜਗ ਦੇ ਸੁਪਰ ਸਟਾਰਾਂ ਦੀ ਗੱਲ ਕਰਨੀ ਹੈ, ਇਸ ਵੇਲੇ ਖੁਖਰਾਣੇ ਪਿੰਡ ਦਾ ਜਿੰਦਰ ਸਿੰਘ ਕਬੱਡੀ ਪਾ ਰਿਹਾ ਤੇ ਬੂਟਾ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਚੜ੍ਹਦੀ ਉਮਰ ਦਾ ਮੁੱਛ ਫੁੱਟ ਗੱਭਰੂ ਹੈ। ਕਲਾਬਾ ਭਰ ਲਿਆ, ਕੈਂਟੀ ਵੱਜ ਗਈ ਹੈ, ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ, ਮਾਰ ਦਿਓ ਤਾੜੀਆਂ ਕਿ ਲੱਗ ਗਿਆ ਜੱਫਾ ਯਾਰ, ਉਹ ਧਾ ਵੀ ਗਿਆ ਡੱਕਿਆ, ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ, ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ। ਪੰਜਾਬੀਆਂ ਨੂੰ ਸਵਾਦ ਆਉਂਦਾ ਕਬੱਡੀ ਦੇਖ ਕੇ, ਪੰਜਾਬੀਆਂ ਦੀ ਜਿੰਦ ਜਾਨ ਖੇਡ ਕਬੱਡੀ ਦੀ ਗੱਲ ਹੈ। ਇਸ ਵੇਲੇ ਗੱਭਰੂ ਖੁਖਰਾਣੇ ਪਿੰਡ ਵਾਲੇ ਨੇ ਮਾਰੀਏ ਪਰਦੇ ਅੰਦਰਲੇ ਪਾਸੇ ਥਾਪੀ ਤੇ ਦੂਜੇ ਪਾਸੇ ਜਾਫੀ ਪੇਚੇ ਪੈ ਗਏ ਨਾਲ ਬਗਾਨੇ ਤੇ, ਪਤਾ ਲੱਗਦਾ ਵਿੱਚ ਮੈਦਾਨੇ ਯਾਰ ਖੁਰਾਕਾਂ ਖਾਧੀਆਂ ਦੇ, ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ, ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਤੋਤਾ ਚਗਾਮੇ ਪਿੰਡ ਦਾ ਤੇ ਪੁਆਇੰਟ ਜਾਫੀ ਦਾ, ਫਸਟ ਆਊਟ ਆ ਪੁਆਇੰਟ ਜਾਫੀ ਦਾ, ਬੂਟੇ ਫਸਟ ਆਊਟ ਆ ਵੀਰੇ ਪੁਆਇੰਟ ਜਿਹੜਾ ਜਾਫੀ ਦਾ, ਰੌਲਾ ਨਹੀਂ ਪਾਉਣਾ ਬੂਟੇ, ਸੈਂਟਰ ਲਾਈਨ ਤੇ ਫਸਟ ਆਊਟ ਹੈ, ਸੈਂਟਰ ਲਾਈਨ ਦੇ ਉੱਪਰ ਜਿਹੜਾ ਫਸਟ ਆਊਟ ਹੈ। ਅੰਪਾਇਰ ਜਿਹੜੇ ਕੋਲੇ ਸੁਲਝੇ ਹੋਏ ਅੰਪਾਇਰ ਹੈ, ਕਬੱਡੀ ਵੀ ਬੜੀ ਤਕੜੀ ਖੇਡੀ ਇਹਨਾਂ ਵੀਰਾਂ ਨੇ। ਇਸ ਵੇਲੇ ਜੱਸੀ ਚਗਾਮੇ ਪਿੰਡ ਵਾਲਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤੇ ਸਾਹਮਣੇ ਡਰੋਲੀ ਭਾਈ ਵਾਲੇ ਲੱਖੀ ਨਾਲ ਪੰਗਾ ਪੈ ਗਿਆ। ਦੋਨੋਂ ਪਲੇਅਰ ਜਿਹੜੇ ਇੱਕੋ ਜਿਹੇ ਨੇ, ਸਰੀਰ ਇੱਕੋ ਜਿਹਾ, ਵਜਨ ਇੱਕੋ ਜਿਹਾ, ਪਰ ਖੁਰਾਕਾਂ ਵੱਖੋ ਵੱਖ ਨੇ, ਤਕਨੀਕਾਂ ਵੱਖੋ ਵੱਖ ਨੇ, ਤੇ ਪੁਆਇੰਟ ਰੇਡਰ ਦਾ ਕਿ ਚੰਗੇ ਉਸਤਾਦ ਦਾ ਚੰਡਿਆ ਯਾਰੋ ਪਹਾੜਾਂ ਨਾਲ ਵੀ ਖੈਂਦਾ ਏ, ਚੰਗੇ ਉਸਤਾਦਾਂ ਦੀ ਚੰਗੀ ਸਿੱਖਿਆ ਹੈ ਇਹਨਾਂ ਖਿਡਾਰੀਆਂ ਨੂੰ। ਲੈ ਇਸ ਵੇਲੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਬੱਬੂ ਖੁਖਰਾਣੇ ਪਿੰਡ ਵਾਲਾ ਤਿਆਰੀ ਕਰਦਾ ਖੇਡ ਦੇ ਮੈਦਾਨ ਦੇ ਵਿੱਚ। ਸਾਡਾ ਵੀਰ ਰਾਜੂ ਚਗਾਮੇ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਾ, ਬੜਾ ਸੋਹਣਾ ਲਿਖਦਾ ਸਾਡਾ ਵੀਰ। ਔਰ ਪੁਆਇੰਟ ਇਸ ਵੇਲੇ ਰੇਡਰ ਦਾ, ਮੈਚ ਸਮਾਪਤ ਤੇ ਇਸ ਮੈਚ ਦੇ ਵਿੱਚ ਟੀਮ ਜਿਹੜੀ
ਉਹ ਖੁਖਰਾਣਾ ਵੈਸੇ ਹੀ ਜਿੱਤ ਗਈ ਹੈ। ਖੁਖਰਾਣੇ ਦੀ ਟੀਮ ਜਿਹੜੀ ਵੈਸੇ ਹੀ ਜੇਤੂ ਰਹੀ ਹੈ ਇਸ ਮੈਚ ਦੇ ਵਿੱਚ। 13 ਪੁਆਇੰਟ ਹੈ ਖੁਖਰਾਣੇ ਦੇ ਤੇ 7.5 ਪੁਆਇੰਟ ਹੈ ਚਗਾਵੇ ਦੇ। 7.5 ਪੁਆਇੰਟ ਹੈ ਚਗਾਵੇ ਦੇ ਤੇ ਖੁਖਰਾਣੇ ਦੇ 13 ਪੁਆਇੰਟ ਹੈ। 13 ਪੁਆਇੰਟ ਲੈ ਕੇ ਖੁਖਰਾਣਾ ਜੇਤੂ ਹੈ। ਧੱਲੇ ਕੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਦੋਨੋਂ ਟੀਮਾਂ ਜਿਹੜੀਆਂ ਸੈਂਟਰ ਤੇ ਆ ਜਾਣ। ਧੱਲੇ ਕੇ ਤੇ ਬਾਬਾ ਜੋਗਿੰਦਰ ਸਿੰਘ ਕਲੱਬ ਰਸੂਲਪੁਰ ਦੋਨੋਂ ਟੀਮਾਂ ਇਸ ਵੇਲੇ ਸੈਂਟਰ ਤੇ ਆ ਜਾਣ। ਇਸ ਤੋਂ ਬਾਅਦ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ ਖੇਡਣਗੇ। ਇਹ ਟੀਮਾਂ ਜਿਹੜੀਆਂ ਆਪਾਂ ਆਪਣੇ ਮੈਚਾਂ ਦੇ ਮੁਤਾਬਕ ਜਿਹੜੀਆਂ ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ। ਹੈਲੋ 70 ਦੇ ਆ ਰੌਂਡ ਤੋਂ ਬਾਅਦ ਪੁਰਾਣੇ ਵਾਲੇ ਤੇ ਲਖੇਪੜ ਦਾ ਫਾਈਨਲ ਮੈਚ ਆ 60 ਕਿਲੋ ਦਾ ਆ ਰੌਂਡ ਤੋਂ ਬਾਅਦ। ਕਿਰਪਾਓ ਜੀ ਮੈਲਟੜ ਧੱਲੇ ਕੇ ਤੇ ਬਾਬਾ ਜੋਗਿੰਦਰ ਕਲੱਬ ਰਸੂਲਪੁਰ ਦੀਆਂ ਟੀਮਾਂ ਦੇ ਦਰਮਿਆਨ ਨਾਲ ਹੀ ਜੀ ਅਗਲੇ ਮੈਚ ਲਈ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਇਹ ਵੀ ਟੀਮਾਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਜੀ। ਪੁਰਾਣੇ ਵਾਲਾ ਏ ਵਰਤ ਜੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ ਇਹ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਜੀ। ਹਾਂਜੀ ਮੈਚ ਸਟਾਰਟ ਕਰਾ ਦਿਓ ਜੀ ਧੱਲੇ ਕੇ ਤੇ ਰਸੂਲਪੁਰ ਦੀਆਂ ਟੀਮਾਂ ਦੇ ਦਰਮਿਆਨ। ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਇਹ ਵੀ ਟੀਮਾਂ ਆ ਰਾਜ ਫਿਰ ਮੋਟਰਸਾਈਕਲ ਪਾਸੇ ਕਰ ਦਿਓ ਜਿਹਦੇ ਜਿਹਦੇ ਖੜੇ ਆ। ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ ਇਹ ਵੀ ਟੀਮਾਂ ਅਗਲੇ ਮੈਚਾਂ ਦੇ ਲਈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਜੀ। ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ ਲਓ ਜੀ ਚੜ੍ਹਦੇ ਵਾਲੀ ਸਾਈਡ ਟੀਮ ਜਿਹੜੀ ਹੋ ਗਈ ਹੈ ਬਾਬਾ ਜੋਗਿੰਦਰ ਕਲੱਬ ਰਸੂਲਪੁਰ ਦੀ ਤੇ ਲੈਂਦੇ ਵਾਲੀ ਸਾਈਡ ਆਪਾਂ ਵੇਖਾਂਗੇ ਟੀਮ ਜਿਹੜੀ ਪਿੰਡ ਧੱਲੇ ਕੇ ਆਉਂਦੀ ਹੈ। ਚੱਲ ਬਈ ਨਿੰਮਾ ਲਹਾਰੇ ਵਾਲਾ ਤੇ ਤੋਤਾ ਆਪਣੇ ਸਾਥੀ ਖਿਡਾਰੀਆਂ ਕੋਲ ਮੋਟਰਸਾਈਕਲਾਂ ਕੋਲ ਪੁੱਜਣ ਜੀ। ਨਿੰਮਾ ਲਹਾਰੇ ਵਾਲਾ ਤੋਤਾ ਲਓ ਜੀ ਪਹਿਲੀ ਕਬੱਡੀ ਆਪਾਂ ਵੇਖਾਂਗੇ। ਨੌਜਵਾਨ ਮਹਿਰੋ ਪਿੰਡ ਵਾਲਾ ਜੀਤਾ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਵਧਿਆ ਹੋਇਆ ਹੈ ਔਰ ਦੂਸਰੇ ਪਾਸੇ ਰਸੂਲਪੁਰ ਪਿੰਡ ਕਹਿੰਦੇ ਨੇ ਵੀ ਕਿ ਕਾਲੂ ਦਾ ਪਿੰਡ ਹੈ। ਨੌਜਵਾਨ ਨੇ ਬਹੁਤ ਸੋਹਣਾ ਗੁੱਟ ਫੜਿਆ ਪਰ ਪਵੈਂਡ ਜਿਹੜਾ ਨੌਜਵਾਨ ਮਹਿਰੋ ਵਾਲਾ ਜੀਤਾ ਧੱਲੇਗਾ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਚੱਲ ਬਈ ਨੌਜਵਾਨਾਂ ਪਾਪਰ ਕਬੱਡੀ ਅਗਲੀ ਕਬੱਡੀ ਰਸੂਲਪੁਰ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਵਧਿਆ ਹੋਇਆ ਕਿ ਮਾਸਟਰਾਂ ਦੇ ਤੌਰ ਤੇ ਇਹਨੂੰ ਲੋਕ ਜਾਣਦੇ
ਖੇਡ ਏਡੀ ਦਾ ਆਨੰਦ ਲੋਕੀ ਰੱਜ ਰੱਜ ਮਾਣਦੇ, ਛੇਤੀ ਕਿਤੇ ਤਾਣੀ ਇਹ ਲੋਕੋ ਜਾਂਦਾ ਬੜਿਆ। ਰਸੂਲਪੁਰੀਏ ਕਾਲੂ ਦਾਣਾ ਬੱਚੇ ਬੱਚੇ ਦੀ ਜਵਾਨ ਦੇ ਉੱਤੇ ਹੈ ਚੜਿਆ, ਰਸੂਲਪੁਰੀਏ ਕਾਲੂ ਦਾਣਾ ਬੱਚੇ ਬੱਚੇ ਦੀ ਜਵਾਨ ਦੇ ਉੱਤੇ ਹੈ ਚੜਿਆ। ਲਓ ਜੀ ਜੱਸਾ ਨੌਜਵਾਨ ਧੱਲੇ ਕੇ ਪਿੰਡ ਵਾਲਾ ਬਹੁਤ ਵਧੀਆ ਕੋਸ਼ਿਸ਼ ਕਰਦਾ ਹੈ, ਪਰ ਪਮੈਂਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ, ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਜੀ ਧੱਲੇ ਕੇ ਪਿੰਡ ਵਾਲਾ ਪਾਉਣ ਦੇ ਲਈ ਬੰਦਾ ਹੋਇਆ। ਚਾਰ ਯਾਪੀ ਰਸੂਲਪੁਰ ਪਿੰਡ ਦੇ ਕਿਹੋ ਜਿਹਾ ਕਮਾਲ ਕਰਨਗੇ, ਮੁੰਡੇ ਨੇ ਖਿਲਾਰੀਆਂ ਨੇ ਬਾਹਾਂ ਤੇ ਜਾਪੀ ਕਰਨ ਸਲਾਹਾਂ, ਲੱਤਾਂ ਫੜੀਏ ਜਾ ਬਾਹਾਂ, ਲੱਗਿਆ ਹਲਕਾ ਜਿਹਾ ਫੁੱਲ ਵਰਗਾ ਟੱਚ ਤੇ ਪਵੈਂਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ, ਪਾ ਫਿਰ ਵੱਧ ਕੇ ਅਗਲੀ ਕਬੱਡੀ ਕੇ ਖੇਡਣੀ ਹੋਵੇ ਕਬੱਡੀ ਤੇ ਦੁੱਧ ਡੈਰੀ ਇਹ ਨੀ ਪਾਈਦਾ, ਪੋ ਮਾਗ ਦੀਆਂ ਰਾਤਾਂ ਵਿੱਚ ਛੱਡਣਾ ਪੈਂਦਾ ਨਿਗਰ ਜਾਈਦਾ, ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਸਹਿਣੀ ਪੈਂਦੀ ਆ ਧੁੱਪ ਦੀ ਮਾਰ ਮਿੱਤਰੋ, ਤੇ ਸੌਖਾ ਬਣਨਾ ਨੀ ਕੌਡੀ ਦਾ ਸਟਾਰ ਮਿੱਤਰੋ, ਤੇ ਸੌਖਾ ਬਣਨਾ ਨੀ ਕੌਡੀ ਦਾ ਸਟਾਰ ਮਿੱਤਰੋ। ਲਓ ਜੀ ਨਿੰਦਰਾ ਸਿੱਧੂ ਨੌਜਵਾਨ ਇਸ ਵਕਤ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ, ਪਰ ਪਵੈਂਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ। ਚੱਲ ਬਈ ਨੌਜਵਾਨਾਂ, ਅਗਲੀ ਕਬੱਡੀ ਫੇਰ ਖੇਡ ਮੈਦਾਨ ਵਿੱਚ ਨੌਜਵਾਨ ਮਹਿਰੋ ਪਿੰਡ ਵਾਲਾ ਜੀਤਾ ਪਾਉਣ ਦੇ ਲਈ ਬੰਧਿਆ ਹੋਇਆ ਹੈ ਕਿ ਡੌਲੇ ਮੋਟੇ ਨੇ ਚੂੜ ਚੱਕੀਏ ਪੱਪੂ ਦੇ ਤੇ ਤੇਜ ਟੱਚ ਨੇ ਜਮੇਰ ਜਲਾਲ ਦੇ ਲੋਕੋ, ਫਕਰ ਚੰਡੇ ਦੇ ਤੋਚੀ ਦੀ ਪ੍ਰੈਸ ਵਧੀਆ ਤੇ ਹੱਥ ਪੱਕੇ ਨੇ ਬਿੱਟੂ ਦਿਗਾਲ ਦੇ ਲੋਕੋ, ਤੇ ਹੱਥ ਪੱਕੇ ਨੇ ਬਿੱਟੂ ਦਿਗਾਲ ਦੇ ਲੋਕੋ। ਲਓ ਜਿਸ ਵਕਤ ਪਵੈਂਟ ਨੌਜਵਾਨ ਜੀਤਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਬਈ ਨੌਜਵਾਨਾਂ, ਨਾਲ ਹੀ ਅਗਲੇ ਮੈਚ ਲਈ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਦੇ ਕੰਡਿਆਲ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਜੀ। ਲਓ ਜੀ ਚਾਰ ਯਾਪੀ ਇੱਕ ਕੰਨੀ ਜੱਸਾ ਨੌਜਵਾਨ ਹੈ, ਇਸ ਬਾਤ ਕਹਿੰਦੇ ਵੀ ਹਲਕੀ ਜੀ ਸੱਟ ਲੱਗਦੀ ਹੈ ਮੋਢੇ ਤੇ, ਪਰ ਤਾਂ ਵੀ ਮੁੰਡਾ ਗਰਾਊਂਡਾਂ ਦੇ ਨਾਲ ਜੁੜਿਆ ਹੈ, ਗੁੱਟ ਫੜ ਕੇ ਕੈਂਚੀ ਵੱਜੀ ਹੈ ਤੇ ਪਵੈਂਟ ਜਿਹੜਾ ਜਾਪੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ, ਅਗਲੀ ਕਬੱਡੀ ਫੇਰ ਆਪਾਂ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਰਾਜੀ ਪਾਉਣ ਦੇ ਲਈ ਬੰਦਾ ਹੋਇਆ ਕਿ ਛਾਤੀ ਮੇਰੀ ਗੁੰਦਮੀ ਹੋ ਜੇ ਤੇ ਬੱਬਰ ਸ਼ੇਰ ਜੀ ਹੋ ਜੇ ਚਾਲ, ਜਾਂ ਮੈਂ ਬਣ ਜਾ ਲੱਲੀਆਂ ਵਾਲਾ ਜਾਂ ਬਣ ਜਾ ਜਾਂ ਬਣ ਜਾ ਸਿੱਖਾ ਪੰਡਾਲ, ਜਾਂ ਬੱਗੇ ਪਿੰਡ ਦਾ ਮੰਗੀ ਬਣ ਜਾ, ਜਾਂ ਬਣ ਜਾ ਬਿੱਟੂ ਦਿਗਾਲ, ਛਾਤੀ ਮੇਰੀ ਗੁੰਦਮੀ ਹੋ ਜੇ ਬੱਬਰ ਖੇਰ ਦੀ ਹੋ ਜੇ ਚਾਲ, ਛਾਤੀ ਮੇਰੀ ਗੁੰਦਮੀ ਹੋ ਜੇ ਤੇ ਬੱਬਰ ਖੇਰ ਦੀ ਹੋ ਜੇ ਚਾਲ। ਲਓ ਜੀ ਰਾਜੀ ਨੌਜਵਾਨ ਬਹੁਤ ਵਧੀਆ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਚੱਲ ਬਈ ਨੌਜਵਾਨਾਂ, ਮੁੰਡੇ ਨੇ ਲਾਈ ਹੱਥਾਂ ਨੂੰ ਕਲੀ ਤੇ ਕਰੇ ਮੌਲਾ ਭਲੀ ਜਵਾਨੀ ਰੇਡ ਤੇ ਚਲੀ, ਚਾਰ ਯਾਪੀ ਧੱਲੇ ਕੇ ਪਿੰਡ ਵਾਲੇ ਕਿਹੋ ਜਿਹਾ ਕਮਾਲ ਕਰਨਗੇ। ਕਹਿੰਦੇ ਨੇ ਵੀ ਬਾਬੇ ਮਹਿਤੇ ਨੂੰ ਦੁਨੀਆ ਜਾਣਦੀ ਹੈ, ਕਬੱਡੀ ਦੇ ਬਾਬਾ ਬੋਰਡ ਮਹਿਤਾ ਧੱਲੇ ਕੇ, ਔਰ ਦੂਸਰੇ ਪਾਸੇ ਨਿੰਦਰਾ ਮੁੰਡਾ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ। ਅਗਲੇ ਮੈਚ ਲਈ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ ਇਹ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਜੀ। ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ ਕਪੂਰੇ ਤੇ ਰੌਲੀ ਇੰਦਗੜ ਤੇ ਕੰਡਿਆਲ। ਲਓ ਜੀ ਅਗਲੀ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖਾਂਗੇ ਮਹਿਰੋ ਪਿੰਡ ਵਾਲਾ ਜੀਤਾ ਪਾਉਣ ਦੇ ਲਈ ਬੰਧਿਆ ਹੋਇਆ ਕਿ ਉਹ ਬੈਲੀ ਭੱਜ ਪਿਆ ਜੀਤੇ ਮੋੜ ਨਾ ਪੰਗਾ ਪਾ ਕੇ, ਅੱਜ ਸਿੰਘ ਫਸਨੇ ਕੁੰਡੀਆਂ ਦੇ ਤੇ ਮਿੱਤਰਾ ਬਹਿ ਜਾ ਗੋਡੀ ਲਾ ਕੇ। ਉਗੜਾ ਦੀ ਟੀਮ ਪਾਈ ਜਾ ਵੀਰੇ, ਕਾਲਾ ਕਿੱਥੇ ਆਵਾਜ਼ ਆਉਂਦਾ ਵੇ, ਫੋਟੋ ਖਿੱਚ ਆ ਗਏ ਕਾਲਾ। ਚੱਲ ਬਈ ਨੌਜਵਾਨ, ਅਗਲੀ ਕਬੱਡੀ ਫੇਰ ਆਪਾਂ ਵੇਖਾਂਗੇ ਨੌਜਵਾਨ ਰਸੂਲਪੁਰ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਬੰਧਿਆ ਹੋਇਆ। ਚਾਰ ਯਾਪੀ ਧੱਲੇ ਕੇ ਪਿੰਡ ਵਾਲਾ, ਇੱਕ ਪਾਸੇ ਰਾਜੂ ਵੱਡੇ ਘਰ ਬਣਦਾ ਹੈ, ਇੱਕ ਕੰਨੀ ਜੱਸਾ ਦੋ ਨੰਬਰ ਤੇ ਬੋੜਾ ਤੇ ਨਾਲ ਕਹਿੰਦੇ ਨੇ ਵੀ ਨਿੰਦਰ ਆਏ। ਲਓ ਜੀ ਜੱਸੇ ਨੇ ਰੱਖਿਆ ਧੌਣ ਤੇ ਹੱਥ,
ਨਾਲ ਹੀ ਹਰਚੰਦ ਸਿੰਘ ਕੈਨੇਡੀਅਨ ਬੋਲਾ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਸਨਮਾਨ ਭੇਜਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਰਚੰਦ ਸਿੰਘ ਕੈਨੇਡੀਅਨ, ਲਓ ਜੀ ਜੱਸਾ ਨੌਜਵਾਨ ਲਾ ਤਕੜਾ ਆ ਜੱਪਾ, ਇਸ ਵਕਤ ਬੱਲੇ ਬੱਲੇ ਕਰਵਾਉਂਦਾ ਚੱਲ ਬਈ ਨੌਜਵਾਨਾਂ। ਅਗਲੀ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ ਰਾਜੀ ਨੌਜਵਾਨ ਪਾਉਣ ਦੇ ਲਈ ਬੰਧਿਆ ਹੋਇਆ ਹੈ। 4 ਯਾਪੀ ਰਸੂਲਪੁਰ ਪਿੰਡ ਵਾਲੇ ਨੌਜਵਾਨ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ, ਪਰ ਪਵੈਣ ਜਿਹੜਾ ਰਾਜੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ ਪਾ ਪ੍ਰਵਲ ਕੇ ਅਗਲੀ ਕਬੱਡੀ, ਨਾਲ ਹੀ ਅਗਲੇ ਮੈਚ ਲਈ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ, ਇਹ ਟੀਮਾਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਜੀ। ਪੁਰਾਣੇ ਵਾਲਾ ਏ ਵਰਤ ਜੇ ਜੈ ਸਿੰਘ ਵਾਲਾ, ਲਓ ਜੀ ਰਸੂਲਪੁਰੀਏ ਨੌਜਵਾਨ ਦੀ ਪੈਂਦੀ ਹੋਈ ਕਬੱਡੀ, ਤੇ ਦੂਸਰੇ ਪਾਸੇ ਕਹਿੰਦੇ ਵੀ ਦਾ ਪੇਚਾਂ ਦੀ ਪਟਾਰੀ ਹੈ, ਕੌਣ ਬੋੜਾ ਥੱਲੇ ਕੇ ਪਿੰਡ ਵਾਲਾ ਇਸ ਵਕਤ ਲਾ ਤਕੜਾ ਆ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ, ਪਰ ਦੂਸਰੇ ਪਾਸੇ ਮੁੰਡਾ ਕਿ ਮੁੰਡਾ ਰੇਈ ਕਮੀ ਰੁਮਾਲ ਵਰਗਾ ਮੇਰੇ ਹੱਥ ਚੋਂ ਤਿਲਕਦਾ ਜਾਵੇ, ਤੇ ਪਵੈਂਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ। ਚੱਲ ਬਈ ਨੌਜਵਾਨ ਅਗਲੀ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ, ਨੌਜਵਾਨ ਜੀਤਾ ਮਹਿਰੋ ਪਿੰਡ ਵਾਲਾ ਪਾਉਣ ਦੇ ਲਈ ਬੰਧਿਆ ਹੋਇਆ ਕਿ ਤੇਰੇ ਲਈ ਸਾਡੇ ਬੁੱਲਾ ਚੋਂ ਦੁਆਵਾਂ ਬਹੁਤ ਨੇ, ਹਾੜ ਦੀਆਂ ਧੁੱਪਾਂ ਜੇ ਤੂੰ ਪਿੰਡ ਕੇ ਨਿਭਾਏਗਾ, ਹਜੇ ਕਰਨੀਆਂ ਦੁਨੀਆਂ ਨੇ ਇਛਾਵਾਂ ਬਹੁਤ ਨੇ, ਹਰ ਮੈਦਾਨ ਪੈਣਾ ਤੇਰੇ ਮੁੜ ਕੇ ਦਾ ਮੁੱਲ, ਪੰਜਾਬੀਆਂ ਦੇ ਦਿਲਾਂ ਵਿੱਚ ਥਾਵਾਂ ਬਹੁਤ ਨੇ, ਚਿੱਤ ਲਾ ਕੇ ਤੱਲੇ ਕਲੈੜਾ ਖੇਡਦਾ ਕਬੱਡੀ, ਤੇ ਕਾਮਯਾਬੀ ਦੀਆਂ ਉਹਦੇ ਲਈ ਰਾਵਾਂ ਬਹੁਤ ਨੇ, ਤੇ ਕਾਮਯਾਬੀ ਦੀਆਂ ਉਹਦੇ ਲਈ ਰਾਵਾਂ ਬਹੁਤ ਨੇ। ਪਵੈਣ ਜਿਹੜਾ ਜੀਤਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ ਪਾ ਪ੍ਰਵਾਹ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ, 4 ਯਾਬੀ ਤੱਲੇ ਕੇ ਪਿੰਡ ਵਾਲੇ, ਇੱਕ ਕੰਨੀ ਗੱਗਾ ਏ, ਇੱਕ ਕੰਨੀ ਰਾਜੂ ਬੰਡੇਕਰ ਪਿੰਡ ਵਾਲਾ, 2 ਨੰਬਰ ਦੇ ਬੋੜਾ, ਲਓ ਜੀ ਇਸ ਵਾਰ ਰਾਜੂ ਬੰਡੇਕਰ ਪਿੰਡ ਵਾਲਾ ਨੌਜਵਾਨ ਬਹੁਤ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੋਇਆ ਹੈ। ਨਾਲ ਹੀ ਅਗਲੇ ਮੈਚ ਲਈ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ, ਕਪੂਰੇ ਤੇ ਰੌਲੀ, ਇੰਦਗੜ ਤੇ ਕੰਡਿਆਲ, ਔਗੜਾਂ ਦੀ ਟੀਮ ਜਿਹੜੀ 22 ਦੇ ਵਿੱਚ ਹੈ। ਨਾਲ ਹੀ ਖਿਡਾਰੀ ਵੀਰ ਨੋਟ ਕਰਨਗੇ ਕਬੱਡੀ 70 ਕਿਲੋ ਦੀ, ਹੋਰ ਕੋਈ ਵੀ ਟੀਮ ਐਂਟਰ ਨਹੀਂ ਹੋਣੀ, ਖਿਡਾਰੀ ਵੀਰ ਨੋਟ ਕਰਨ ਦੀ। ਲਓ ਜੀ ਰਾਜੀ ਨੌਜਵਾਨ ਦੀ ਪਾਈ ਕਬੱਡੀ, ਦੂਸਰੇ ਪਾਸੇ ਰਸੂਲਪੁਰੀਆ ਨੌਜਵਾਨ ਕਹਿੰਦਾ ਮੈਨੂੰ ਹੀ ਛੱਡੋ ਮੈਂ ਕਰਦਾ 2 ਹੱਥ, ਇਸ ਵਕਤ ਲੱਗਦਾ ਹੋਇਆ ਤਕੜਾ ਆ ਜੱਫਾ ਹੁੰਦੀ ਹੋਈ ਬੱਲੇ ਬੱਲੇ। ਕਪੂਰੇ ਤੇ ਜੈ ਸਿੰਘ ਵਾਲਾ, ਇੰਦਗੜ ਤੇ ਰੌਲੀ, ਸੋਰੀ ਇੰਦਗੜ ਤੇ ਕੰਡਿਆਲ, ਔਗੜਾਂ ਦੀ ਟੀਮ ਜਿਹੜੀ 22 ਦੇ ਵਿੱਚ ਹੈ। ਅਗਲੇ ਮੈਚ ਲਈ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲਾ, ਇਹ ਟੀਮਾਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਜੀ। ਪੁਰਾਣੇ ਵਾਲਾ ਏ ਵਰਤ ਜੀ ਜੈ ਸਿੰਘ ਵਾਲਾ, ਲਓ ਜੀ ਇਸ ਵਕਤ ਪੈਂਦੀ ਹੋਈ, ਲਓ ਜੀ ਇਸ ਵਕਤ ਪਈ ਹੋਈ ਕਬੱਡੀ, ਤੇ ਦੂਸਰੇ ਪਾਸੇ ਨੌਜਵਾਨ ਬੋੜਾ ਬਹੁਤ ਵਧੀਆ ਕੋਸ਼ਿਸ਼ ਕਰਦਾ, ਪਰ ਬਿੱਲਾ ਗਾਲ ਵਾਲਾ ਫੈਸਲੇ ਕਰਦਾ ਕਿ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ ਅਗਲੀ ਕਬੱਡੀ ਜੀਤਾ ਮਹਿਰੋ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਵਧਿਆ ਹੋਇਆ। 4 ਯਾਪੀ ਰਸੂਲ ਪਿੰਡ ਵਾਲੇ ਲਲਕਾਰਦੇ ਨੇ, ਪੱਟਾਂ ਤੇ ਥਾਪੀਆਂ ਮਾਰਦੇ ਨੇ, ਕਿਹੜਾ ਜਾਪੀ ਵਰ ਕੇ ਕਰੂਗਾ ਕੁਝ, ਚ ਪੂਰੀ ਵਿਉਂਤਬੰਦੀ ਬਣਾਈ ਹੋਈ ਹੈ। ਦੂਸਰੇ ਪਾਸੇ ਨੌਜਵਾਨ ਬਹੁਤ ਵਧੀਆ ਕੋਸ਼ਿਸ਼ ਕਰਦਾ ਹੈ, ਪਰ ਜੀਤਾ ਮਹਿਰੋ ਵਾਲਾ ਕਹਿੰਦੇ ਨੇ ਵੀ ਕਬੱਡੀ 70 ਕਿਲੋ ਦਾ ਟੌਪ ਦਾ ਖਿਡਾਰੀ ਹੈ, ਤੇ ਪਵੈਣ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ ਅਗਲੀ ਕਬੱਡੀ ਰਸੂਲਪੁਰ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ। ਨਾਲ ਹੀ ਜੀ ਪੁਰਾਣੇ ਵਾਲਾ ਏ ਜੈ ਸਿੰਘ ਵਾਲਾ, ਕਪੂਰੇ ਤੇ ਰੌਲੀ, ਇੰਦਗੜ ਤੇ ਕੰਡਿਆਲ, ਔਗੜਾਂ ਦੀ ਟੀਮ ਜਿਹੜੀ 22 ਦੇ ਵਿੱਚ ਹੈ। ਲਓ ਜੀ ਇਸ ਵਕਤ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ,
ਆਪਾਂ ਵੇਖਾਂਗੇ ਜੱਸਾ ਨੌਜਵਾਨ ਬਹੁਤ ਵਧੀਆ ਕੋਚਿੰਗ ਕਰਦਾ ਹੈ ਤੇ ਪਵੈਣ ਜਿਹੜਾ ਜਾਪਿਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਮੈਚ ਸਮਾਪਤ ਹੈ ਜੀ। ਇਸ ਮੈਚ ਦੇ ਵਿੱਚ ਟੱਲੇ ਕੇ ਜੇਤੂ ਹੈ, ਨੋਟ ਕਰ ਲਓ ਜੀ, ਟੱਲੇ ਕੇ ਜੇਤੂ ਹੈ। ਲੈ ਇਸ ਵੇਲੇ ਮੈਚ ਜਿਹੜਾ ਬੜਾ ਵਧੀਆ ਖੇਡਿਆ ਜਾਣਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਪੁਰਾਣੇ ਵਾਲਾ ਏ ਤੇ ਜੈ ਸਿੰਘ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਸਾਡੇ ਵੀਰ ਮਨਜੀਤ ਗਿੱਲ ਹੋਣੀ ਬੈਠੇ ਨੇ ਕੈਨੇਡਾ ਦੇ ਵਿੱਚ, ਵੱਡੇ ਜਿਹੜੇ ਬਿਜ਼ਨਸ ਨੇ ਇਹਨਾਂ ਭਰਾਵਾਂ ਦੇ, ਔਰ ਸਾਡਾ ਵੀਰ ਪਰਮ ਗਿੱਲ ਜੀ ਉਹਨਾਂ ਵੀਰਾਂ ਦਾ ਪਿੰਡ ਹੈ, ਕੈਨੇਡਾ ਦੀ ਸਿਆਸਤ ਦੀ ਵਾਂਗ ਡੋਰ ਸੰਭਾਲੀ ਉਹਨਾਂ ਭਰਾਵਾਂ ਨੇ ਮੇਰੇ ਵੀਰੋ। ਉਹ ਵੀਰ ਜਿਹੜੇ ਅੱਜ ਪੰਜਾਬ ਲਾਈਵ 1.com ਦੇ ਜ਼ਰੀਏ ਕੱਲੀ ਕੱਲੀ ਕਬੱਡੀ ਦਾ ਆਨੰਦ ਲੈ ਰਹੇ ਨੇ, ਸਾਡੇ ਵੀਰ ਮਨਜੀਤ ਗਿੱਲ ਹੋਣੀ ਪਰਮ ਗਿੱਲ ਹੋਣੀ ਉਹਨਾਂ ਵੀਰਾਂ ਦਾ ਪਿੰਡ ਹੈ, ਬੈਠੇ ਨੇ ਕੈਨੇਡਾ ਦੇ ਵਿੱਚ ਮੇਰੇ ਵੀਰੇ। ਉਹ ਵੀਰ ਜਿਹੜੇ ਪੰਜਾਬ ਲਾਈਵ 1.com ਦੇ ਜ਼ਰੀਏ ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਨੇ, ਵੱਡਾ ਧੰਨਵਾਦ ਹੈ। ਔਰ ਸਾਡੇ ਵੀਰ ਹਰਿੰਦਰ ਗਿੱਲ ਹੋਣੀ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ, ਸਵਰਗਵਾਸੀ ਸਰਦਾਰ ਜਗਮੋਹਨ ਸਿੰਘ ਜੀ ਗਿੱਲਾਂ ਦੇ ਪਰਿਵਾਰ ਦੇ ਵੀ ਵੱਡੇ ਸਹਿਯੋਗ ਨੇ, ਜਿੱਥੇ ਸਵਰਗਵਾਸੀ ਸਰਦਾਰ ਕੁਲਜੀਤ ਸਿੰਘ ਜੀ ਗਿੱਲਾਂ ਦੇ ਪਰਿਵਾਰ ਦੇ ਵੀ ਵੱਡੇ ਸਹਿਯੋਗ ਨੇ। ਹੋਰ ਵੀ ਬੜੀ ਲੰਬੀ ਲਿਸਟ ਹੈ, ਜੇ ਮੈਂ ਨਾਂ ਸਾਂਝੇ ਕਰਨ ਲੱਗਾ ਤਾਂ ਬੜਾ ਲੰਬਾ ਸਮਾਂ ਲੱਗੇਗਾ। ਵੱਡਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਤੇ ਸਾਡੇ ਭਾਈ ਬਲਜੀਤ ਗਿੱਲ ਹੋਣੀ, ਇਹਨਾਂ ਵੀਰਾਂ ਦੀ ਸੋਚੀ ਪੈਰਾਮਾਊਂਟ ਸਪੋਰਟਸ ਕਲੱਬ ਵਧਾਈ ਦੀ ਪਾਤਰ। ਤੇ ਅੱਜ ਦਾ ਦੂਸਰੇ ਸਾਲ ਦਾ ਪਹਿਲਾ ਦਿਨ ਇਸ ਵੇਲੇ ਨਿਰਵਿਘਨ ਸਮਾਪਤੀਆਂ ਦੇ ਵੱਲ ਨੂੰ ਵਧਦਾ ਜਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ। ਇਸ ਵੇਲੇ ਨਿਰਵਿਘਨ ਜਿਹੜਾ ਸਮਾਪਤੀਆਂ ਦੇ ਵੱਲ ਨੂੰ ਵਧਦਾ ਜਾ ਰਿਹਾ ਹੈ ਅੱਜ ਦਾ ਇਹ ਪਹਿਲਾ ਦਿਨ। ਔਰ ਪੰਜਾਬ ਲਾਈਵ 1.com ਦੇ ਜ਼ਰੀਏ ਸਾਡੇ ਵੀਰ ਜੁੜੇ ਬੈਠੇ ਨੇ, ਕੱਲੀ ਕੱਲੀ ਕਬੱਡੀ ਦਾ ਸਵਾਦ ਲਿਆ ਜਾ ਰਿਹਾ ਹੈ। ਇਸ ਵੇਲੇ ਪੁਰਾਣੇ ਵਾਲ ਪਿੰਡ ਦੀ ਟੀਮ ਜਿਹੜੀ ਲਹਿੰਦੇ ਵਾਲੇ ਪਾਸੇ ਹੈ ਮੇਰੇ ਵੀਰ, ਅਕੈਡਮੀ ਵਾਲੇ ਪਾਸੇ ਤੇ ਚੜ੍ਹਦੇ ਵਾਲੇ ਪਾਸੇ ਟੀਮ ਖੇਡ ਮੈਦਾਨ ਦੇ ਵਿੱਚ ਜੈ ਸਿੰਘ ਵਾਲੇ ਦੀ ਹੈ। ਕਹਿੰਦੇ ਵੀ ਏਰੀਆ ਬਾਕੇ ਪੁਰਾਣੇ ਦਾ ਹੈ ਤੇ ਗੱਭਰੂ ਚਾਰ ਸਟਾਪਰ ਬਿਲਕੁਲ ਤਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ। ਲਾ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਜੱਸਾ ਚੰਦਾ ਵਾਲਾ ਪੁਆਇੰਟ ਲੈ ਕੇ ਪੁਰਾਣੇਵਾਲ ਦੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਧਾ ਕਰਦਾ ਹੋਇਆ, ਅਗਲੀ ਕਬੱਡੀ ਪਾਉਣ ਲਈ ਜੈ ਸਿੰਘ ਵਾਲੇ ਵਾਲਾ ਗੱਭਰੂ ਵਾਧਾ ਹੋਇਆ। ਚਾਰ ਜਾਫੀ ਇਸ ਵੇਲੇ ਪੁਰਾਣੇਵਾਲ ਪਿੰਡ ਦੇ ਤੇ ਚੜ੍ਹਦੀ ਕਰਨੀ, ਇੱਕ ਪਾਸੇ ਮਨਜਿੰਦਰ ਹੈ ਨੌਜਵਾਨ ਗੱਭਰੂ ਤੇ ਆਹ ਨੌਜਵਾਨ ਸਾਹਮਣੇ ਇਸ ਵੇਲੇ ਦੇਖਦਾ ਵੀ ਪੁਰਾਣੇ ਵਾਲੀ ਆ ਡੱਕਣ ਦੀ ਕਰਦਾ ਹੋਇਆ ਕੋਸ਼ਿਸ਼ ਤੇ ਗੱਲ ਜਿਹੜੀ ਸਮੇਂ ਦੀ ਹੈ ਤੇ 30 ਸਕਿੰਟਾਂ ਚੋਂ ਕੁਝ ਪਲ ਬੀਤੇ ਆ ਤੇ ਕੁਝ ਬਾਕੀ ਹੈ, ਪੁਸ਼ ਮਾਰੀ ਹੈ ਨੌਜਵਾਨ ਗੱਭਰੂ ਨੇ ਤੇ ਪੁਆਇੰਟ ਜਾਫੀ ਦੇ ਹਿੱਸੇ ਜੁੜ ਚੁੱਕਿਆ ਹੈ, ਪੁਆਇੰਟ ਇਸ ਵੇਲੇ ਜਾਫੀ ਦਾ। ਅਗਲੀ ਕਬੱਡੀ ਜੱਸਾ ਨੌਜਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ। ਮੇਰੇ ਵੀਰੋ ਕੱਲ ਨੂੰ ਕਬੱਡੀ ਓਪਨ ਦੇ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜਣੇ ਹੈ, ਜਿੱਥੇ ਕਹਿੰਦੇ ਵੀ ਜਦੋਂ ਕੈਨੇਡਾ ਦੀ ਮੈਟਰੋ ਕਬੱਡੀ ਕਲੱਬ ਨੇ ਪਹਿਲਾ ਕਬੱਡੀ ਕੱਪ ਕਰਵਾਇਆ ਕੈਨੇਡਾ ਦੇ ਵਿੱਚ ਤੇ ਅੰਗਰੇਜ਼ ਬਿਰਲਾ ਭਿੰਡਰਾ ਵਾਲਾ ਉਸ ਕਬੱਡੀ ਕੱਪ ਦਾ ਉੱਤਮ ਧਾਵੀ ਆਇਆ ਹੈ ਤੇ ਉੱਤਮ ਜਾਫੀ ਆਇਆ ਨੇਕੀ ਸਿੱਧਵਾ ਦੋਨਾਂ ਦਾ, ਜਿਹੜੇ ਪਿੰਡ ਦੇ ਜੱਸੇ ਵਰਗੇ ਦੁਨੀਆ ਭਰ ਦੇ ਟਾਪ ਦੇ ਖਿਡਾਰੀ ਹੈ। ਤੇ ਇਸ ਵੇਲੇ ਜੱਸਾ ਪੁਰਾਣੇ ਵਾਲ ਦੀ ਟੀਮ ਲਈ ਅੰਕ ਦਾ ਵਾਧਾ ਕਰਦਾ ਹੈ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਜੈ ਸਿੰਘ ਵਾਲੇ ਵਾਲਾ ਗੱਭਰੂ ਵਾਧਾ ਹੋਇਆ। ਕਪੂਰੇ ਤੇ ਰੌਲੀ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਜਿਹੜਾ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ ਕਪੂਰੇ ਤੇ ਰੌਲੀ ਪਿੰਡ ਦੀਆਂ ਟੀਮਾਂ ਦੇ ਦਰਮਿਆਨ, ਇਸ ਵੇਲੇ ਮਨਜਿੰਦਰ ਨੇ ਲਾ ਤਕੜਾ ਜੱਫਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾ ਦਿੱਤੀ ਹੈ। ਕੱਲ ਨੂੰ ਕੌਂਕਿਆਂ ਦੇ ਮਨਜਿੰਦਰ ਦੀ ਗੱਲ ਕਰਨੀ ਹੈ ਤੇ ਇਸ ਵੇਲੇ ਜੱਸਾ ਗੱਭਰੂ ਅਗਲੀ ਕਬੱਡੀ ਪਾ ਰਿਹਾ। ਸਾਡਾ ਵੀਰ ਟਹਿਲ ਸਿੰਘ ਭਾਊ ਕੋਕਰੀ ਹੇਰਾਂ ਵਾਲਾ, ਉਹ ਵੀਰ ਵੀ ਵੱਡੇ ਮਾਣ ਦੇ ਰਿਹਾ, ਬੋਲੋ ਤੋਂ ਖੁਸ਼ ਹੋ ਕੇ ਵੱਡਾ ਧੰਨਵਾਦ ਹੈ।
ਆ ਗਏ ਨੇ ਰੌਲੀ ਵਾਲੇ ਜੀਤੇ ਵਰਗੇ ਲੱਖੇ ਵਰਗੇ ਸਿੱਪੀ ਗਿੱਲ ਦਾ ਪਿੰਡ ਹੈ ਸੁੱਖੇ ਦਾ ਪਿੰਡ ਹੈ ਜੀਤੇ ਦਾ ਪਿੰਡ ਹੈ ਲੱਖੇ ਦਾ ਪਿੰਡ ਹੈ ਮੇਰੇ ਵੀਰੋ ਪਿੰਡੀ ਦੇ ਨਿੰਦਰ ਵੱਸ ਗਿਆ ਕੈਨੇਡਾ ਉਸੇ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦਾ ਕੱਲ ਨੂੰ ਮਾਣ ਹੋਵੇਗਾ ਇਹਨਾਂ ਖੇਡ ਦੇ ਮੈਦਾਨਾਂ ਵਿੱਚ ਤੇ ਜਾਫੀ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਪੁਰਾਣੇ ਵਾਲੀਆ ਕਿ ਫੜੀ ਭਾਈ ਜੀ ਵੇ ਮੁੰਡਾ ਤੇਰੇ ਵੱਲ ਹੀ ਝਾਕਦਾ ਤਾਏ ਕੋਲੇ ਜਾਣਾ ਮੈਨੂੰ ਵਾਰ ਵਾਰ ਆਖਦਾ ਤਾਏ ਕੋਲੇ ਜਾਣਾ ਮੈਨੂੰ ਵਾਰ ਵਾਰ ਆਖਦਾ ਇਸ ਵੇਲੇ ਆਮਣੇ ਨੌਜਵਾਨ ਗੱਭਰੂ ਨੇ ਜੱਫਾ ਲਾ ਦਿੱਤਾ ਤੇ 100 ਰੁਪਏ ਸਾਡੇ ਭਾਈ ਥਾਣਾ ਗਿੱਲ ਜੀ ਨੋਨਾ ਗਿੱਲ ਤੇ ਨਿੱਕੇ ਗਿੱਲ ਹੋਣੀ ਉਹ ਵੀਰ ਵੀ ਜਿਹੜੇ ਇੰਟਰਨੈਟ ਦੇ ਜ਼ਰੀਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਨੇ 100 ਰੁਪਏ ਦੇ ਰਹੇ ਨੇ ਭਾਗੇ ਨੇ ਕਬੱਡੀ ਪਾ ਦਿੱਤੀ ਸਰਦਾਰ ਮੇਵਾ ਸਿੰਘ ਦਾ ਸਪੁੱਤਰ ਇਸ ਵੇਲੇ ਚੜ੍ਹਦੀ ਉਮਰ ਹੈ ਮੁੱਛ ਫੁੱਟ ਗੱਭਰੂ ਹੈ ਤੇ ਪੁਆਇੰਟ ਰੇਡਰ ਦਾ ਗੱਲ ਪਿੰਡ ਦਾ ਬਿੱਲਾ ਤੇ ਕਰਮਾ ਚੱਕਰ ਵਾਲਾ ਬਿਸਲ ਮਾਰ ਚੁੱਕੇ ਹੈ ਬਿੰਦੇ ਗੱਲ ਤੇ ਮਨਜਿੰਦਰ ਗੱਲ ਲੋ ਆਵਣੇ ਨੂੰ 100-100 ਰੁਪਇਆ ਬਿੰਦੇ ਗੱਲ ਲੋ ਤੇ ਮਨਜਿੰਦਰ ਗੱਲ ਲੋ ਆਵਣੇ ਨੂੰ 100-100 ਜਿੰਨੇ ਜੱਫੇ ਲਾਊਗਾ ਕੀ ਦੇ ਲਵੋ ਬਿੰਦਾ ਤੇ ਮਨਜਿੰਦਰ ਸਾਡਾ ਵੀਰ ਉਹ ਵੀ 100-100 ਰੁਪਇਆ ਦੇ ਰਹੇ ਨੇ ਬਿੰਦੂ ਮਿੰਦੂ ਤੇ ਬਿੰਦਾ ਸਾਡਾ ਵੀਰ ਮਨਜਿੰਦਰ ਜਿੰਨੇ ਜੱਫੇ ਲਾਵੇਗਾ ਉਹਨੇ 100-100 ਦੇ ਨੋਟ ਦਿੱਤੇ ਜਾਣੇ ਹੈ ਇਸ ਵੇਲੇ ਮੈਚ ਮੈਨੂੰ ਲੱਗਦਾ ਵੀ ਸਮਾਪਤੀਆਂ ਦੇ ਵੱਲੋਂ ਵੱਧ ਚੁੱਕਿਆ ਤੇ ਪੁਰਾਣੇ ਵਾਲਾ ਇਹ ਜੇਤੂ ਇਸ ਮੈਚ ਦੇ ਵਿੱਚੋਂ ਤਾੜੀਆਂ ਮਾਰ ਦਿਓ ਜੀ ਇੱਕ ਵਾਰੀ ਪੁਰਾਣੇ ਵਾਲਾ ਇਹ ਜੇਤੂ ਹੈ ਆਓ ਜੀ ਕਪੂਰੇ ਤੇ ਰੌਲੀ ਪਿੰਡ ਦੀਆਂ ਦੋਨੋਂ ਟੀਮਾਂ ਜਿਹੜੀਆਂ ਸੈਂਟਰਾਂ ਤੇ ਆ ਜਾਣ ਗੱਲ ਵਾਲਿਆ ਬਿਸਲ ਮਾਰ ਜਲਦੀ ਨਾ ਨੌਜਵਾਨ ਰੌਲੀ ਤੇ ਕਪੂਰੇ ਦੋਨੋਂ ਟੀਮਾਂ ਜਿਹੜੀਆਂ ਸੈਂਟਰਾਂ ਤੇ ਆ ਜਾਣ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜਿਹੜੇ ਮੈਚ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ ਕਬੱਡੀ ਦੀਆਂ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਪਿੰਡ ਹੈ ਸੰਤ ਮਹਾਂਪੁਰਸ਼ਾਂ ਦੀ ਵੱਡੀ ਅਪਾਰ ਕਿਰਪਾ ਔਰ ਦੂਸਰੇ ਸਾਲ ਦਾ ਅੱਜ ਦਾ ਪਹਿਲਾ ਦਿਨ ਨਿਰਵਿਘਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸਮਾਪਤੀਆਂ ਦੇ ਵੱਲ ਨੂੰ ਵਧਦਾ ਜਾ ਰਿਹਾ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲਗੇ ਉਹ ਵਿਰਥੇ ਨਹੀਂ ਜਾਣੇ ਜਿਹੜੇ ਮੂੰਹ ਚੋਂ ਵਾਕ ਨਿਕਲਗੇ ਉਹ ਵਿਰਥੇ ਨਹੀਂ ਜਾਣੇ ਵੀਰ ਜੀ ਕਪੂਰਿਆਂ ਦੀ ਟੀਮ ਗਰਾਊਂਡ 'ਚ ਨਹੀਂ ਆਈ ਮੇਰੀ ਬੇਨਤੀ ਹੈ ਰੌਲੀ ਪਹੁੰਚੀ ਹੋਈ ਹੈ ਕਪੂਰਿਆਂ ਦੀ ਟੀਮ ਜਲਦੀ ਨਾਲ ਗਰਾਊਂਡ 'ਚ ਆਵੇ ਨਾਲ ਹੀ ਉਸ ਤੋਂ ਬਾਅਦ ਮੇਰੀ ਬੇਨਤੀ ਇੰਦਗੜ੍ਹ ਤੇ ਕੰਡਿਆਲ ਪਿੰਡ ਨੂੰ ਹੈ ਔਗੜ ਬਾਈ ਦੇ ਵਿੱਚ ਹੈ ਕਪੂਰਿਆਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਨਹੀਂ ਆਈ ਮੇਰੀ ਬੇਨਤੀ ਹੈ ਰੌਲੀ ਪਹੁੰਚੀ ਹੋਈ ਹੈ ਔਗੜ ਦੀ ਟੀਮ ਨੂੰ ਜਿਹੜੀ ਬਾਈ ਹੈ ਇੰਦਗੜ੍ਹ ਤੇ ਕੰਡਿਆਲ
ਪੂਰੇ ਤੇ ਰੌਲੀ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਬੜਾ ਵਧੀਆ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ। ਵੱਡੇ ਧੰਨਵਾਦ ਨੇ ਸਾਰੇ ਦਾਨੀ ਸੱਜਣ ਵੀਰਾਂ ਦੇ ਜਿਹੜੇ ਮਾਣ ਸਨਮਾਨ ਕੀਤੇ ਗਏ ਨੇ ਸਾਡੇ ਪ੍ਰਬੰਧਕ ਵੀਰਾਂ ਵੱਲੋਂ। ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਅੱਜ ਵਧਾਈ ਦੀ ਪਾਤਰ ਹੈ। ਇਹਨਾਂ ਭਰਾਵਾਂ ਦੀ ਦੋ ਤਿੰਨ ਮਹੀਨਿਆਂ ਦੀ ਅਣਥੱਕ ਮਿਹਨਤ ਅੱਜ ਰੰਗ ਲਿਆ ਰਹੀ ਹੈ ਮੇਰੇ ਵੀਰੋ। ਇਸ ਵੇਲੇ ਰੌਲੀ ਪਿੰਡ ਦੀ ਟੀਮ ਜਿਹੜੀ ਲਹਿੰਦੇ ਵਾਲੇ ਪਾਸੇ ਆ ਗਈ ਤੇ ਚੜ੍ਹਦੇ ਵਾਲੇ ਪਾਸੇ ਟੀਮ ਕਪੂਰੇ ਪਿੰਡ ਦੀ ਹੈ। ਦਰਸ਼ਕ ਵੀਰੋ, ਕੱਲ ਨੂੰ 40 ਸਾਲੇ ਗੱਭਰੂਆਂ ਦਾ ਵੀ ਸ਼ੋਅ ਮੈਚ ਕਰਵਾਇਆ ਜਾਣਾ ਮੋਗਾ ਤੇ ਕਪੂਰਥਲੇ ਦੀਆਂ ਟੀਮਾਂ ਦਾ। ਦੁਨੀਆ ਭਰ ਦੇ ਟਾਪ ਦੇ ਪਲੇਅਰ ਆਉਣਗੇ। ਆਪਾਂ ਆਪਣੇ ਸਮੇਂ ਦੇ ਬਲਕਾਰੇ ਸਰਪੰਚ ਵਰਗੇ ਕਿਸ਼ਨਪੁਰੀਏ ਬਲਕਾਰੇ ਸਰਪੰਚ ਦੀ ਗੱਲ ਕਰਾਂਗੇ, ਗਗੜੇ ਪਿੰਡ ਦੇ ਜਸਵੰਤ ਸਿੰਘ ਫੌਜੀ ਦੀਆਂ ਗੱਲਾਂ ਹੋਣਗੀਆਂ, ਬੁਗਲੇ ਵਰਗਿਆਂ ਦੀ ਗੱਲ ਕਰਾਂਗੇ ਮੇਰੇ ਵੀਰੋ, ਕਿਸ਼ਨਪੁਰੀ ਅਵਤਾਰ ਸਿੰਘ ਸ਼ੰਟੀ ਦੀ ਗੱਲ ਕਰਾਂਗੇ, ਕੋਕਰੀ ਪਿੰਡ ਦੇ ਮੰਦਰ ਵਰਗੇ ਗਗੜੇ ਪਿੰਡ ਦੇ ਧੰਨੇ ਨੇ ਧੰਨ ਧੰਨ ਕਰਵਾਉਣੀ ਇਹਨਾਂ ਖੇਡ ਦੇ ਮੈਦਾਨਾਂ ਵਿੱਚ। 40 ਸਾਲੇ ਬਾਬਿਆਂ ਦਾ ਵੀ ਜਿਹੜਾ ਸ਼ੋਅ ਮੈਚ ਕਰਵਾਇਆ ਜਾਣਾ ਕੱਲ੍ਹ ਖੇਡ ਕਬੱਡੀ ਦਾ। ਇਸ ਵੇਲੇ ਲੱਖਾ ਰੌਲੀ ਪਿੰਡ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਟੇਕਿਆ ਹੋਇਆ ਧਰਤੀ ਮਾਂ ਨੂੰ ਮੱਥਾ, ਆਰ ਚਾਰ ਜਾਫੀਆਂ ਦੇ ਧਾਬਾ ਬੋਲ ਦਿੱਤਾ। ਕਪੂਰੇ ਪਿੰਡ ਪ੍ਰੇਮ ਦਾ ਪਿੰਡ ਹੈ, ਰਾਜੇ ਦਾ ਪਿੰਡ ਹੈ, ਜੱਗੇ ਦਾ ਪਿੰਡ ਹੈ, ਗੇਜੀ ਦਾ ਪਿੰਡ ਹੈ, ਉਸੇ ਪਿੰਡ ਦਾ ਆਹ ਗੱਭਰੂ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਅਗਲਾ ਮੈਚ ਇੰਦਗੜ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਦਾ, ਉਸ ਤੋਂ ਬਾਅਦ 60 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਅਗਲਾ ਮੈਚ ਇੰਦਗੜ ਤੇ ਕੰਡਿਆਲ ਦਾ, ਉਸ ਤੋਂ ਬਾਅਦ 60 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਤਿਆਰੀ ਕਰ ਲੈਣਗੀਆਂ। ਲਓ ਸਾਹਮਣੇ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਇਸ ਵੇਲੇ, ਤੇ ਜਾਫੀ ਕੌਣ ਹੈ? ਜਾਫੀ ਸੁੱਖਾ ਹੈ ਰੌਲੀ ਪਿੰਡ ਦਾ, ਕਦੇ ਸ਼ੂਸ਼ਕ ਵਾਲੇ ਦੀ ਗੱਲ ਹੈ, ਕਦੇ ਪੰਡਾਲ ਵਾਲੇ ਦੀ ਗੱਲ ਹੈ, ਤੇ ਕਦੇ ਕਹਿੰਦੇ ਵਕੀਲਾਂ ਵਾਲੇ ਦੇ ਸੁੱਖੇ ਦੀ ਦੁਨੀਆ ਮੁਰੀਦ ਹੈ। ਇਸ ਵੇਲੇ ਸਾਹਮਣੇ ਗੱਭਰੂ ਰੌਲੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਕੱਲ ਨੂੰ ਕਹਿੰਦੇ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦੇ ਵੀ ਵੱਡੇ ਮਾਣ ਹੋਣੇ ਹੈ, ਤੇ ਕਪੂਰੇ ਪਿੰਡ ਦੇ ਅਮਰਜੀਤ ਸਿੰਘ ਗੇਜੀ ਦੀ ਗੱਲ ਕਰਾਂਗੇ ਕਿ ਸੁੱਖੇ ਪੰਡਾਲ ਦਾ ਨਾਂ ਸੁਣ ਕੇ ਜਾਂਦੇ ਆ ਰੇਡਰ ਕੰਬ ਵੀ ਚਰਚਾਪੂਰੀ ਦੇ ਵਿੱਚ ਆ ਲੋਕੋ, ਰੌਲੀ ਵਾਲਾ ਬੰਬ ਵੀ ਚਰਚਾਪੂਰੀ ਦੇ ਵਿੱਚ ਆ ਲੋਕੋ, ਰੌਲੀ ਵਾਲਾ ਬੰਬ ਵੀ। ਲੈ ਇਸ ਵੇਲੇ ਕਪੂਰਾਂ ਵਾਲੇ ਗੱਭਰੂ ਨੇ ਟੇਕਿਆ ਧਰਤੀ ਮਾਂ ਨੂੰ ਮੱਥਾ। ਸਾਡੇ ਵੀ ਨੈਣੇ ਹੁਣਾਂ ਦਾ ਪਿੰਡ ਹੈ ਕਪੂਰੇ ਮੇਰੇ ਵੀਰੋ, ਜਾ ਪਾਸੇ ਨੇ ਦੁਬਈ ਦੇ ਵਿੱਚ ਪੱਕੇ ਤੌਰ ਤੇ ਉਹ ਵੀਰ। ਇਸ ਵੇਲੇ ਜਿੱਥੇ ਸਾਡੇ ਵੀਰ ਪਰਮ ਗਿੱਲ ਹੋਣੀ, ਮਨਜੀਤ ਗਿੱਲ ਹੋਣੀ, ਉਹਕੇ ਬਿਜ਼ਨਸਮੈਨ ਨੇ ਖੇਡ ਮੇਰੇ ਵੀਰੋ, ਪ੍ਰਮੋਟਰਾਂ ਦੀ ਦੁਨੀਆ ਦੇ ਵਿੱਚ ਵੱਡਾ ਨਾਂ ਹੈ ਉਹਨਾਂ ਵੀਰਾਂ ਦਾ, ਉਹ ਵੀਰ ਵੀ ਪੰਜਾਬ ਲਾਈਵ.com ਦੇ ਜ਼ਰੀਏ ਅੱਜ ਆਨੰਦ ਮਾਣ ਰਹੇ ਨੇ ਮੈਚਾਂ ਦਾ। ਵੱਡਾ ਧੰਨਵਾਦ ਹੈ ਉਹਨਾਂ ਵੀਰਾਂ ਦਾ, ਪਿੰਡ ਹੈ ਮੇਰੇ ਵੀਰੋ ਪੁਰਾਣੇ ਵਾਲਾ, ਸਮੁੱਚੀ ਪੈਰਾਮਾਊਂਟ ਸਪੋਰਟਸ ਕਬੱਡੀ ਕਲੱਬ ਪੁਰਾਣੇ ਵਾਲਾ। ਜੀ ਆਏ ਆਖਰੀ ਪੁੱਜੇ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਨੂੰ, ਪੁੱਜੇ ਸਾਰੇ ਰੱਬ ਵਰਗੇ ਖਿਡਾਰੀ ਵੀਰਾਂ ਨੂੰ। ਬਾਈ ਹਰਿੰਦਰ ਗਿੱਲ ਹੋਣਾਂ ਦਾ ਪਿੰਡ ਹੈ, ਬਲਜੀਤ ਗਿੱਲ ਹੋਣਾਂ ਦਾ ਪਿੰਡ ਹੈ, ਲਕਸ਼ਮਣ ਸਿੰਘ ਜੀ ਗਿੱਲ ਹੋਣੀ, ਸਾਡੇ ਬਾਈ ਧਾਰੀ ਹੋਣੀ, ਇਹਨਾਂ ਵੀਰਾਂ ਦਾ ਪਿੰਡ ਹੈ ਮੇਰੇ ਵੀਰੋ ਪੁਰਾਣੇ ਵਾਲਾ। ਵੱਡਾ ਧੰਨਵਾਦ ਇਹਨਾਂ ਭਰਾਵਾਂ ਦੀ ਅਣਥੱਕ ਮਿਹਨਤ ਅੱਜ ਰੰਗ ਲਿਆ ਰਹੀ ਹੈ, ਜਿੱਥੇ ਵੱਡੇ ਜਿਹੜੇ ਪ੍ਰਾਈਜ਼ ਦਿੱਤੇ ਜਾਣੇ ਨੇ, ਵੱਡੇ ਨਾਮ ਦਿੱਤੇ ਜਾਣੇ ਨੇ। 51,000 ਤੇ 31,000 ਰੁਪਇਆ ਪਹਿਲੇ ਦੂਜੇ ਨੰਬਰ ਤੇ ਆਉਣ ਵਾਲੀਆਂ ਓਪਨ ਕਬੱਡੀ ਦੀਆਂ ਟੀਮਾਂ ਨੂੰ ਦਿੱਤਾ ਜਾਵੇਗਾ ਮੇਰੇ ਵੀਰੋ। ਇਹਨਾਂ ਵੀਰਾਂ ਦੀਆਂ ਬੋਕੀ ਦੀਆਂ ਟੀਮਾਂ ਖੇਡਣੀਆਂ, ਦੁਨੀਆ ਭਰ ਦੇ ਟਾਪ ਦੇ ਪਲੇਅਰ ਆਉਣੇ ਹੈ। ਇੰਦਗੜ ਪਿੰਡ ਦੇ ਬਗੀਚੇ ਵਰਗੇ, ਜਲਾਲ ਪਿੰਡ ਦੇ ਬੱਬੂ ਵਰਗੇ, ਗਗਨ ਵਰਗੇ ਮੇਰੇ ਵੀਰੋ, ਬੱਬੂ ਮੋਦਕੀ ਵਾਲੇ ਦੀ ਗੱਲ ਕਰਾਂਗੇ, ਔਰ ਦੁਨੀਆ ਭਰ ਦੇ ਟਾਪ ਦੇ ਪਲੇਅਰਾਂ ਦੀ ਗੱਲ ਕਰਨੀ। ਇਸ ਵੇਲੇ ਲੱਖਾ ਕਬੱਡੀ ਪਾ ਰਿਹਾ ਹੈ ਕਿ ਸੀ ਬਲਵਿੰਦਰ ਫਿੱਟਾ ਘੋੜਾ ਲੰਬੀ ਭਾਰੀ ਦਾ, ਨਾਲ ਡਰਮੇ ਖੇਡੇ ਕਾਕਾ ਕਾਰੀ ਸਾਰੀ ਦਾ, ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ, ਤੇ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ। ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ, ਖੇਡਣ ਜੋਰਾ ਨਾਲ ਕਬੱਡੀ, ਪੁੱਤ ਸਰਦਾਰਾਂ ਦੇ, ਖੇਡਣ ਜੋਰਾ ਨਾਲ ਕਬੱਡੀ, ਪੁੱਤ ਸਰਦਾਰਾਂ ਦੇ। ਇਸ ਵੇਲੇ ਸਾਹਮਣੇ ਗੱਭਰੂ ਕਪੂਰੇ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ, ਤੇ ਜਾਫੀ ਰੌਲੀ ਵਾਲੇ ਨੇ ਗੁੱਟ ਫੜਿਆ। ਸਿੱਪੀ ਗਿੱਲ ਦਾ ਪਿੰਡ ਹੈ ਕਿ ਰਹੇ ਮਿੱਤਰਾਂ ਦੀ ਚੜ੍ਹਦੀ ਕਲਾ, ਸਾਡੇ ਵੀ ਰਾਜੇ ਹੋਣੀ, ਸਾਡੇ ਵੀ ਗੁਰਮੀਤ ਮੈਂਬਰ ਹੋਣੀ, ਸਾਡੀ ਜ਼ਿੰਦਗੀ ਦੇ ਪਰਮ ਮਿੱਤਰ ਹੈ।
ਲਾ ਇਸੇ ਲਈ ਸਾਹਮਣੇ ਰੌਲੀ ਪਿੰਡ ਵਾਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਚਾਰ ਜਾਫੀ ਇੱਕ ਪੂਰੇ ਪਿੰਡ ਦੇ ਤੇ ਕਰਮਾ ਚੱਕਰ ਪਿੰਡ ਵਾਲਾ ਬਿਸਲ ਮਾਰਦਾ ਵੀ ਪੁਆਇੰਟ ਇਸ ਵੇਲੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਤੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ। ਲਾਈ ਹੱਥਾਂ ਨੂੰ ਕੱਲੀ ਮਾਰੀ ਹੈ ਪਰਦੇ ਅੰਦਰਲੇ ਪਾਸੇ ਥਾਪੀ ਖੇਡ ਦੇ ਮੈਦਾਨ ਦੇ ਵਿੱਚ। ਕਹਿੰਦੇ ਵੀ ਆਪੋ ਆਪਣੇ ਸਮੇਂ ਨੇ ਮੇਰੇ ਵੀਰੋ ਜ਼ਿਲ੍ਹੇ ਮੋਗੇ ਨੇ ਦੁਨੀਆ ਭਰ ਦੇ ਟੌਪ ਦੇ ਪਲੇਅਰ ਪੈਦਾ ਕੀਤੇ ਹੈ। ਜਦੋਂ ਕਹਿੰਦੇ ਕੈਨੇਡਾ ਦੀ ਮੈਟਰੋ ਕਬੱਡੀ ਕਲੱਬ ਨੇ ਪਹਿਲਾ ਕਬੱਡੀ ਕੱਪ ਕਰਵਾਇਆ ਹੈ ਤੇ ਅੰਗਰੇਜ਼ ਬਿਰਲਾ ਭਿੰਡਰਾਂ ਵਾਲਾ ਉਸ ਕਬੱਡੀ ਕੱਪ ਦਾ ਉੱਤਮ ਧਾ ਵੀ ਆਇਆ ਸੀ ਤੇ ਉੱਤਮ ਜਾਫੀ ਸੀ ਨੇਕੀ ਸਿੱਧਮਾ ਦੋਨਾਂ ਦਾ ਕਿ ਨੇਕੀ ਬੀਰੇ ਅਤੇ ਜੱਸੇ ਨੇ ਮਸ਼ਹੂਰ ਕੀਤਾ ਸਿੱਧਮਾ ਨੂੰ, ਤੂੰ ਵੀ ਪਿੰਡ ਆਪਣਾ ਮਸ਼ਹੂਰ ਕਰ ਦੇ ਤੇ ਗੁਰਜੀਤ ਤੂੰ ਤਵਾਂਗਰਾ ਕਰਾ ਦੇ ਬੱਲੇ ਬੱਲੇ, ਆ ਨਿਊਜ਼ ਪੇਪਰ ਦਾ ਖੇਡ ਪੰਨਾ ਭਰ ਦੇ, ਕਹਿੰਦੇ ਲੱਖੇ ਵੈਲੀ ਵਾਂਗੂ ਤੇਰੀਆਂ ਵੀ ਹੋਣ ਗੱਲਾਂ ਤੇ ਸ਼ਾਹਜਾ ਪੁੱਤਰਾ ਤੂੰ ਦਿਲਬਰ ਝਨੇਰ ਬਣ ਜਾ ਤੇ ਕੁੱਖੋਂ ਜਾਏ ਤਾਈਆਂ ਮਾਂ ਆਖਦੀ ਪੁੱਤਾਂ ਤੂੰ ਕਬੱਡੀ ਦਾ ਪਲੇਅਰ ਬਣ ਜਾ, ਕੁੱਖੋਂ ਜਾਏ ਤਾਈਆਂ ਮਾਂ ਆਖਦੀ ਪੁੱਤਾਂ ਤੂੰ ਕਬੱਡੀ ਦਾ ਪਲੇਅਰ ਬਣ ਜਾ। ਇਸ ਵੇਲੇ ਮੈਂ ਸਮਾਪਤ ਆ ਤਾਰੀ ਬਾਈ, ਕੌਣ ਟੀਮ ਜਿੱਤ ਗਈ ਹੈ? ਰੌਲੀ ਸ਼ਿੰਦੇ ਰੌਲੀ ਜਿੱਤ ਗਈ ਬਾਈ, ਨੋਟ ਕਰ ਲਿਓ ਸਾਡੇ ਵੀਰ ਹਿੰਦੇ ਹੋ ਨਹੀਂ, ਨੋਟ ਕਰ ਲੈਣ ਸਾਡੇ ਭਰਾ ਜਿਹੜੇ ਟੀਮ ਇਸ ਮੈਚ ਤੋਂ ਰੌਲੀ ਦੀ ਜੇਤੂ ਹੈ, ਰੌਲੀ ਜੇਤੂ ਰਹੀ ਹੈ। ਲਿਖ ਲਾ ਭਰਾਵਾ, ਹਾਂਜੀ ਕਿਹੜੀ ਟੀਮ? ਹਾਂ 60 ਕਿਲੋ ਪਿੰਡ ਦੀ ਟੀਮ ਆਓ ਜੀ ਪੁਰਾਣੇ ਵਾਲਾ ਇਹ ਜਖੇਪਲ ਆ ਗਈ ਹੈ ਫਾਈਨਲ ਮੈਚ ਖੇਡਣ ਦੇ ਲਈ। ਇੰਦਗੜ੍ਹ ਤੇ ਕੰਡਿਆਲ ਦੋਨੋਂ ਟੀਮਾਂ ਆ ਜਾਣ, 70 ਦੀਆਂ ਇੰਦਗੜ੍ਹ ਆ ਗਈ ਹੈ, ਕੰਡਿਆਲ ਪਿੰਡ ਦੀ ਟੀਮ ਆਵੇ 70 ਕਿਲੋ ਭਾਰ ਦੀ, ਨਾਲ ਹੀ 60 ਕਿਲੋ ਦਾ ਫਾਈਨਲ ਮੈਚ। ਕੱਲ ਨੂੰ 40 ਸਾਲੇ ਗੱਭਰੂਆਂ ਦੀ ਵੀ ਗੱਲ ਕਰ ਰਹੀ ਹੈ ਕਿ ਅੰਬਰ ਵੇਲ ਨੀ ਸੁੱਟੀ ਦੀ ਬਲਹਾਰੇ ਬੂਟੇ ਤੇ, ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸੁਲਫੇ ਸੂਟੇ ਤੇ, ਤੇ ਦੁੱਧ ਉਬਲ ਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ, ਤੂੰ ਬਹਿ ਕੇ ਵੇਖ ਜਵਾਨਾ ਬਾਬੇ ਕੌਟੀਆਂ ਪਾਉਂਦੇ ਨੇ। ਕੱਲ ਨੂੰ 40 ਸਾਲੇ ਗੱਭਰੂਆਂ ਨੇ ਵੀ ਕਬੱਡੀਆਂ ਪਾਉਣੀਆਂ ਇਹਨਾਂ ਖੇਡ ਦੇ ਮੈਦਾਨਾਂ ਵਿੱਚ।
ਇੰਦਗੜ੍ਹ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡ ਕਬੱਡੀ ਦਾ 70 ਕਿਲੋ ਭਾਰ ਦਾ ਮੈਚ ਖੇਡਿਆ ਜਾਣਾ ਤੇ ਹੁਣ ਜਿਹੜਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਫਾਈਨਲ ਮੈਚ ਇਸ ਵੇਲੇ ਪੁਰਾਣੇ ਵਾਲਾ ਏ ਤੇ ਜਖੇਪਲ ਦੀਆਂ ਟੀਮਾਂ ਦਾ ਫਾਈਨਲ ਮੈਚ ਪੁਰਾਣੇ ਵਾਲਾ ਏ ਤੇ ਜਖੇਪਲ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਬਲਜੀਤ ਭਾਈ ਇੱਕ ਮਿੰਟ ਬੱਲੇ ਭਾਈ ਮੈਚ ਨਾ ਸ਼ੁਰੂ ਕਰਾਈ ਬਿੱਲਾ ਕਾਲਮ ਜੀ ਦੋਨੋਂ ਟੀਮਾਂ ਨੂੰ ਜਿਹੜਾ ਲਾਈਨ ਅਪ ਕਰ ਲਿਆ ਜਾਵੇ ਫਾਈਨਲ ਦੀਆਂ ਦੋਨੋਂ ਟੀਮਾਂ ਨੂੰ ਜਖੇਪਲ ਤੇ ਪੁਰਾਣੇ ਵਾਲਾ ਏ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਲਿਆ ਜਾਵੇ ਮੇਰੀ ਬੇਨਤੀ ਹੈ ਸਾਰੀਆਂ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਇਸ ਵੇਲੇ ਸਟੇਜ ਤੇ ਬਿਰਾਜਮਾਨ ਹੈ ਸਾਰੇ ਵੀਰ ਜਿਹੜੇ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਗਰਾਊਂਡ ਦੇ ਵੱਲ ਨੂੰ ਆਉਣਗੇ ਸਾਡੇ ਬਜ਼ੁਰਗ ਨੇ ਜਿਹੜੇ ਬੈਠੇ ਸਟੇਜ ਦੇ ਉੱਪਰ ਸਾਡੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਸਮੁੱਚੀ ਕਲੱਬ ਬੈਠੀ ਹੈ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਸਾਡੇ ਸਾਰੇ ਜਿਹੜੇ ਸਤਿਕਾਰਯੋਗ ਚਿਹਰੇ ਖੇਡ ਮੈਦਾਨ ਦੇ ਵੱਲ ਨੂੰ ਆ ਰਹੇ ਨੇ ਗਰਾਊਂਡ ਦੇ ਵੱਲ ਨੂੰ ਆ ਰਹੇ ਨੇ ਸਾਡੇ ਸਾਰੇ ਸਤਿਕਾਰਯੋਗ ਵੀਰ ਸਮੁੱਚੀ ਪ੍ਰਬੰਧਕ ਕਮੇਟੀ ਜਾ ਰਹੀ ਹੈ ਗਰਾਊਂਡ ਦੇ ਵੱਲ ਨੂੰ ਫਾਈਨਲ ਮੈਚ ਕਬੱਡੀ 60 ਕਿਲੋ ਭਾਰ ਦਾ ਸਾਡੇ ਭਾਈ ਬਲਜੀਤ ਗਿੱਲ ਹੋਣੀ ਸਰਦਾਰ ਲਕਸ਼ਮਣ ਸਿੰਘ ਜੀ ਗਿੱਲ ਹੋਣੀ ਸਰਦਾਰ ਜਗਰੂਪ ਸਿੰਘ ਜੀ ਹੋਣੀ ਹੋਰ ਵੀ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਸਾਰੇ ਵੀਰ ਜਿਹੜੇ ਖੇਡ ਦੇ ਮੈਦਾਨ ਦੇ ਵੱਲ ਨੂੰ ਆਉਣਗੇ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਕੱਲੀ ਕੱਲੀ ਕਬੱਡੀ ਜਾ ਰਹੀ ਪੂਰੀ ਦੁਨੀਆਂ ਦੇ ਵਿੱਚ ਸਾਡੇ ਭਾਈ ਪਰਮ ਗਿੱਲ ਹੋਣੀ ਮਨਜੀਤ ਗਿੱਲ ਹੋਣੀ ਸਾਰੇ ਵੀਰ ਜਿਹੜੇ ਕੋਈ ਕੈਨੇਡਾ ਬੈਠਾ ਕੋਈ USA ਬੈਠਾ ਤੇ punjablive1.com ਦੇ ਜ਼ਰੀਏ ਕੱਲੀ ਕੱਲੀ ਕਬੱਡੀ ਜਾ ਰਹੀ ਪੂਰੀ ਦੁਨੀਆਂ ਭਰ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਮੇਰੇ ਵੀਰੋ ਕੱਲੀ ਕੱਲੀ ਕਬੱਡੀ ਜਾ ਰਹੀ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਸਾਰੇ ਸਾਡੇ ਸਤਿਕਾਰਯੋਗ ਵੀਰ ਜਾ ਰਹੇ ਨੇ ਖੇਡ ਦੇ ਮੈਦਾਨ ਦੇ ਵੱਲ ਨੂੰ 60 ਕਿਲੋ ਭਾਰ ਦਾ ਫਾਈਨਲ ਮੈਚ ਇਸ ਵੇਲੇ ਖੇਡਿਆ ਜਾਣਾ ਹੈ ਖੇਡ ਕਬੱਡੀ ਦਾ ਮੇਰੇ ਵੀਰੇ ਪੁਰਾਣੇ ਵਾਲਾ ਏ ਤੇ ਜਖੇਪਲ ਦੀਆਂ ਟੀਮਾਂ ਦੇ ਦਰਮਿਆਨ ਪੁਰਾਣੇ ਵਾਲਾ ਏ ਤੇ ਜਖੇਪਲ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ 60 ਕਿਲੋ ਭਾਰ ਦਾ ਫਾਈਨਲ ਮੈਚ ਖੇਡਿਆ ਜਾਣਾ ਕੋਈ 40 ਕੁ ਟੀਮਾਂ ਦੇ ਵਿੱਚੋਂ ਨੇਤਰ ਕੇ ਜਿਹੜੀਆਂ ਇਹ ਦੋ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਤੇ ਇਸ ਵੇਲੇ ਮੈਚ ਜਿਹੜਾ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ ਸਾਡਾ ਵੀਰ ਦੀਪ ਜਗਾਮੇ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ ਬੜਾ ਸੋਹਣਾ ਲਿਖਦਾ ਸਾਡਾ ਵੀਰ ਮੇਰੇ ਵੀਰੋ ਕਿ ਪਿੰਡ ਹਠੂਰ ਤੇ ਬਾਜਾ ਖਾਨਾ ਦੋਵੇਂ ਸੋਨੇ ਹੋ ਗਏ ਨੇ ਉਹਨਾਂ ਪਿੰਡਾਂ ਦੇ ਚਮਕੇ ਹੋਏ ਸਿਤਾਰੇ ਕਿਧਰੇ ਖੋ ਗਏ ਨੇ ਅੰਬੀ ਤੇ ਹਰਜੀਤ ਦੀ ਕਿਹੜਾ ਘਾਟ ਨੂੰ ਪੂਰਾ ਕਰ ਗੁਜਰੂ ਮੈਂ ਦੇਖਾਂ ਇਹਨਾਂ ਮੈਦਾਨਾਂ ਵਿੱਚ ਕਾਂਡ ਕਬੱਡੀ ਦੇ ਲਈ ਵਰ ਗੁਜਰੂ ਕਿ ਦੀਪ ਜਗਾਮੇ ਜਿਹੜਾ ਵੀ ਜਿੱਤ ਜਾਣ ਨਾਲ ਮਿਹਨਤ ਲਾਊਗਾ ਉਹੀ ਗੱਭਰੂ ਦੁਨੀਆਂ ਦਾ ਹਰਜੀਤ ਬਰਾੜ ਕਹਾਊਗਾ ਉਹੀ ਗੱਭਰੂ ਦੁਨੀਆਂ ਦਾ ਹਰਜੀਤ ਬਰਾੜ ਕਹਾਊਗਾ ਸਾਡਾ ਵੀ ਚਮਕਾਰ ਜੌਲ ਡਿਜੀਟਲ ਸਟੂਡੀਓ ਵਾਲਾ ਕੱਲੀ ਕੱਲੀ ਮੇਰੇ ਵੀਰੋ ਤਸਵੀਰ ਨੂੰ ਆਪਣੇ ਕੈਮਰੇ ਦੀ ਅੱਖ ਵਿੱਚ ਬੰਦ ਕਰ ਰਿਹਾ ਹੈ ਸਾਡੇ ਵੀਰ ਗਗਨ ਹੋਣੀ ਇੰਦਰਜੀਤ ਹੋਣੀ ਸਮੁੱਚੀ punjablive1.com ਦੀ ਟੀਮ ਦਾ ਵੱਡਾ ਧੰਨਵਾਦ ਇਹ ਵੀਰ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਅੱਜ ਲਾਈਵ ਦਿਖਾ ਰਹੇ ਨੇ ਇਸ ਕਬੱਡੀ ਟੂਰਨਾਮੈਂਟ ਨੂੰ ਦੋਨੋਂ ਟੀਮਾਂ ਦੇ ਨਾਲ ਇੱਕ ਯਾਦਗਾਰੀ ਤਸਵੀਰ ਕਰਵਾਈ ਜਾ ਰਹੀ ਹੈ ਜਖੇਪਲ ਤੇ ਪੁਰਾਣੇ ਬਾਲ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਇਸ ਵੇਲੇ ਫਾਈਨਲ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ ਫਾਈਨਲ ਜਿਹੜਾ ਮੈਚ ਖੇਡਿਆ ਜਾਣਾ ਹੈ ਖੇਡ ਕਬੱਡੀ ਦਾ ਜਖੇਪਲ ਤੇ ਪੁਰਾਣੇ ਬਾਲ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਜਿਹੜਾ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ ਦੋਨੋਂ ਟੀਮਾਂ ਦੇ ਨਾਲ ਇੱਕ ਜਿਹੜੀ ਯਾਦਗਾਰੀ ਤਸਵੀਰ ਹੋ ਰਹੀ ਹੈ
ਦੋਨੋਂ ਟੀਮਾਂ ਦੇ ਨਾਲ ਜਿਹੜੀ ਇੱਕ ਯਾਦਗਾਰੀ ਤਸਵੀਰ ਸਮੁੱਚੀ ਸਪੋਰਟਸ ਕਲੱਬ ਦੇ ਨਾਲ ਸਾਰੇ ਦਾਨੀ ਸੱਜਣ ਭਰਾਵਾਂ ਦੇ ਨਾਲ ਸਾਰੇ ਅਹੁਦੇਦਾਰ ਵੀਰਾਂ ਦੇ ਨਾਲ ਜਿਹੜੀ ਇੱਕ ਯਾਦਗਾਰੀ ਤਸਵੀਰ ਕੀਤੀ ਜਾ ਰਹੀ ਹੈ ਸਾਡੇ ਬਾਈ ਬਲਜੀਤ ਗਿੱਲ ਉਹਨਾਂ ਦੀ ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਅੱਜ ਵਧਾਈ ਦੀ ਪਾਤਰ ਹੈ ਦੋਨੋਂ ਟੀਮਾਂ ਦੇ ਨਾਲ ਇੱਕ ਜਿਹੜੀ ਤਸਵੀਰ ਔਰ ਉਸ ਤੋਂ ਬਾਅਦ ਜਿਹੜਾ ਮੈਚ ਤੁਹਾਡੀ ਨਜ਼ਰ ਹੋਵੇਗਾ ਕਿਉਂਕਿ ਅਗਲੇ ਸਾਲ ਦੀ ਜਿਹੜੀ ਹੁਣ ਗੱਲ ਚੱਲੀ ਜਾਣੀ ਹੈ ਯਾਦਾਂ ਰਹਿ ਜਾਣੀਆਂ ਦੋਨੋਂ ਟੀਮਾਂ ਦੇ ਨਾਲ ਜਿਹੜੀ ਤਸਵੀਰ ਜਿਹੜੀ ਕਰਵਾਈ ਜਾ ਰਹੀ ਹੈ ਸਾਡਾ ਵੀਰ ਚਮਕਾਰ ਜਾਲ ਡਿਜੀਟਲ ਸਟੂਡੀਓ ਵਾਲੇ ਇਕੱਲੀ ਇਕੱਲੀ ਤਸਵੀਰ ਨੂੰ ਆਪਣੇ ਕੈਮਰੇ ਦੀ ਅੱਖ ਵਿੱਚ ਬੰਦ ਕਰ ਰਹੇ ਨੇ ਵੱਡਾ ਧੰਨਵਾਦ ਸਾਰੇ ਹੀ ਸਤਿਕਾਰਯੋਗ ਭਰਾਵਾਂ ਦਾ ਤੇ ਇਸ ਵੇਲੇ ਮੈਚ ਜਿਹੜਾ ਖੇਡ ਕਬੱਡੀ ਦਾ ਖੇਡਿਆ ਜਾਣਾ ਹੈ ਪੁਰਾਣੇ ਵਾਲਾ ਤੇ ਜਖੇਪਲ ਦੀਆਂ ਟੀਮਾਂ ਦੇ ਦਰਮਿਆਨ ਪੁਰਾਣੇ ਵਾਲਾ ਤੇ ਜਖੇਪਲ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਫਾਈਨਲ ਮੈਚ ਖੇਡਿਆ ਜਾਣਾ ਹੈ ਖੇਡ ਕਬੱਡੀ ਦਾ ਔਰ ਸਾਡੇ ਐਨ ਆਰ ਆਈ ਵੀਰ ਖੇਡ ਪ੍ਰਮੋਟਰ ਵੀਰ ਸਾਡੇ ਅੱਜ ਪੰਜਾਬ ਲਾਈਵ ਵਨ ਡੋਟ ਕਾਮ ਦੇ ਜ਼ਰੀਏ ਇਕੱਲੀ ਇਕੱਲੀ ਕਬੱਡੀ ਦਾ ਆਨੰਦ ਲੈ ਰਹੇ ਨੇ ਵੱਡਾ ਧੰਨਵਾਦ ਹੈ ਕਬੱਡੀ 60 ਕਿਲੋ ਭਾਰ ਦਾ ਇਸ ਵੇਲੇ ਜਿਹੜਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਔਰ ਕਬੱਡੀ 60 ਕਿਲੋ ਭਾਰ ਦੇ ਦੋਨੋਂ ਪ੍ਰਾਈਜ਼ ਜਿਹੜੇ ਸਰਦਾਰ ਸੁਖਜਿੰਦਰ ਸਿੰਘ ਜੀ ਸਾਡੇ ਵੀਰ ਗੁੱਲੂ ਯੂਐਸਏ ਗੁਰਜੰਟ ਸਿੰਘ ਜੀ ਨਿਰਮਲ ਸਿੰਘ ਜੀ ਕੈਨੇਡਾ ਦੇ ਲਕਸ਼ਮਣ ਸਿੰਘ ਜੀ ਗਿੱਲ ਇਹਨਾਂ ਪਰਿਵਾਰਾਂ ਵੱਲੋਂ ਦਿੱਤੇ ਜਾਣੇ ਇਹਨਾਂ ਸੱਜਣਾਂ ਵੱਲੋਂ ਦਿੱਤੇ ਜਾਣੇ ਹੈ ਵੱਡਾ ਧੰਨਵਾਦ ਹੈ ਫਾਈਨਲ ਮੈਚ ਤੇ ਜਲਾਲਾਬਾਦ ਪਿੰਡ ਦਾ ਨੀਟ ਹੈ ਇਸ ਵੇਲੇ ਪੁਰਾਣੇਵਾਲ ਦੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਤੇ ਜਖੇਪਰ ਵਾਲਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਸਰਦਾਰ ਸੁਖਜਿੰਦਰ ਸਿੰਘ ਜੀ ਗੁੱਲੂ ਯੂਐਸਏ ਗੁਰਜੰਟ ਸਿੰਘ ਜੀ ਨਿਰਮਲ ਸਿੰਘ ਜੀ ਕੈਨੇਡਾ ਦੇ ਲਕਸ਼ਮਣ ਸਿੰਘ ਜੀ ਪੁਰਾਣੇਵਾਲ ਵਾਲੇ ਗਿੱਲ ਸਾਹਿਬ ਇਹਨਾਂ ਸੱਜਣਾਂ ਵੱਲੋਂ ਕਬੱਡੀ 60 ਕਿਲੋ ਦੇ ਦੋਨੋਂ ਪ੍ਰਾਈਜ਼ ਜਿਹੜੇ ਦਿੱਤੇ ਜਾਣੇ ਹੈ ਇਸ ਲਈ ਮੇਰੇ ਵੀਰੋ ਸਿੰਧੂ ਜਲਾਲਾਬਾਦ ਪਿੰਡ ਵਾਲਾ ਲਾ ਕੇ ਜੱਫਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾਉਂਦਾ ਹੈ ਕਦੇ ਤੂਤ ਪਿੰਡ ਦੇ ਸਿੰਧੂ ਦੀ ਗੱਲ ਹੈ ਤੇ ਇਸ ਵੇਲੇ ਜਾਫੀ ਨੌਜਵਾਨ ਗੱਭਰੂ ਜਲਾਲਾਬਾਦ ਦੀ ਆ ਉਹ ਲੈ ਕੇ ਜਿਹੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਹੈ ਅਗਲੀ ਕਬੱਡੀ ਬਾਬੇ ਸਾਜਦ ਕਬੀਰ ਦੀ ਧਰਤੀ ਹੈ ਜਲਾਲਾਬਾਦ ਪਿੰਡ ਤੇ ਉਸੇ ਪਿੰਡ ਦਾ ਗੱਭਰੂ ਇਸ ਵੇਲੇ ਨੀਟਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਜਾਫੀ ਤਿੰਨਾਂ ਜਖੇਪਣ ਦੀ ਧਰਤੀ ਦੇ ਤੇ ਕਿਹੜੇ ਗੱਭਰੂ ਨੇ ਲਾਉਣਾ ਜਾਫਾ ਗੱਲ ਆਪਾਂ ਸਮੇਂ ਦੀ ਕਰਨੀ ਇਸ ਵੇਲੇ ਪਾਈ ਹੋਈ ਕਬੱਡੀ ਹੈ ਨੌਜਵਾਨ ਗੱਭਰੂ ਦੀ ਤੇ ਗੱਲ ਜਿਹੜੀ ਸਮੇਂ ਦੀ ਕਰਾਂਗੇ ਉੜਦੀ ਹੋਈ ਮਾਂ ਮਿੱਟੀ ਦੀ ਧੂੜ ਹੈ ਕਿ ਖਾਧੇ ਨੇ ਬਦਾਮ ਜੀ ਨੇ ਮੰਗੜਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਤੇ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕਮਾਉਣੀਆਂ ਅੱਜ ਪਤਾ ਲੱਗਦਾ ਵੀ ਕਿਹੜਾ ਗੱਭਰੂ ਨਹਿਰ ਦੀ ਪਟੜੀ ਤੇ ਭੱਜਿਆ ਤੇ ਕਿਹਨੇ ਮਾਰਿਆ ਸੁਬਾ ਸ਼ਾਮ ਡੰਡ ਕੀਤੀਆਂ ਮਿਹਨਤਾਂ ਦੇ ਮੁੱਲ ਪੈਂਦੇ ਆ ਕਿ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾਂ ਜੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਕਦੇ ਕੱਲ ਨਾ ਬਣੇ ਬਈ ਦਾਪ ਵਿੱਚ ਸਿੱਖੇ ਬਿਨਾਂ ਗੱਲ ਨਾ ਬਣੇ ਬਈ ਦਾਪ ਵਿੱਚ ਸਿੱਖੇ ਬਿਨਾਂ ਗੱਲ ਨਾ ਬਣੇ ਜਲਾਲਾਬਾਦ ਪਿੰਡ ਦੇ ਸਿੰਧੂ ਨੇ ਖੁੱਚ ਪੱਟੀ ਹੈ ਤੇ ਚਮਕਾਰ ਸਿੰਘ ਖੇਤ ਫੋਟੋ ਨੌਜਵਾਨਾਂ ਇਸ ਵੇਲੇ ਕੈਂਚੀ ਵੱਜੀ ਹੈ ਰੋਪੜੀਆ ਜਿੰਦਾ ਗੱਭਰੂ ਨੇ ਟੈਟ ਕੀਤਾ ਹੈ ਕਹਿੰਦੇ ਵੀ ਰੋਪੜ ਦੇ ਜਿੰਦੇ ਬੜੇ ਮਸ਼ਹੂਰ ਹੈ
ਹਿੰਮਤਪੁਰੇ ਦੀਆਂ ਕਈਆਂ ਤੇ ਕਰਾਹੇ ਮਸ਼ਹੂਰ ਨੇ, ਪਿੰਡਰਾਂ ਦੀ ਕਬੱਡੀ ਬੜੀ ਮਸ਼ਹੂਰ ਹੈ, ਭਗਤੇ ਦਾ ਭੂਤਾਂ ਵਾਲਾ ਖੂਬ ਮਸ਼ਹੂਰ ਹੈ ਤੇ ਤਲਵੰਡੀ ਭਾਈ ਦੇ ਖੇਤੀਬਾੜੀ ਦੇ ਸੰਦਾਂ ਦੀ ਮਹਾਨਤਾ ਪੰਜਾਬ ਦਾ ਕਿਸਾਨ ਜਾਣਦਾ ਹੈ। ਇਸ ਵੇਲੇ ਪੁਰਾਣੇ ਵਾਲ ਪਿੰਡ ਦਾ ਭਾਗਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ, ਖੇਡ ਦੇ ਮੈਦਾਨ ਦੇ ਵਿੱਚ ਗੱਭਰੂ ਨੇ ਪਾਈ ਹੋਈ ਕਬੱਡੀ ਹੈ ਤੇ ਸਾਹਮਣੇ ਨੌਜਵਾਨ ਜਾਫੀ ਜਖੇਪਲ ਵਾਲਾ, ਕਰਮਾ ਚੱਕਰ ਵਾਲਾ ਤੇ ਪੁਆਇੰਟ ਰੇਟਰ ਦਾ। ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਡੀਟਾ ਜਲਾਲਾਬਾਦ ਪਿੰਡ ਵਾਲਾ ਭੱਜਦਾ ਹੋਇਆ ਕਬੱਡੀ ਪਾਉਣ ਦੇ ਲਈ ਮਲਕੜੇ ਮਲਕੜੇ ਪੱਬ ਖੇਡ ਦੇ ਮੈਦਾਨ ਦੇ ਵੱਲ ਨੂੰ ਵੱਧ ਚੁੱਕਿਆ ਨੌਜਵਾਨ ਗੱਭਰੂ ਤੇ ਤਿੰਨ ਸਟਾਪਰ ਇਸ ਵੇਲੇ ਜਖੇਪਲ ਦੀ ਧਰਤੀ ਤੇ ਹੈ। ਫਾਈਨਲ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ ਮੇਰੇ ਵੀਰੋ, ਆਰ ਦੇਖਦੇ ਵੀ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ, ਆਰ ਜਿਹੜੇ ਫਸਟ ਸੈਕਿੰਡ ਪ੍ਰਾਈਜ਼ ਸਾਡੇ ਸੁਖਜਿੰਦਰ ਸਿੰਘ ਦੀ ਗੁੱਲੂ ਯੂਐਸਏ, ਗੁਰਜੰਟ ਸਿੰਘ ਜੀ, ਨਿਰਮਲ ਸਿੰਘ ਜੀ ਕੈਨੇਡਾ ਤੇ ਲਕਸ਼ਮਣ ਸਿੰਘ ਜੀ ਗਿੱਲ, ਇਹਨਾਂ ਪਰਿਵਾਰਾਂ ਵੱਲੋਂ ਦਿੱਤੇ ਜਾਣੇ ਕਬੱਡੀ 60 ਕਿਲੋ ਭਾਰ ਦੇ ਦੋਨੋਂ ਪ੍ਰਾਈਜ਼ ਜਿਹੜੇ ਇਹਨਾਂ ਪਰਿਵਾਰਾਂ ਵੱਲੋਂ ਦਿੱਤੇ ਜਾਣੇ ਹੈ, ਵੱਡਾ ਧੰਨਵਾਦ ਹੈ। ਇਸ ਵੇਲੇ ਸਾਹਮਣੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰ, ਪੂਰਾ 12,000 ਤੇ 10,000 ਰੁਪਏ ਦੀ ਡਾਂਗ ਖੜਕ ਰਹੀ ਹੈ ਤੇ ਪੁਆਇੰਟ ਕੁੱਕ ਜਖੇਪਲ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਬੰਦਾ ਹੋਇਆ ਕਿ ਟੀਵੀ ਅਖਬਾਰਾਂ ਵਿੱਚ ਨਾਮ ਬੋਲਦਾ ਇੱਕ ਪਿੰਡ ਨਹੀਂ, ਉਹ ਥਾਂ ਥਾਂ ਬੋਲਦਾ ਕਿਹਦਾ ਪੁੱਤ ਪੋਤਾ ਕਿਹੜਾ ਪਿੰਡ ਜੋਧਿਆ ਤੇ ਚੰਡਿਆ ਹੈ ਕਿਹੜੇ ਕੋਚ ਮਹਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਭਾਗੇ ਨੇ ਕਬੱਡੀ ਪਾਈ ਹੈ ਤੇ ਸਾਹਮਣੇ ਸਟਾਪਰ ਨੌਜਵਾਨ ਜਾਫੀ ਨੇ ਕੈਂਚੀ ਮਾਰ ਦਿੱਤੀ ਹੈ, ਵੱਜਦਾ ਹੋਇਆ ਪੰਪ ਕਿ ਸੋਨੂ ਦਾ ਜੰਪ, ਦੁੱਲੇ ਦਾ ਪੰਪ, ਸੁਖਵੀਰ ਦੀ ਭਾਜ, ਭੀਮ ਦਾ ਡਾਜ, ਇਹ ਚਾਰੇ ਦਿਲ ਨੂੰ ਲੁੱਟਦੇ ਨੇ। ਜਾਫੀ ਦੌਦਰ ਦਾ ਬਰਿੰਦਰ, ਪਿੱਛੋਂ ਦਾ ਸ਼ੀਰਾ, ਰੇਡਰ ਦੂਰੇ ਕਰ ਕਰ ਸੁੱਟਦੇ ਨੇ। ਜਾਫੀ ਦੌਦਰ ਦਾ ਬਰਿੰਦਰ, ਪਿੱਛੋਂ ਦਾ ਸ਼ੀਰਾ। ਇਸ ਵੇਲੇ ਸਮਾਂ ਬੀਤ ਗਿਆ ਤੇ ਸਿੱਧੂ ਭਾਜੀ ਬਰਾਬਰ ਦੀ ਮੁੜਦੀ ਹੈ ਨੌਜਵਾਨਾਂ, ਜੱਫਾ ਬਰਾਬਰ ਦਾ ਲਾ ਕੇ ਦਿਖਾਉਣਾ ਹੈ, ਬੰਜ ਬਰਾਬਰ ਦਾ ਗੱਜਣਾ ਹੈ ਤੇ ਤਾੜੀਆਂ ਵੱਜਣਗੀਆਂ, ਬੱਲੇ ਬੱਲੇ ਹੋ ਜਾਣੀਆਂ ਨੌਜਵਾਨਾਂ ਜੇਕਰ ਜੱਫਾ ਲਾਵੇਗਾ। ਗੱਲ ਕਸੂਤੀ ਹੈ, ਗੱਲ ਸਮੇਂ ਦੀ, ਮੁੰਡੇ ਨੇ ਗੁੱਟ ਫੜਿਆ, ਲਓ ਪੈਂਚੀ ਮਾਰ ਦਿੱਤੀ ਹੈ ਤੇ ਜੱਫਾ ਲੱਗ ਚੁੱਕਿਆ। ਤਾੜੀਆਂ ਮਾਰ ਦੋ ਜ਼ੋਰ ਦੇ ਨਾਲ, ਜ਼ੋਰ ਨਾਲ। ਸਿੰਧੂ ਜਲਾਲਾਬਾਦ ਪਿੰਡ ਵਾਲਾ ਇਸ ਵੇਲੇ ਲਾ ਕੇ ਜੱਫਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਬੱਸ ਕੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ, ਉਹਨਾਂ ਮੁਲਕਾਂ ਦੇ ਵਿੱਚ ਸਾਡੀ ਟੌਰ ਹੈ ਨਵਾਬੀ, ਕੁਝ ਮਾਲਵੇ ਦੇ ਵਿੱਚੋਂ, ਕਈ ਗਏ ਮਾਝੇ ਵਿੱਚੋਂ, ਭਾਵੇਂ ਜ਼ਿਆਦਾਤਰ ਇੱਥੇ ਗਏ ਨੇ ਦਵਾਬੀ ਤੇ ਲੰਘੇ ਆਣੀਆਂ ਬੇਅੰਤ ਗੱਲਾਂ, ਸੱਚ ਦੱਸਦਾ ਰਹੇ ਰੰਗਲਾ ਪੰਜਾਬ, ਚਾਰ ਯੁੱਗ ਵਸਦਾ ਮੇਰਾ ਰੰਗਲਾ ਪੰਜਾਬ। ਧਰਤੀ ਪੰਜ ਦਰਿਆ ਦੀ ਰਾਣੀ ਤੇ ਜਿਸਦਾ ਸ਼ਰਬਤ ਵਰਗਾ ਪਾਣੀ, ਮੈਂ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ। ਇਸ ਵੇਲੇ ਜੱਫਾ ਜਿਹੜਾ ਫੇਰ ਲੱਗ ਚੁੱਕਿਆ ਹੈ ਤੇ ਨੀਟਾ ਨੌਜਵਾਨ ਗੱਭਰੂ ਜਲਾਲਾਬਾਦ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ, ਕਿ ਮੈਂ ਜਿੱਥੇ ਜਿੱਥੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸੇ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ, ਜਿੱਥੇ ਉੱਗਦੀ ਹੈ ਸੋਨਾ ਉਹ ਜ਼ਮੀਨ ਜੱਟੀਏ, ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ੌਕੀਨ ਜੱਟੀਏ, ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ੌਕੀਨ ਜੱਟੀਏ।
ਹਾਂਜੀ ਜਲਾਲਾਬਾਦ ਦੀ ਸਿੰਧੂ ਲਈ ਮਨਜਿੰਦਰ ਨਾਰਵੇ ਸਾਡਾ ਵੀਰ ਉਹ ਸਵੀਰ ਵਧੀਆ ਸਾਰ ਵੀ ਦਿੱਤਾ ਜਾ ਰਿਹਾ ਹੈ ਆਰ ਨੇਕਾ ਪੁਰਾਣੇ ਵਾਲੀ ਹੈ ਸਾਡਾ ਵੀਰ ਉਹ ਜਲਾਲਾਬਾਦ ਦੀ ਸਿੰਧੂ ਲਈ ਜਿਹੜਾ 100 ਰੁਪਏ ਦੇ ਰਿਹਾ ਵੱਡਾ ਧੰਨਵਾਦ ਹੈ ਇਸ ਵੇਲੇ ਅਗਲੀ ਕਬੱਡੀ ਪਾਉਣ ਦੇ ਲਈ ਭਾਗਾ ਮੰਨਵਰ ਗੱਭਰੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਜੀ ਉਹ ਮੇਰੇ ਵੀਰ ਜਲਾਲਾਬਾਦ ਦੀ ਸਿੰਧੂ ਲਈ ਜਿਹੜਾ 100 ਰੁਪਏ ਦੇ ਰਹੇ ਨੇ ਵੱਡਾ ਧੰਨਵਾਦ ਹੈ ਇਹਨਾਂ ਸਤਿਕਾਰਯੋਗ ਵੀਰਾਂ ਦਾ ਸਰਦਾਰ ਮਹਿੰਦਰ ਸਿੰਘ ਜੀ ਮਨਜਿੰਦਰ ਨਾਰਵੇ ਜੀ ਉਹ ਜਿਹੜੇ 100 ਰੁਪਏ ਭੇਜ ਕੇ ਗਏ ਨੇ ਜਲਾਲਾਬਾਦ ਦੀ ਸਿੰਧੂ ਲਈ ਇਸ ਵੇਲੇ ਸਾਹਮਣੇ ਗੱਭਰੂ ਜਖੇਪਲਪਾਸ ਕਬੱਡੀ ਪਾ ਰਿਹਾ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਮੇਰੇ ਵੀਰੇ ਕੱਲੀ ਕੱਲੀ ਕਬੱਡੀ ਪੂਰੀ ਦੁਨੀਆ ਤੇ ਜਾ ਰਹੀ ਹੈ 12,000 ਦੇ 10,000 ਰੁਪਏ ਦੀ ਡਾਂਗ ਖੜਕਦੀ ਹੈ ਪਹਿਲੇ ਦੂਜੇ ਨੰਬਰ ਤੇ ਆਉਣ ਲਈ ਜਦੋਜਹਿਦ ਕੀਤੀ ਜਾ ਰਹੀ ਹੈ ਤੇ ਫਿਰ ਜਲਾਲਾਬਾਦ ਪਿੰਡ ਦੇ ਸਿੰਧੂ ਨੇ ਲਾ ਕੇ ਜੱਫਾ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਮੈਚ ਵੀ ਜਿਹੜਾ ਸਮਾਪਤੀਆਂ ਦੇ ਵੱਲੋਂ ਵੱਧ ਚੁੱਕਿਆ ਹੈ ਲਿਆ ਵੀਰ ਅੰਮ੍ਰਿਤਪਾਲ ਸਿੰਘ ਕੀ ਰਿਜ਼ਲਟ ਹੈ ਕੀ ਲੇਖਾ ਜੋਖਾ ਹੈ ਆਪਾਂ ਜਿਹੜਾ ਪੁਆਇੰਟਾਂ ਦਾ ਵੇਰਵਾ ਸਾਂਝਾ ਕਰਨਾ ਹੈ ਸਾਡੇ ਇਹਨਾਂ ਦਰਸ਼ਕ ਵੀਰਾਂ ਦੇ ਨਾਲ ਆਪਾਂ ਜਿਹੜਾ ਪੁਆਇੰਟਾਂ ਦਾ ਵੇਰਵਾ ਸਾਂਝਾ ਕਰਾਂਗੇ ਤੇ ਸਿੰਧੂ ਸਾਡਾ ਵੀਰ ਆਪਣਾ 300 ਰੁਪਏ ਮੇਰੇ ਤੋਂ ਲੈ ਲਵੇ ਇਸ ਵੇਲੇ ਪੁਰਾਣੇਵਾਲ ਦੀ ਟੀਮ ਦੇ ਪੁਆਇੰਟ ਨੇ 12.5 ਤੇ 6 ਪੁਆਇੰਟ ਨੇ ਜਖੇਪਲ ਦੇ ਤਾੜੀਆਂ ਮਾਰ ਦਿਓ ਜੀ ਪੁਰਾਣੇਵਾਲਾ ਫਸਟ ਤੇ ਜਖੇਪਲ ਸੈਕਿੰਡ 60 ਕਿਲੋ ਭਾਰ ਦੇ ਵਿੱਚ ਸਰਦਾਰ ਮੇਜਰ ਸਿੰਘ ਜੀ ਕੈਨੇਡੀਅਨ ਔਰ ਮਨਜਿੰਦਰ ਸਿੰਘ ਜੀ ਨਾਰਵੇ ਔਰ ਨੇਕਾ ਪੁਰਾਣੇ ਵਾਲੀ ਆ 100 ਰੁਪਇਆ ਤਿੰਨੋਂ ਵੀਰ ਜਿਹੜੇ ਜਲਾਲਾਬਾਦ ਦੀ ਸਿੰਧੂ ਲਈ ਦੇ ਕੇ ਗਏ ਨੇ ਵੱਡਾ ਧੰਨਵਾਦ ਹੈ ਇੱਕ ਮੈਚ ਰਹਿੰਦਾ ਇੰਦਰਜੀਤ ਹਲੇ ਮੈਚ ਰਹਿੰਦਾ ਵੀਰੇ ਹਾਂਜੀ ਤਾਰੀ ਮੈਂਬਰ ਜੀ ਪ੍ਰਾਈਜ਼ ਦੇਣਾ ਜੀ ਆਪਾਂ ਫਸਟ ਪ੍ਰਾਈਜ਼ ਜਖੇਪਲ ਪੁਰਾਣੇ ਵਾਲ ਨੂੰ ਤੇ ਜਖੇਪਲ ਨੂੰ ਪ੍ਰਾਈਜ਼ ਦੇਣੇ ਆ ਉਹ ਜਿਹੜੇ ਮੋਮੈਂਟੋ ਆ ਜਿਹੜੇ ਕਾਪਾ ਦਿਓ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਬਿੱਲਾ ਗਾਲਮ ਜੀ ਮੈਚ ਜਿਹੜਾ ਜਲਦੀ ਸ਼ੁਰੂ ਕਰਵਾ ਦਿਓ ਕੰਡਿਆਲ ਤੇ ਇੰਦਗੜ ਪਿੰਡ ਦਾ ਦਰਸ਼ਕ ਵੀਰੋ ਆਹ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ ਇਸ ਵੇਲੇ ਪਿੰਡ ਪਿੰਡ ਦਾ ਜੋ ਤਗਲੀ ਪਹਿਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਇਸ ਵੇਲੇ ਇੰਦਗੜ ਦੀ ਧਰਤੀ ਤੇ ਹੈ ਪੁਆਇੰਟਾਂ ਵਾਲਾ ਵੀਰ ਜ਼ਿੰਮੇਵਾਰੀਆਂ ਸਾਂਭ ਲਵੇ ਅਮਰਤ ਜ਼ਿੰਮੇਵਾਰੀਆਂ ਸਾਂਭ ਵੀ ਨੌਜਵਾਨ ਹੈ ਇਸ ਵੇਲੇ ਪਿੰਡਰਾਂ ਵਾਲਾ ਜੋਤ ਪਹਿਲਾ 1.5 ਪੁਆਇੰਟ ਕੰਡਿਆਲ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਤੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਇੰਦਗੜ ਪਿੰਡ ਵਾਲਾ ਵਾਧਾ ਹੋਇਆ ਦਾਤੇ ਵਾਲੇ ਡੀਸੀ ਤੂਰ ਨੇ ਬੜਾ ਸੋਹਣਾ ਲਿਖਿਆ ਕਿ ਬਾਬੇ ਦਾ ਮੂਸ਼ਾ ਵਾਲਾ ਪਿੰਡ ਜੋ ਲੋਹਾਰਾ ਨੀ ਇੰਦਗੜ ਝਿੜੀ ਵਿੱਚ ਪੀਰਾਂ ਦਾ ਦੁਆਰਾ ਨੀ ਸਾਨੂੰ ਸੱਚੀ ਸਰਕਾਰ ਦੇ ਸਹਾਰੇ ਨੀ ਤੇ ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ ਕਿ ਦਿੱਲੀ ਤੋਂ ਸੜਕ ਜਿਹੜੀ ਆਉਂਦੀ ਹੈ ਪੰਜਾਬ ਨੂੰ
ਫੋਨ ਉੱਤੇ ਦੱਸਾਂ ਇੱਕ ਵਾਰੀ ਮੈਂ ਜਨਾਬ ਨੂੰ, ਯਾਰ ਲੱਭ ਜਾਣੇ ਤੈਨੂੰ ਤਾਂ ਸੁਖਾਲੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ, ਮੋਗਾ ਜ਼ਿਲ੍ਹਾ ਸਾਡਾ ਆਉਂਦਾ ਹੈ ਵਿਚਾਲੇ ਨੀ। ਮੇਰੇ ਵੀਰੇ ਕੱਲ ਨੂੰ ਕਹਿੰਦੇ ਪੁਰਾਣੇ ਵਾਲ ਪਿੰਡ ਦੇ ਨਿੱਕੇ ਨੇ ਵੀ ਬੜੇ ਸੋਹਣੇ ਜੱਫੇ ਲਾਉਣੇ ਹੈ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ। ਮੇਰੇ ਵੀਰੇ ਦੁਨੀਆ ਭਰ ਦਾ ਟਾਪ ਦਾ ਪਲੇਅਰ ਬਣ ਚੁੱਕਿਆ ਪੁਰਾਣੇ ਵਾਲੀ ਨਿੱਕਾ, ਤੇ ਪ੍ਰੀਤਮ ਸਾਡੇ ਵੀਰ ਮਨਜਿੰਦਰ ਉਹਨਾਂ ਦਾ ਪਿੰਡ ਹੈ, ਸ਼ਿੰਦੇ ਉਹਨਾਂ ਦਾ ਪਿੰਡ ਹੈ। ਲਓ ਸਾਹਮਣੇ ਇਸ ਵੇਲੇ ਗੱਭਰੂ ਕਬੱਡੀ ਪਾ ਰਹੇ ਹੈ, ਮੇਰੇ ਵੀਰੇ ਪਈ ਹੋਈ ਕਬੱਡੀ ਹੈ ਨੌਜਵਾਨ ਗੱਭਰੂ ਦੀ, ਆਹ ਦੇਖਦੇ ਵੀ ਫਿੱਟੂ ਇੰਦਗੜ ਪਿੰਡ ਵਾਲਾ ਕੋਸ਼ਿਸ਼ ਕਰਦਾ ਤੇ ਪੁਆਇੰਟ ਜਿਹੜਾ। ਮੇਰੇ ਵੀਰੇ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ, ਸਲੀਣੇ ਪਿੰਡ ਦੇ ਗੁਰਜੀਤ ਦੇ ਹਿੱਸੇ ਜੁੜਦਾ ਹੋਇਆ, ਅਗਲੀ ਕਬੱਡੀ ਇੰਦਗੜ ਪਿੰਡ ਵਾਲਾ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਕਿ ਉੱਚਾ ਲੰਮਾ ਕੱਦ ਪੂਰਾ 6 ਫੁੱਟ ਦਾ ਤੇ ਪੂਰਾ ਜਰਵਾਣਾ ਜਾਂ ਪੱਕਾ ਗੁੱਟ ਦਾ, ਬੋਲਦਾ ਨਾ ਉੱਚਾ ਨਾ ਹੀ ਬੋਲੇ ਕਦੇ ਫਿੱਕਾ, ਜਾਫੀ ਪੂਰਾ ਤਕਨੀਕੀ ਪੁਰਾਣੇ ਵਾਲ ਵਾਲਾ ਨਿੱਕਾ, ਪੂਰਾ ਟੌਪ ਦਾ ਖਿਡਾਰੀ ਪੁਰਾਣੇ ਵਾਲ ਵਾਲਾ ਨਿੱਕਾ। ਲਓ ਮੇਰੇ ਵੀਰੋ ਇਸ ਵੇਲੇ ਨਾਲ ਹੀ ਕਬੱਡੀ 60 ਕਿਲੋ ਭਾਰ ਦੀਆਂ ਟੀਮਾਂ ਨੂੰ ਜਿਹੜੇ ਫਸਟ ਸੈਕਿੰਡ ਪ੍ਰਾਈਜ਼ ਦਿੱਤੇ ਜਾ ਰਹੇ ਨੇ, ਸਵਰਗਵਾਸੀ ਸਰਦਾਰ ਜੀਤ ਸਿੰਘ ਜੀ ਗਿੱਲ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਇਹ ਪ੍ਰਾਈਜ਼ ਦਿੱਤੇ ਜਾ ਰਹੇ ਨੇ, ਦੋਨੋਂ ਫਸਟ ਤੇ ਸੈਕਿੰਡ ਪ੍ਰਾਈਜ਼ ਜਿਹੜੇ ਦਿੱਤੇ ਜਾ ਰਹੇ ਨੇ, ਸੁਖਜਿੰਦਰ ਸਿੰਘ ਜੀ ਗੁੱਲੂ USA, ਗੁਰਜੰਟ ਸਿੰਘ ਜੀ ਤੇ ਸਰਦਾਰ ਨਿਰਮਲ ਸਿੰਘ ਜੀ ਕੈਨੇਡਾ, ਲਕਸ਼ਮਣ ਸਿੰਘ ਜੀ ਗਿੱਲ, ਇਹਨਾਂ ਸੱਜਣਾਂ ਵੱਲੋਂ ਜਿਹੜੇ ਦਿੱਤੇ ਜਾ ਰਹੇ ਨੇ ਪ੍ਰਾਈਜ਼, ਗੁਰਜੰਟ ਸਿੰਘ ਜੀ USA ਔਰ ਸੁਖਜਿੰਦਰ ਸਿੰਘ ਜੀ ਗੁੱਲੂ USA ਤੇ ਨਾਲ ਨਿਰਮਲ ਸਿੰਘ ਜੀ ਕੈਨੇਡਾ, ਇਹਨਾਂ ਪਰਿਵਾਰਾਂ ਵੱਲੋਂ ਜਿਹੜੇ ਫਸਟ ਸੈਕਿੰਡ ਦੋਨੋਂ ਪ੍ਰਾਈਜ਼ ਦਿੱਤੇ ਜਾ ਰਹੇ ਨੇ 60 ਕਿਲੋ ਭਾਰ ਦੇ। ਹਾਂਜੀ ਪਲੇਅਰ ਜਿਹੜੇ ਪ੍ਰਾਈਜ਼ ਲੈ ਲੈਣ, ਪਹਿਲਾਂ ਸੈਕਿੰਡ ਟੀਮ ਆਵੇ ਜੀ ਜਖੇਪੜ ਦੀ, ਪਹਿਲਾਂ ਸੈਕਿੰਡ ਪ੍ਰਾਈਜ਼ ਦਿੱਤਾ ਜਾਣਾ ਹੈ। ਪੰਜਾਬ ਲਾਈਵ ਇੱਧਰ ਨੂੰ ਜਿਹੜਾ ਕੈਮਰਾ ਕਰ ਲਓ ਮੇਰੇ ਵੀਰ, ਕਿਉਂਕਿ ਇਹ ਵੀਰ ਜਿਹੜੇ USA ਦੇ ਵਿੱਚ ਬੈਠੇ ਜਿਨ੍ਹਾਂ ਨੇ ਪ੍ਰਾਈਜ਼ ਦਿੱਤੇ, ਉਹ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ। ਮੇਰੀ ਬੇਨਤੀ ਹੈ ਵੀ ਕੈਮਰਾ ਜਿਹੜਾ ਆਪਾਂ ਇੱਧਰ ਨੂੰ ਕਰਾਂਗੇ, ਸੈਕਿੰਡ ਪ੍ਰਾਈਜ਼ ਜਿਹੜਾ ਜਖੇਪੜ ਦੀ ਟੀਮ ਨੂੰ ਦਿੱਤਾ ਜਾ ਰਿਹਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਸੈਕਿੰਡ ਪ੍ਰਾਈਜ਼ ਜਿਹੜਾ ਜਖੇਪਲ ਦੀ ਟੀਮ ਨੂੰ ਦਿੱਤਾ ਜਾ ਰਿਹਾ ਇਸ ਵੇਲੇ, ਇਹ ਸਾਡੇ ਵੀ ਸੁਖਜਿੰਦਰ ਸਿੰਘ ਜੀ ਗੁੱਲੂ USA, ਗੁਰਜੰਟ USA ਜੀ, ਨਿਰਮਲ ਕੈਨੇਡਾ ਤੇ ਲਕਸ਼ਮਣ ਸਿੰਘ ਜੀ ਗਿੱਲ, ਇਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਫਸਟ ਤੇ ਸੈਕਿੰਡ ਪ੍ਰਾਈਜ਼ ਦਿੱਤੇ ਗਏ ਨੇ, ਪਹਿਲਾ ਪ੍ਰਾਈਜ਼ 12,000 ਰੁਪਏ, ਦੂਜਾ ਪ੍ਰਾਈਜ਼ 10,000 ਰੁਪਏ, ਸੈਕਿੰਡ ਪ੍ਰਾਈਜ਼ ਜਿਹੜਾ 10,000 ਰੁਪਏ ਜਖੇਪਲ ਦੀ ਟੀਮ ਨੇ ਪ੍ਰਾਪਤ ਕੀਤਾ। ਪੁਰਾਣੇ ਵਾਲੀ ਆਓ ਯਾਰ, ਭਾਗੇ ਪ੍ਰਾਈਜ਼ ਲੈ ਲਓ ਵੀਰੇ, ਆ ਕੇ ਪ੍ਰਾਈਜ਼ ਲਓ ਮੇਰੇ ਵੀਰ, ਜਲਦੀ ਆ ਕੇ ਤੁਸੀਂ ਆਪਣਾ ਜਿਹੜਾ ਪ੍ਰਾਈਜ਼ ਲੈ ਲਓ। ਪਹਿਲਾ ਪ੍ਰਾਈਜ਼ 60 ਕਿਲੋ ਦੇ ਵਿੱਚ ਪੁਰਾਣੇ ਵਾਲ ਨੇ ਪ੍ਰਾਪਤ ਕੀਤਾ ਹੈ। ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਪੁਰਾਣੇ ਵਾਲ ਦੀ ਟੀਮ ਦੇ ਲਈ, ਮਾਰ ਦਿਓ ਤਾੜੀਆਂ ਪੁਰਾਣੇ ਵਾਲ ਦੀ ਟੀਮ ਲਈ। ਸਿੰਧੂ ਪ੍ਰਾਈਜ਼ ਲੈ ਲਓ ਵੀਰੇ, ਪਹਿਲਾਂ ਨਿੱਕੇ ਨੇੜੇ ਆ ਜਾਓ, ਪ੍ਰਾਈਜ਼ ਲੈ ਲਓ ਮੇਰੇ ਵੀਰ। ਫਸਟ ਪ੍ਰਾਈਜ਼ ਜਿਹੜਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਦਿੱਤਾ ਜਾ ਰਿਹਾ ਪੁਰਾਣੇ ਵਾਲ ਦੀ ਟੀਮ ਨੂੰ, ਫਸਟ ਪ੍ਰਾਈਜ਼ ਸਾਡੇ ਵੀ ਸੁਖਜਿੰਦਰ ਸਿੰਘ ਜੀ USA, ਗੁਰਜੰਟ ਸਿੰਘ ਜੀ USA, ਨਿਰਮਲ ਕੈਨੇਡਾ ਜੀ ਤੇ ਲਕਸ਼ਮਣ ਸਿੰਘ ਜੀ ਗਿੱਲ, ਇਹਨਾਂ ਸੱਜਣਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਫਸਟ ਤੇ ਸੈਕਿੰਡ ਦੋਨੋਂ ਪ੍ਰਾਈਜ਼ ਦਿੱਤੇ ਗਏ ਨੇ ਕਬੱਡੀ 60 ਕਿਲੋ ਭਾਰ ਦੇ। ਜ਼ੋਰ ਨਾਲ ਤਾੜੀ ਮਾਰ ਦਿਓ ਇਹਨਾਂ ਵੀਰਾਂ ਦੇ ਲਈ, ਬਹੁਤ ਬਹੁਤ ਧੰਨਵਾਦ। ਫਸਟ ਰਹੀ ਆ ਪੁਰਾਣੇ ਵਾਲਾ ਤੇ ਸੈਕਿੰਡ ਰਹੀ ਆ ਜਖੇਪਲ, ਦੋਨੋਂ ਟੀਮਾਂ ਨੂੰ ਸਾਡੇ ਬਾਈ ਬਲਜੀਤ ਗਿੱਲ ਉਹਨਾਂ ਦੀ ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਮੁਬਾਰਕਬਾਦ ਹੈ। ਸਾਡੀ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਮੁਬਾਰਕਬਾਦ। ਸਾਡੇ ਬਾਈ ਪਰਮ ਗਿੱਲ ਹੋਣੀ, ਮਨਜੀਤ ਗਿੱਲ ਹੋਣੀ ਬੈਠੇ ਨੇ ਕੈਨੇਡਾ ਦੇ ਵਿੱਚ,
ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਨੇ। ਸਾਡੇ ਵੀਰ ਸੁਰਜਿੰਦਰ ਗਿੱਲ ਗੁੱਲੂਵੜੀ ਯੂਐਸਏ ਦੇ ਵਿੱਚ ਬੈਠੇ ਹੈ, ਗੁਰਜੰਟ ਹੋਣੀ ਸਾਡੇ ਵੀਰ ਯੂਐਸਏ ਚ ਬੈਠੇ ਹੈ, ਨਿਰਮਲ ਹੋਣੀ ਕੈਨੇਡਾ ਚ ਬੈਠੇ ਹੈ। ਵੱਡਾ ਧੰਨਵਾਦ ਇਹਨਾਂ ਸਾਰੇ ਵੀਰਾਂ ਦੇ ਪਰਿਵਾਰਾਂ ਦਾ। ਇਹ ਵੀਰ ਜਿਹੜੇ ਬਾਹਰੋਂ ਬੈਠੇ ਸਾਡੇ ਵੀਰ, ਸਾਡੀ ਪ੍ਰਬੰਧਕ ਕਮੇਟੀ ਨੂੰ ਵੱਡੇ ਜਿਹੜੇ ਸਹਿਯੋਗ ਦੇ ਰਹੇ ਨੇ। ਔਰ ਇਸ ਵੇਲੇ ਪੁਆਇੰਟ ਜਿਹੜਾ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਲਕਸ਼ਮਣ ਸਿੰਘ ਜੀ ਗਿੱਲੋਂ, ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਦੇ ਰਹੇ ਨੇ। ਕੋਈ ਗੱਲ ਨੀ ਕੰਡਿਆਲ ਵਾਲਿਓ, ਰੈਫਰੀ ਦਾ ਫੈਸਲਾ ਜਿਹੜਾ ਅੰਤਮ ਮੰਨਿਆ ਜਾਣਾ ਹੈ, ਰੌਲਾ ਨੀ ਪਾਉਣਾ, ਰੈਫਰੀ ਦਾ ਫੈਸਲਾ ਜਿਹੜਾ ਅੰਤਮ ਮੰਨਿਆ ਜਾਣਾ ਹੈ, ਰੈਫਰੀ ਦਾ ਫੈਸਲਾ ਜਿਹੜਾ ਟੱਲ ਹੈ ਰੌਲਾ ਨੀ ਪਾਉਣਾ। ਇਸ ਵੇਲੇ ਕਲੀ ਵਾਲੇ ਵੀਰ ਨੂੰ ਬੇਨਤੀ ਵੀ ਕਲੀ ਪਾ ਦਿਓ ਜਿੱਥੇ ਇੱਥੇ ਲਾਈਨਾਂ ਜਿਹੜੀਆਂ ਮੱਧੋਂ ਪੈ ਗਈਆਂ ਹੈ। ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਦੇਖਦਾ ਵੀ ਗੱਭਰੂ ਗੁਰਜੀਤ ਸਿੰਘ ਸਲੀਣੇ ਪਿੰਡ ਵਾਲਾ ਪੁਆਇੰਟ ਲੈ ਕੇ ਵਾਪਸ ਵਧਦਾ ਹੋਇਆ। ਲਓ ਇਸ ਵੇਲੇ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਬੰਸੀਪੁਰੇ ਪਿੰਡ ਵਾਲਾ ਨੌਜਵਾਨ ਗੱਭਰੂ ਵਾਧਾ ਹੋਇਆ। ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਨੇ ਕੰਡਿਆਲ ਦੀ ਧਰਤੀ ਤੇ, ਅੱਜ ਦਾ ਲਾਸਟ ਮੈਚ ਖੇਡਿਆ ਜਾ ਰਿਹਾ। ਕੱਲ ਨੂੰ ਠੀਕ 8 ਵਜੇ ਟੀਮਾਂ ਪਹੁੰਚ ਜਾਣਾ ਸੀ, ਜਿਹੜੇ ਮੈਚ 8:30 ਵਜੇ ਸ਼ੁਰੂ ਕਰਵਾ ਦੇਣੇ ਹੈ। ਔਰ 40 ਸਾਲਾ ਗੱਭਰੂਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਣਾ ਕੱਲ ਨੂੰ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ। ਟੂਰਨਾਮੈਂਟ ਦੇ ਜਿਹੜੀ ਸੇਵਾ ਜਿਹੜੀ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਹੈ। ਸਾਡਾ ਵੀਰ ਸੋਨੀ ਸਰਦਾਰ ਬਿੱਲੂ ਜੀ, ਉਹਨਾਂ ਦਾ ਜਿਹੜਾ ਪੁੱਤਰ ਹੈ ਹਾਥੀ ਵਾਲਾ ਸੋਨੀ, ਉਹਦੇ ਵੱਲੋਂ ਜਿਹੜੀ ਫ੍ਰੀ ਕੀਤੀ ਜਾ ਰਹੀ ਸਾਰੇ ਸਮਾਨ ਦੀ ਢੋਆ ਢੁਆਈ ਦੀ ਜਿਹੜੀ ਸੇਵਾ ਉਸ ਵੀਰ ਵੱਲੋਂ ਕੀਤੀ ਜਾ ਰਹੀ ਹੈ, ਉਹਦਾ ਵੀ ਧੰਨਵਾਦ। ਲਾ ਇਸ ਵੇਲੇ ਸਾਹਮਣੇ ਗੱਭਰੂ ਇੰਦਗੜ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹਾਂਜੀ ਬਿਲਕੁਲ, ਜਿਹੜੇ ਪਲੇਅਰ ਅੱਜ ਖੇਡੇ ਆ 70 ਕਿਲੋ ਚ ਉਹੀ ਖੇਡਣਗੇ, ਚਾਹੇ ਪਿੰਡ ਦਾ ਚਾਹੇ ਬਾਹਰਲਾ। ਇਹ ਟੀਮਾਂ ਨੋਟ ਕਰ ਲੈਣ, ਜਿਹੜੇ ਪਲੇਅਰ ਅੱਜ ਖੇਡੇ ਆ ਉਹੀ ਪਲੇਅਰ ਕੱਲ ਨੂੰ ਖੇਡਣ ਦਿੱਤੇ ਜਾਣੇ ਆ, ਚਾਹੇ ਕੋਈ ਪਿੰਡ ਦਾ ਪਲੇਅਰ ਹੈ ਚਾਹੇ ਬਾਹਰਲਾ ਪਲੇਅਰ ਹੈ। ਜਿਹੜੇ ਪਲੇਅਰ ਅੱਜ ਖੇਡੇ ਆ ਉਹੀ ਖੇਡਣਗੇ। ਲਓ ਇਸ ਵੇਲੇ ਸਾਹਮਣੇ ਗੱਭਰੂ ਦੀ ਪਾਈਫੀ ਕਬੱਡੀ ਹੈ, ਜਾਫੀ ਕੰਡਿਆਲ ਵਾਲੇ ਨੇ ਖੁੱਚ ਕੱਢੀ ਹੈ ਤੇ ਪੁਆਇੰਟ ਜਾਫੀ ਦਾ, ਪੁਆਇੰਟ ਜਾਫੀ ਦਾ ਫਸਟ ਆਊਟ ਹੈ ਵੀਰੇ, ਫਸਟ ਆਊਟ ਹੈ। ਨਹੀਂ ਵੀਰੇ ਰੌਲਾ ਨਹੀਂ ਪਾਉਣਾ, ਫਸਟ ਆਊਟ ਹੈ ਬਾਈ ਜੀ, ਰੌਲਾ ਨਹੀਂ ਪਾਉਣਾ, ਫਸਟ ਆਊਟ ਹੈ, ਰੌਲਾ ਨਹੀਂ ਪਾਉਣਾ। ਫਸਟ ਆਊਟ ਹੈ ਵੀਰੇ, ਸੈਂਟਰ ਲਾਈਨ ਤੇ ਫਸਟ ਆਊਟ ਹੈ। ਰੇਡਰ ਪਹਿਲਾਂ ਬਾਹਰ ਨਿਕਲਿਆ, ਰੇਡਰ ਪਹਿਲਾਂ ਬਾਹਰ ਨਿਕਲਿਆ, ਰੌਲਾ ਨਹੀਂ ਪਾਉਣਾ ਯਾਰ। ਅਗਲੀ ਕਬੱਡੀ ਪਾਉਣ ਦੇ ਲਈ ਗੁਰਜੀਤ ਸਿੰਘ ਨੌਜਵਾਨ ਗੱਭਰੂ ਸਲੀਣੇ ਪਿੰਡ ਵਾਲਾ ਕਰਦਾ ਹੋਇਆ ਤਿਆਰੀ। ਚਾਰ ਜਾਫੀ ਨੇ ਇੰਦਗੜ ਪਿੰਡ ਦੇ ਇਸ ਵੇਲੇ ਬਿਲਕੁਲ ਤਿਆਰ, ਖੇਡ ਦੇ ਮੈਦਾਨ ਦੇ ਵਿੱਚ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਆਰ ਦੇਖਾਂਗੇ ਵੀ ਚਾਰ ਜਾਫੀਆਂ ਚੋਂ ਕਿਹੜਾ ਗੱਭਰੂ ਜੱਫਾ ਲਾਵੇਗਾ, ਗੱਲ ਆਪਾਂ ਸਮੇਂ ਦੀ ਕਰਨੀ ਹੈ। ਤੇ ਨੌਜਵਾਨ ਗੱਭਰੂ ਇਸ ਵੇਲੇ ਇੰਦਗੜੀਆ ਕਰਦਾ ਕੋਸ਼ਿਸ਼ ਤੇ ਪੁਆਇੰਟ ਰੇਡਰ ਦਾ ਸਫਲਤਾ ਇਸ ਵੇਲੇ ਧਾਵੀ ਦੇ ਕਦਮ ਚੁੰਮਦੀ ਹੈ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਪਾਉਣ ਦੇ ਲਈ ਫੇਰ ਗੱਭਰੂ ਵਾਧਾ ਹੋਇਆ ਕਿ ਮਾਮਾ ਠੰਡੀਆਂ ਸ਼ਾਮਾਂ ਹੁੰਦੀਆਂ ਸਾਰਾ ਆਲਮ ਕਹਿੰਦਾ, ਬਾਬਲ ਹੁੰਦਿਆਂ ਬੇਬਰ ਬਾਹੀਆਂ
ਰੱਬ ਯਾਦ ਨਹੀਂ ਰਹਿੰਦਾ ਤੇ ਮਾਂ ਪਿਓ ਜੇ ਇਸ ਦੁਨੀਆ ਤੇ ਕੋਈ ਹੋਰ ਨਾ ਰਿਸ਼ਤੇ ਨਾਤੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਤੈਨੂੰ ਹੁਸਨ ਜਵਾਨੀ ਤੇ ਮਾਪੇ ਇਸੇ ਲਈ ਗੱਭਰੂ ਨੇ ਕਬੱਡੀ ਭਾ ਦਿੱਤੀ ਸਾਹਮਣੇ ਤਿੰਨ ਸਟਾਪਰ ਨੇ ਗੰਡਿਆਲ ਪਿੰਡ ਦੇ ਮੁੰਡੇ ਨੇ ਫੇਰ ਪਾਟੀ ਆ ਖੁੱਚ ਤੇ ਆਰ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਤੇਰੀ ਰਜਾ ਵਿੱਚ ਸਾਰੀ ਕਾਇਨਾਤ ਚੱਲਦੀ ਨਹੀਂ ਜ਼ਿੰਦਗੀ ਭਰੋਸਾ ਯਾਰੋ ਇੱਕ ਪਲ ਦੀ ਲਾਲ ਮਿਲਦੇ ਕਰੋੜੀ ਨਾਹੀਂ ਲੱਖੀ ਮਾਲਕਾ ਨਿਗਾ ਮੇਰ ਦੀ ਗਰਾਂਡਾਂ ਤੇ ਰੱਖੀ ਮਾਲਕਾ ਦਰਸ਼ਕ ਵੀਰਾਂ ਨੂੰ ਵੀ ਬੇਨਤੀ ਹੈ ਵੀ ਕੱਲ ਨੂੰ ਵੀ ਇਸੇ ਤਰ੍ਹਾਂ ਹੋਮ ਮਾ ਕੇ ਪੁੱਜਣਾ ਹੈ ਕੱਲ ਨੂੰ ਜਿਹੜੇ ਕਬੱਡੀ ਓਪਨ ਦੇ ਵੀ ਟਾਪ ਦੇ ਪਲੇਅਰ ਪਹੁੰਚਣੇ ਹੈ ਇਸ ਧਰਤੀ ਤੇ ਦੁਨੀਆ ਭਰ ਦੇ ਅੰਤਰਰਾਸ਼ਟਰੀ ਪਲੇਅਰ ਪਹੁੰਚਣਗੇ ਔਰ ਇੱਕ ਜਿਹੜਾ 40 ਸਾਲੇ ਗੱਭਰੂਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਣਾ ਮੋਗਾ ਤੇ ਕਪੂਰਥਲੇ ਦਾ ਉਹ ਵੀ ਜਿਹੜਾ ਮੈਚ ਪੂਰਾ ਦੇਖਣ ਜੋਗ ਹੋਵੇਗਾ 40 ਸਾਲੇ ਗੱਭਰੂਆਂ ਦੀ ਵੀ ਆਪਾਂ ਕਬੱਡੀ ਦੇਖਣੀ ਹੈ ਔਰ ਕਬੱਡੀ ਓਪਨ ਦੇ ਵੀ ਦੁਨੀਆ ਭਰ ਦੇ ਮਹਾਨ ਪਲੇਅਰ ਪਹੁੰਚਣੇ ਇਸ ਧਰਤੀ ਤੇ ਮੇਰੇ ਵੀਰ ਕਬੱਡੀ ਓਪਨ ਦੇ ਵੀ ਦੁਨੀਆ ਭਰ ਦੇ ਟਾਪ ਦੇ ਪਲੇਅਰ ਪਹੁੰਚਣਗੇ ਇਸ ਧਰਤੀ ਦੇ ਉੱਤੇ ਕੱਲ ਨੂੰ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਆਓ ਸਾਹਮਣੇ ਇਸ ਵੇਲੇ ਕਬੱਡੀ ਪੈਂਦੀ ਹੋਈ ਔਰ ਤਿੰਨ ਸਟਾਪਰ ਨੇ ਕੰਡਿਆਲ ਪਿੰਡ ਦੇ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਵਧਿਆ ਹੋਇਆ ਤੇ ਦੇਖਾਂਗੇ ਵੀ ਲਾ ਇਸ ਵੇਲੇ ਸਾਹਮਣੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਵਾਧਾ ਹੋਇਆ ਔਰ ਸਾਹਮਣੇ ਦੇਖਦਾ ਵੀ ਤਿੰਨ ਸਟਾਪਰ ਨੇ ਇਸ ਵੇਲੇ ਕੰਡਿਆਲ ਪਿੰਡ ਦੇ ਤੇ ਨੌਜਵਾਨ ਗੱਭਰੂ ਇੰਦਗੜ੍ਹ ਪਿੰਡ ਵਾਲੇ ਖਿਡਾਰੀ ਨੇ ਇਸ ਵੇਲੇ ਕਬੱਡੀ ਪਾ ਦਿੱਤੀ ਖੇਡ ਦੇ ਮੈਦਾਨ ਦੇ ਵਿੱਚ ਕਿ ਆ ਗਿਆ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਤੇ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਉਹ ਕੌਡੀ ਤੋਂ ਬਣ ਜੇ ਹੀਰਾ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ ਉਹ ਕੌਡੀਆਂ ਬਣ ਜੇ ਹੀਰਾ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ ਮੇਰੇ ਵੀਰੋ ਜਿਹਨਾਂ ਨੂੰ ਕਬੱਡੀ ਵਾਲਾ ਇਸ਼ਕ ਲੱਗਿਆ ਉਹਨਾਂ ਦੀ ਬੱਲੇ ਬੱਲੇ ਖੇਡ ਦੇ ਮੈਦਾਨਾਂ ਵਿੱਚ ਮੈਚ ਸਮਾਪਤ ਹੋ ਚੁੱਕਿਆ ਤੇ ਅਮਰ ਤੋਂ ਰਿਜ਼ਲਟ ਲਈ ਮੇਰੇ ਕੀ ਹੈ ਲਿਆ ਮੇਰਾ ਵੀਰ ਕੀ ਰਿਜ਼ਲਟ ਹੈ ਕੀ ਲੇਖਾ ਜੋਖਾ ਹੈ ਆਪਾਂ 10:30-11 11:30 ਕੋਈ ਗੱਲ ਨਹੀਂ ਫਿਰ ਕੌਡੀ ਪਵਾ ਦਿਓ ਕੌਡੀ ਪਾ ਦੇ ਯਾਰ ਕੌਡੀ ਰਹਿੰਦੀ ਹੈ ਪਾ ਦੇ ਉਹ ਜੋਤ ਕੌਡੀ ਪਾ ਦੇ ਯਾਰ
ਮੈਂ ਸਮਾਪਤ ਹੈ ਜੀ, ਕੰਡਿਆਲ ਜੇਤੂ ਹੈ, ਕੰਡਿਆਲ ਜੇਤੂ ਹੈ ਜੀ, ਮੈਂ ਸਮਾਪਤ ਹੈ ਜੀ, ਕੰਡਿਆਲ ਜੇਤੂ ਹੈ। ਹਾਂਜੀ, ਇਸ ਮੈਚ ਦੇ ਵਿੱਚ ਜਿਹੜੀ ਕੰਡਿਆਲ ਦੀ ਟੀਮ ਜੇਤੂ ਹੈ, ਕੱਲ ਨੂੰ 8 ਵਜੇ ਸਾਰੀਆਂ ਟੀਮਾਂ ਪਹੁੰਚ ਜਾਣ, ਮੇਰੀ ਬੇਨਤੀ ਹੈ ਕੱਲ ਨੂੰ 8 ਵਜੇ ਜਿਹੜੀਆਂ ਸਾਰੀਆਂ ਟੀਮਾਂ ਪਹੁੰਚ ਜਾਣ।